ਜਿਹੜੀ ਨੂੰਹ ਹੈ ਨਾ ਉਹ ਮਾਂ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਹੈ। ਅੱਛਾ। ਮੈਨੂੰ ਕੋਈ ਤਕਲੀਫ ਹੋਏ ਉੱਥੇ ਜਾਈਦਾ, ਕਈ ਵਾਰੀ ਹੁੰਦਾ ਕੋਈ ਛੋਟੀ ਮੋਟੀ, ਮੈਨੂੰ ਲੱਗਦਾ ਛੋਟੀ ਮੋਟੀ ਤਕਲੀਫ ਹੈ ਤਾਂ ਠੀਕ ਹੈ, ਦੱਸਣ ਦੀ ਲੋੜ ਹੀ ਨਹੀਂ ਹੈਗੀ ਹੈ ਕਿ ਮੇਰੇ ਮਨ 'ਚ ਹੁੰਦਾ ਕਿ ਕਿਉਂ ਪਰੇਸ਼ਾਨ ਕੀਤਾ ਜਾਏ, ਕੋਈ ਇੰਨੀ ਕੋਈ ਪ੍ਰੋਬਲਮ ਨਹੀਂ ਹੈ, ਥੋੜ੍ਹੇ ਦਿਨਾਂ 'ਚ ਠੀਕ ਹੋ ਜਾਏਗੀ। ਉਹ ਨੋਟ ਕਰੇਗੀ ਕਿ ਮੰਮਾ ਤੁਸੀਂ ਇੰਝ ਕਿਉਂ ਚੱਲਦੇ ਪਿਓ। ਬੇਟੇ ਔਰਤ ਦੀ ਇੱਜ਼ਤ ਕਰਨ, ਆਪਣੀ ਬੀਵੀ ਦੀ ਇੱਜ਼ਤ ਕਰਨ ਔਰ ਬੀਵੀ ਦੇ ਪੇਰੈਂਟਸ ਦੀ ਇੱਜ਼ਤ ਕਰਨ, ਇਹ ਚੀਜ਼ ਬਹੁਤ ਜ਼ਰੂਰੀ ਹੈ। ਅਸੀਂ ਉਸ ਵੇਲੇ 250 ਰੁਪਏ ਮਹੀਨੇ ਤਨਖਾਹ ਤੇ ਲੱਗੇ ਸੀ, 10 ਸਾਲ ਪੜ੍ਹਾਈ ਕਰਨ ਤੋਂ ਬਾਅਦ MBBS ਫਿਰ MD ਕਰਨ ਤੋਂ ਬਾਅਦ ਫਿਰ ਆ ਕੇ ਇਹਨਾਂ ਕੋਲੋਂ 250 ਰੁਪਏ ਤੇ ਸੀ। ਅਸੀਂ ਇਹ ਪੰਜਾਬ ਤੇ ਹੈਗੇ, ਬਾਹਰ ਜਾ ਕੇ ਆਪਣੀ ਲੈਂਗੁਏਜ ਬੜੀ ਡਿਫੀਕਲਟੀ ਹੁੰਦੀ ਹੈ, ਸਾਈਕੈਟ੍ਰਿਕ ਖਾਸ ਤੌਰ 'ਤੇ। ਜਿਹਨਾਂ ਦਿਨਾਂ 'ਚ ਚੰਡੀਗੜ੍ਹ PGI ਸੀ, ਚੰਡੀਗੜ੍ਹ ਸੀ ਯੂਨੀਵਰਸਿਟੀ, ਮੈਂ PGI ਵੀ ਸੀਗਾ, ਅਸੀਂ ਆਮਣੇ ਸਾਹਮਣੇ ਸੀਗੇ, PGI ਦੇ ਸਾਹਮਣੇ ਯੂਨੀਵਰਸਿਟੀ ਹੈ, ਉੱਥੇ ਇਹਨਾਂ ਦਾ ਡਿਪਾਰਟਮੈਂਟ, ਉੱਥੇ ਅਸੀਂ ਸੀਗੇ, ਤਾਂ ਮੁਲਾਕਾਤ ਤੁਹਾਨੂੰ ਪਤਾ ਥੋੜ੍ਹੀ ਬਹੁਤ ਉੱਥੇ ਮੁਲਾਕਾਤ, ਠੀਕ ਹੈ, ਮੁਲਾਕਾਤ ਦਾ ਦੌਰ ਉਸ ਵੇਲੇ ਤੋਂ ਸ਼ੁਰੂ ਹੋਇਆ। ਮੈਨੂੰ ਥੋੜ੍ਹੀ ਜਿਹੀ ਵੀ ਤਕਲੀਫ ਹੋਏ ਤੇ ਮਤਲਬ ਇਹ ਜੋ ਇਹਨਾਂ ਇਹਨਾਂ ਦਾ ਹਾਲ ਹੁੰਦਾ ਹੈ ਉਹਦੇ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਦਿਲ ਵਿੱਚ ਕਿੰਨੀ ਮੇਰੀ ਜ਼ਰੂਰਤ ਹੈ, ਕਿੰਨੀ ਪਿਆਰ ਹੈ ਔਰ ਕਿਸ ਤਰ੍ਹਾਂ ਸਭ ਕੁਝ ਛੋੜ ਛੜਾ ਕੇ ਕਰ ਸਕਦੇ ਨੇ। ਇੱਕ ਕਿਉਂਕਿ ਮੇਰੇ ਪੇਰੈਂਟਸ ਸ਼ੁਰੂ ਵਿੱਚ ਬਰਮਾ ਸੀ, ਫਿਰ ਪਾਕਿਸਤਾਨ ਆ ਗਏ ਔਰ 1947 'ਚ ਹੀ ਉਹ ਆ ਗਏ ਆਪਣਾ ਇੰਡੀਆ ਦੇ ਵਿੱਚ। ਅੱਛਾ ਜੀ। ਮੈਮ ਇੱਕ ਨਾ ਗੱਲ ਮੈਂ ਜ਼ਰੂਰ ਸੋਚਦੀ ਹੁੰਦੀ ਹਾਂ ਕਿ ਔਰਤ ਲਈ ਨਾ ਮੁਲਕ ਦੀ ਆਜ਼ਾਦੀ ਮਾਇਨੇ ਨਹੀਂ ਰੱਖਦੀ, ਮੁਲਕ ਆਜ਼ਾਦ ਹੈ ਨਹੀਂ ਹੈ ਉਹਦੇ ਵਾਸਤੇ ਕੋਈ ਉਹਦਾ ਮਾਇਨੇ ਨਹੀਂ ਹੈ, ਪਰ ਜੇਕਰ ਪਤੀ ਦੀ ਸੋਚ, ਪਿਤਾ ਦੀ ਸੋਚ ਜਾਂ ਆਪਣੇ ਪੁੱਤਰ ਦੀ ਸੋਚ ਆਜ਼ਾਦ ਹੈ ਤਾਂ ਔਰਤ ਆਜ਼ਾਦ ਹੈ। ਰੇਲਵੇ ਕ੍ਰਾਸਿੰਗ ਸੀਗੀ ਤਾਂ ਉੱਥੇ ਪੁਲ ਬੰਦ ਸੀਗਾ, ਕਾਰ ਅਜੇ ਖੜੀ ਕੀਤੀ, ਟੈਰਰਿਸਟ ਆਏ, ਠਾ ਠਾ ਕਰਕੇ ਮੇਰੇ ਇੱਥੇ ਗੋਲੀਆਂ ਲੱਗੀਆਂ। ਅੱਛਾ। ਤੇ ਉਸ ਵੇਲੇ ਖੁੱਲ੍ਹ ਗਿਆ ਮੋਗੇ ਦੇ ਕੋਲ ਇਮੀਡੀਏਟਲੀ ਜਿਹੜਾ ਨਰਸਿੰਗ ਹੋਮ ਸੀ ਉੱਥੇ ਲੈ ਗਿਆ ਉਹਨਾਂ ਨੇ, ਜੋ ਕਰਨਾ ਥੋੜ੍ਹਾ ਬਹੁਤ ਕਰਤਾ ਅਤੇ DMC ਲੈ ਜਾਓ। ਹੁਣ ਇਹਨਾਂ ਦੀ ਅਚੀਵਮੈਂਟ ਕਹਿ ਲਓ, ਅਲਰਟਨੈਸ ਕਹਿ ਲਓ, ਉੱਥੋਂ ਹੀ ਉਹਨਾਂ ਨੇ DMC ਦੇ ਜਿਹੜੇ ਮੇਰੇ ਵਾਕਫ ਸੀਗੇ ਇਹਨਾਂ ਨੇ ਲਾਈਫ ਲਿੰਕ ਕਾਲ ਕਰਤੀ ਔਰ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੇ ਲਾਈਫ ਪਾਰਟਨਰ ਵੀ ਜਿਹੜੇ ਨੇ ਇਹ ਬਹੁਤ ਖੁੱਲ੍ਹੇ ਦਿਲ ਦੇ ਮਾਲਕ ਸੀ। ਇਹਨਾਂ ਨੇ ਮੇਰੇ ਵਿੱਚ ਕੋਈ ਵੀ ਸ਼ੌਕ, ਕੋਈ ਵੀ ਕੰਮ ਜੋ ਮੈਂ ਕੀਤੇ ਨੇ ਉਹਦੇ ਵਾਸਤੇ ਹਮੇਸ਼ਾ ਮੋਟੀਵੇਟ ਕੀਤਾ ਹੈ। ਪਾਰਟਨਰ ਦਰਖਤ ਹੈ ਤਾਂ ਦੂਸਰਾ ਬੇਲ ਬਣਨਾ ਚਾਹੁੰਦਾ ਤਾਂ ਇਹ ਉਸ ਦਰਖਤ ਦਾ ਸਹਾਰਾ ਬਹੁਤ ਹੁੰਦਾ, ਚਾਹੇ ਉਹ ਹਸਬੈਂਡ ਹੋਵੇ ਚਾਹੇ ਉਹ ਵਾਈਫ ਹੋਵੇ, ਇੱਕ ਦੂਜੇ ਨੂੰ ਸਹਾਰਾ ਦੇ ਕੇ ਜਦੋਂ ਤੁਸੀਂ ਤੁਰਦੇ ਹੋ ਤਾਂ ਮੈਨੂੰ ਲੱਗਦਾ ਕਿ ਰਿਸ਼ਤਾ ਦੂਰ ਤੱਕ ਜਾਂਦਾ। ਬਿਊਟੀ ਪਾਰਲਰ ਦੀ ਫ੍ਰੀ ਕਲਾਸਿਸ ਇਕਨੋਮਿਕਲੀ ਵੀਕ ਏਰੀਆ ਜਿੱਥੇ ਕਿ ਉਹ 30-30 ਗਜ਼ ਦੇ ਪਲੋਟਸ ਨੇ ਜਿਹਦੇ 'ਚ ਕੋਈ ਰਿਕਸ਼ੇ ਵਾਲੇ ਜਾਂ ਜਿਹੜੇ ਘਰ ਸਫਾਈ ਵਗੈਰਾ ਕਰਦੇ ਨੇ ਉਹਨਾਂ ਉਹ ਸਾਰੇ ਉੱਥੇ ਰਹਿੰਦੇ ਨੇ। ਔਰ ਜਿਹੜੀ ਖੂਬਸੂਰਤ ਤੁਸੀਂ ਸੋਚਦੇ ਹੋ ਅਗਰ ਉਹਦਾ ਸੁਭਾਅ ਨਹੀਂ ਠੀਕ, ਉਹਦਾ ਟੈਂਪਰਾਮੈਂਟ ਨਹੀਂ ਠੀਕ, ਆਪਣੇ ਹਸਬੈਂਡ ਨਾਲ ਨਹੀਂ ਐਡਜਸਟ ਕਰ ਰਹੀ ਤਾਂ ਉਹ ਕਦੀ ਵੀ ਸੋਹਣੀ ਨਹੀਂ ਲੱਗੇਗੀ ਤੁਹਾਨੂੰ।
ਖੂਬਸੂਰਤੀ ਅੰਦਰ, ਖੂਬਸੂਰਤੀ ਅੰਦਰ ਦੀ ਹੋਣੀ ਬੜੀ ਜ਼ਰੂਰੀ ਹੈ, ਬਾਹਰ ਦੀ ਤਾਂ ਗੁਜ਼ਾਰਾ ਚੱਲ ਜਾਂਦਾ। ਸਿਆਣੇ ਕਹਿੰਦੇ ਨੇ ਜਿਨ੍ਹਾਂ ਰਿਸ਼ਤਿਆਂ ਦੇ ਵਿੱਚ ਸਮਝਦਾਰੀ ਅਤੇ ਵਿਸ਼ਵਾਸ ਦੀ ਮੌਜੂਦਗੀ ਹੁੰਦੀ ਹੈ ਉਹਨਾਂ ਰਿਸ਼ਤਿਆਂ ਦੀ ਜੜ੍ਹਾਂ ਵਧੇਰੇ ਮਜ਼ਬੂਤ ਹੁੰਦੀਆਂ ਨੇ, ਖਾਸ ਕਰ ਪਤੀ ਪਤਨੀ ਦੇ ਰਿਸ਼ਤੇ ਦੀ ਜੜ੍ਹਾਂ ਇਹ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਇਸ ਬੂਟੇ ਦੀ ਛਾਂ ਦੇ ਵਿੱਚ, ਇਸ ਦਰਖਤ ਦੀ ਛਾਂ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਆਪਣੇ ਪਿਆਰ ਦੀ ਛਾਂ ਨੂੰ ਮਾਣਦੇ ਨੇ, ਕਈ ਰਿਸ਼ਤੇ ਬਣਦੇ ਨੇ ਅਤੇ ਇਹਨਾਂ ਦੇ ਸੰਸਕਾਰਾਂ ਨੂੰ ਲੈ ਕੇ ਅੱਗੇ ਤੁਰਦੇ ਨੇ। ਅੱਜ ਸਾਡੇ ਨਾਲ ਸਾਡੇ ਪ੍ਰੋਗਰਾਮ ਹਮਸਫ਼ਰ ਜੋੜੀਆਂ 'ਚ ਡਾਕਟਰ ਰੋਸ਼ਨ ਲਾਲ ਨਾਰਾਇਣ ਅਤੇ ਉਹਨਾਂ ਦੇ ਹਮਸਫ਼ਰ ਪ੍ਰਵੀਨ ਨਾਰਾਇਣ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਰਿਸ਼ਤੇ ਦੀ ਖੂਬਸੂਰਤੀ ਨੂੰ ਪਹਿਚਾਣਾਂਗੇ, ਮਾਣਾਂਗੇ ਅਤੇ ਤੁਹਾਡੇ ਤੱਕ ਪਹੁੰਚਾਵਾਂਗੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਮੈਮ ਅਤੇ ਸਰ। ਡਾਕਟਰ ਸਾਹਿਬ, ਕਾਫ਼ੀ ਅਰਸਾ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਹੋਏ, ਮੈਨੂੰ ਲੱਗਦਾ ਕਿ 50 ਤੋਂ ਉੱਪਰ ਸਾਲ ਹੋ ਗਏ ਨੇ ਲੁਧਿਆਣੇ ਵਿੱਚ ਆਏ ਹੋਏ। ਮੈਨੂੰ ਦੱਸੋ ਕਿ ਪਹਿਲੇ ਕਿੱਥੇ ਸੀ ਅਤੇ ਇੱਥੇ ਸਭ ਤੋਂ ਪਹਿਲੇ ਕੌਣ ਆਇਆ? ਇਹ ਇਸ ਤਰ੍ਹਾਂ ਹੈ, ਮੇਰਾ ਜਿਹੜਾ ਬਰਥ ਹੈ ਨਾ ਜੀ, ਉਹ ਅਬੋਹਰ 'ਚ ਹੈ, ਪੰਜਾਬ ਵਿੱਚ। ਅੱਛਾ, ਅਸੀਂ ਪਾਕਿਸਤਾਨ ਤੋਂ ਨਹੀਂ ਆਏ, ਸਾਡਾ ਸ਼ੁਰੂ ਤੋਂ ਉੱਥੇ ਸੀਗਾ। ਠੀਕ। ਅਤੇ ਪੜ੍ਹਨ ਵਾਸਤੇ ਉੱਥੇ 10ਵੀਂ ਤੱਕ ਆਏ, ਫਿਰ ਅਸੀਂ ਸਾਡੇ ਪੇਰੈਂਟਸ ਸ਼ਿਫਟ ਕਰ ਗਏ ਗੰਗਾਨਗਰ, ਜੋ ਰਾਜਸਥਾਨ 'ਚ ਹੈ। ਉੱਥੇ ਅਸੀਂ ਮੈਡੀਕਲ ਦਾ, ਪ੍ਰੀ ਮੈਡੀਕਲ ਜਿਹਨੂੰ ਕਹਿੰਦੇ ਹਾਂ, ਉਹ ਉੱਥੇ ਅਸੀਂ 2 ਸਾਲ 'ਚੋਂ ਕੀਤੀ। ਫਿਰ MBBS ਕਰਨ ਵਾਸਤੇ ਰਾਜਸਥਾਨ ਦੀ ਬੀਕਾਨੇਰ ਹੈ, ਉੱਥੇ ਗਏ। ਠੀਕ ਹੈ। ਉੱਥੇ ਪੜ੍ਹਾਈ ਕਰਕੇ ਅਸੀਂ ਆਪਣੇ ਰੂਟਸ 'ਚ ਆ ਗਏ, ਫਿਰ ਚੰਡੀਗੜ੍ਹ ਪੰਜਾਬ ਵਿੱਚ। ਠੀਕ। ਕਿ ਸਾਰਾ ਮਨ ਤਾਂ ਪੰਜਾਬ 'ਚ ਹੀ ਸੀ ਨਾ ਸ਼ੁਰੂ ਤੋਂ ਹੀ। ਸੋ ਫਿਰ ਅਸੀਂ ਪੰਜਾਬ 'ਚ, ਫਿਰ ਚੰਡੀਗੜ੍ਹ ਆ ਗਏ ਅਤੇ ਚੰਡੀਗੜ੍ਹ PGH 'ਚ ਆਦਿ ਫਰਦਰ ਡਿਗਰੀ ਕੀਤੀ। ਉੱਥੋਂ ਡਿਗਰੀ ਕਰਕੇ ਪਾਸ ਹੋ ਗਏ, ਸਾਨੂੰ ਜੋਬ ਲੈਣ ਵਾਸਤੇ ਕਈ ਜਗ੍ਹਾ ਔਫਰ ਸੀਗੀਆਂ, ਲਖਨਊ ਦੀਆਂ, ਦਿੱਲੀ ਦੀਆਂ, ਬਿਹਾਰ ਦੀਆਂ, ਰਾਂਚੀ ਦੀਆਂ। ਮੇਰੀ ਸਪੈਸ਼ਲਿਟੀ ਜਿਹੜੀ ਸੀ ਨਾ, ਸੈਕੈਟਰੀ ਹੈ ਜੀ, ਸੈਕੈਟਰਿਸਟ, ਤੋ ਉਹ ਬ੍ਰਾਂਚ ਦਿੱਲੀ ਹੈਗੀ ਸੀ, ਲਖਨਊ ਹੈਗੀ ਸੀ, ਬਿਹਾਰ 'ਚ ਰਾਂਚੀ ਹੈਗੇ ਸੀ ਉਸ ਵੇਲੇ, ਅਤੇ ਉੱਥੇ ਬੜੀਆਂ ਔਫਰ ਸੀ। ਪਰ ਮੈਂ ਪੰਜਾਬ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ ਸੀਗਾ। ਠੀਕ ਹੈ, ਪੰਜਾਬ ਨਾਲ ਪਿਆਰ ਸੀ। ਅਤੇ ਪੰਜਾਬ ਵਿੱਚ ਉਸ ਵੇਲੇ ਜਾਬ ਸਲੂਕ ਤਾਂ ਹੈ ਨਹੀਂ ਸੀਗੀ। ਇਹ ਲੁਧਿਆਣਾ ਜਿਹੜਾ ਜਿਹੜਾ ਦਿਆਨੰਦ ਮੈਡੀਕਲ ਕਾਲਜ ਹੈ, ਇੱਥੇ ਫਿਰ ਮੈਂ ਜੁਆਇਨ ਕੀਤਾ, ਔਰ ਮੈਂ ਡਿਪਾਰਟਮੈਂਟ ਇੱਥੇ ਸ਼ੁਰੂ ਕੀਤਾ। ਠੀਕ ਹੈ। 1970 ਵਿੱਚ, 1970 ਦੇ ਵਿੱਚ ਤੁਸੀਂ DMC ਜੁਆਇਨ ਕੀਤਾ? ਜੁਆਇਨ ਕੀਤਾ। ਠੀਕ ਹੈ। ਉਹ ਡਿਪਾਰਟਮੈਂਟ ਵੀ ਸੈਕਟਰੀ, ਇੱਥੇ ਮੈਂ ਸ਼ੁਰੂ ਕੀਤਾ। ਫਿਰ ਇਸ ਡਿਪਾਰਟਮੈਂਟ ਨੂੰ ਹੌਲੀ ਹੌਲੀ ਵਧਾ ਕਰਕੇ ਮੈਂ ਇੱਥੇ 35 ਸਾਲ ਲਗਾਤਾਰ ਕੰਮ ਕੀਤਾ। 2005 'ਚ ਮੈਂ ਫਿਰ ਇੱਥੋਂ ਰਿਟਾਇਰ ਹੋਇਆ ਜੀ। 35 ਸਾਲ ਬਹੁਤ ਲੰਮਾ ਅਰਸਾ, 3 ਦਹਾਕੇ ਤੁਸੀਂ ਆਪਣੀ ਜ਼ਿੰਦਗੀ ਦੇ DMC ਨੂੰ ਦਿੱਤੇ। ਬਹੁਤ ਖੱਟੇ ਮਿੱਠੇ ਅਨੁਭਵ ਇੱਥੇ ਵੀ ਰਹੇ ਹੋਣਗੇ ਤੁਹਾਡੇ। ਇਸ ਦੌਰਾਨ ਵਿੱਚ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਵੀ ਦੇਖੀ, ਹੌਲੀ ਹੌਲੀ ਕਿਵੇਂ ਵਧਿਆ ਗਿਆ। ਆਪਣੇ DMC ਦੀ ਡਿਵੈਲਪਮੈਂਟ ਹੌਲੀ ਹੌਲੀ ਦੇਖੀ ਕਿਵੇਂ ਵਧਿਆ। ਜਦੋਂ ਅਸੀਂ ਜੁਆਇਨ ਕੀਤਾ ਸੀ, ਆ DMC ਇਹ ਨਵਾਂ ਜਿਹੜਾ ਅੱਜ ਕੱਲ੍ਹ ਹੈ, ਇਹ ਨਹੀਂ ਬਣਿਆ ਸੀਗਾ, ਪੁਰਾਣਾ ਸੀਗਾ ਡੰਡੀ ਸਵਾਮੀ ਦੇ ਕੋਲੇ। ਠੀਕ। ਅਤੇ ਪ੍ਰਾਈਵੇਟ ਕਾਲਜ ਸੀਗਾ, ਉਹਨੂੰ 4-5 ਸਾਲ ਹੋਏ ਸੀ ਡਿਵੈਲਪ ਹੋਏ ਨੂੰ।
ਪਹਿਲਾ ਬੈਚ ਹਲੇ ਨਿਕਲਣਾ ਸੀ ਗੈਸਟ ਨੂੰ, ਉਹ ਪਹਿਲਾ ਬੈਚ ਵੀ 1970 ਨਿਕਲਿਆ, ਮੈਂ ਪਹਿਲੇ ਬੈਚ ਨੂੰ ਪੜ੍ਹਾਉਂਦਾ ਸੀਗਾ। ਠੀਕ। ਅਤੇ ਉਹਨਾਂ ਦੀ ਮੈਨੇਜਮੈਂਟ ਕੋਲ ਉਸ ਵੇਲੇ ਇੰਨੇ ਜ਼ਿਆਦਾ ਫੰਡਸ ਨਹੀਂ ਹੁੰਦੇ ਸੀਗੇ, ਅਤੇ ਇਹਨਾਂ ਨੂੰ ਤਨਖਾਹ ਦੇਣ ਦੀ ਮੁਸ਼ਕਿਲ ਹੁੰਦੀ ਸੀਗੀ, ਅਤੇ ਸਾਨੂੰ ਇਹਨਾਂ ਨੇ, ਅਸੀਂ ਉਸ ਵੇਲੇ 250 ਰੁਪਏ ਮਹੀਨੇ ਤਨਖਾਹ 'ਤੇ ਲੱਗੇ ਸੀਗੇ। ਦਸ ਸਾਲ ਪੜ੍ਹਾਈ ਕਰਨ ਤੋਂ ਬਾਅਦ MBBS, ਫਿਰ MD ਕਰਨ ਤੋਂ ਬਾਅਦ ਫਿਰ ਆ ਕੇ ਇਹਨਾਂ ਕੋਲੋਂ 250 ਰੁਪਏ 'ਤੇ ਸੀ। ਅਸੀਂ ਇਹਦੇ ਪੰਜਾਬ 'ਤੇ ਹੈਗੇ, ਬਾਹਰ ਜਾ ਕੇ ਆਪਣੀ ਲੈਂਗੁਏਜ ਬੜੀ ਡਿਫੀਕਲਟੀ ਹੁੰਦੀ ਹੈ, ਸਾਈਕੈਟ੍ਰਿਕ ਖਾਸ ਤੌਰ 'ਤੇ। ਜੀ ਜੀ। ਕਿ ਮਰੀਜ਼ ਨੇ ਗੱਲ ਕਰਨੀ ਹੈ ਅਤੇ ਜੋ ਤਮਿਲ 'ਚ ਗੱਲ ਕਰੇ ਮੈਨੂੰ ਕੀ ਸਮਝਾਏ, ਮੈਂ ਬੋਲਾਂ ਉਹਨੂੰ ਕੀ ਸਮਝਾਉਣੇ। ਇਸ ਤਰ੍ਹਾਂ ਹੀ ਮੇਰਾ ਜ਼ਰੂਰੀ ਸੀ ਪੰਜਾਬ 'ਚ ਰਹਿਣਾ, ਅਸੀਂ ਪੰਜਾਬੀ ਆਦਮੀ ਸੀ, ਅਤੇ ਥੋੜ੍ਹੇ ਪੈਸਿਆਂ ਵਾਲੇ ਕੰਮ ਚੱਲ ਗਿਆ। ਉਦੋਂ ਬਾਅਦ ਫਿਰ ਹੌਲੀ ਹੌਲੀ ਸਾਰਾ ਵੀ ਪ੍ਰੈਕਟਿਸ ਕਰਨ ਨਾਲ ਟਾਈਮ ਖੇਚਣ ਲੰਘ ਗਿਆ, DMC ਵੀ ਹੌਲੀ ਹੌਲੀ ਵਧਣ ਲੱਗ ਪਿਆ, ਉੱਥੋਂ ਨਵੇਂ ਆ ਗਿਆ, ਨਵਾਂ ਵਿੰਗ ਬਣ ਗਿਆ, ਉੱਥੇ ਤਰੱਕੀ ਹਰ ਸਾਲ DMC ਵਧੀ ਗਿਆ, ਅਸੀਂ ਵੀ ਵਧੀ ਗਏ। ਮੈਮ ਤੁਹਾਨੂੰ ਵੀ ਥੋੜ੍ਹਾ ਪੁਰਾਣੇ ਦੌਰ ਦੇ ਵਿੱਚ ਲੈ ਕੇ ਚੱਲਾਂਗੇ, ਤੁਸੀਂ ਵੀ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ, ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਤੁਹਾਡੇ ਬਾਰੇ। ਮੈਂ ਤਾਂ ਬੜੀ ਅਲੱਗ ਅਲੱਗ ਜਗ੍ਹਾ 'ਤੇ ਪਲੀ ਔਰ ਅਲੱਗ ਅਲੱਗ ਜਗ੍ਹਾ 'ਤੇ ਪੜ੍ਹਦੀ ਰਹੀ, ਕਿਉਂਕਿ ਮੇਰੇ ਪੇਰੈਂਟਸ ਸ਼ੁਰੂ 'ਚ ਬਰਮਾ ਸੀ, ਫਿਰ ਪਾਕਿਸਤਾਨ ਆ ਗਏ ਔਰ 1947 'ਚ ਹੀ ਉਹ ਆ ਗਏ ਆਪਣਾ ਇੰਡੀਆ ਦੇ ਵਿੱਚ। ਅੱਛਾ ਜੀ। ਔਰ ਅੰਬਾਲਾ 'ਚ ਸ਼ੁਰੂ ਕੀਤਾ, ਫਿਰ ਮੇਰੇ ਫਾਦਰ ਨੇ ਗੌਰਮੈਂਟ ਜੋਬ ਸੀ, ਹੀ ਵਾਜ਼ ਏ ਡਾਕਟਰ, ਅਤੇ ਉਹ ਜਿੱਥੇ ਜਿੱਥੇ ਉਹਨਾਂ ਦੀਆਂ ਟ੍ਰਾਂਸਫਰਸ ਹੁੰਦੀਆਂ ਗਈਆਂ ਮੈਂ ਵੀ ਉੱਥੇ ਉੱਥੇ ਜਾ ਕੇ ਸਕੂਲਾਂ 'ਚ ਪੜ੍ਹਦੀ ਰਹੀ। ਲੇਕਿਨ ਜਦੋਂ ਮੇਰੇ ਫਾਦਰ ਰਿਟਾਇਰ ਹੋਏ, ਆਈ ਵਾਜ਼ ਦਾ ਯੰਗੈਸਟ ਚਾਈਲਡ, ਸਭ ਤੋਂ ਛੋਟੀ ਬੱਚੀ ਸੀ ਆਪਣੇ ਘਰ ਵਿੱਚ, ਅਤੇ ਮੈਨੂੰ ਫਿਰ KMV ਜਲੰਧਰ ਉਹਨਾਂ ਨੇ ਹੋਸਟਲ 'ਚ ਪਾ ਦਿੱਤਾ, ਉੱਥੇ ਪੜ੍ਹੀ। ਉਸ ਤੋਂ ਬਾਅਦ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚਲੇ ਗਈ, ਜਿੱਥੇ ਮੈਂ MSc ਆਨਰਸ ਜ਼ੂਲੋਜੀ 'ਚ ਕੀਤੀ। ਤੁਹਾਨੂੰ ਇੱਕ ਗੱਲ ਦੱਸ ਦਈਏ, ਜਿੰਨਾ ਦਿਨਾਂ 'ਚ ਚੰਡੀਗੜ੍ਹ PGI ਸੀ, ਚੰਡੀਗੜ੍ਹ ਸੀ ਯੂਨੀਵਰਸਿਟੀ, ਮੈਂ PGI ਵੀ ਸੀਗਾ, ਅਸੀਂ ਆਮਣੇ ਸਾਹਮਣੇ ਸੀਗੇ, PGI ਦੇ ਸਾਹਮਣੇ ਯੂਨੀਵਰਸਿਟੀ ਹੈ, ਉੱਥੇ ਇਹਨਾਂ ਦਾ ਡਿਪਾਰਟਮੈਂਟ, ਉੱਥੇ ਅਸੀਂ ਸੀਗੇ, ਤੇ ਮੁਲਾਕਾਤ ਤੁਹਾਨੂੰ ਪਤਾ ਥੋੜ੍ਹੀ ਬਹੁਤ ਉੱਥੇ ਮੁਲਾਕਾਤ। ਠੀਕ ਹੈ। ਮੁਲਾਕਾਤ ਦਾ ਦੌਰ ਉਸ ਵੇਲੇ ਤੋਂ ਸ਼ੁਰੂ ਹੋਇਆ, ਤੇ ਕਦੋਂ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਮੈਮ? ਇਹਨਾਂ ਨੂੰ ਯਾਦ ਹੋਏਗਾ। ਪਹਿਲੀ ਮੁਲਾਕਾਤ ਇਸ ਤਰ੍ਹਾਂ ਹੋਈ ਜੀ ਕਿ PGI ਵਿੱਚ ਇੱਕ ਸਾਡੇ ਸ਼ਹਿਰ ਦੇ ਪਰਸਨ ਸੀ, ਬਿਮਾਰ ਹੋਏ, ਉਹ ਆ ਕੇ ਦਾਖਲ ਹੋਏ ਜੀ। ਉਹਨਾਂ ਦੀ ਲੜਕੀ ਵੀ ਯੂਨੀਵਰਸਿਟੀ ਪੜ੍ਹਦੀ ਸੀਗੀ। ਅੱਛਾ ਜੀ। ਅਤੇ ਉਹ ਲੜਕੀ ਦੀ ਸਿਫਾਰਿਸ਼, ਜਿਹੜੇ ਆਪਣੇ ਨੋਨ ਹੋਵੇ ਉਸ ਕੋਲ ਹੀ ਆਉਂਦੇ ਨਾ, ਅਤੇ ਇਹ ਉਹਨਾਂ ਦੇ ਨਾਲ ਐਜ਼ ਏ ਫਰੈਂਡ ਸਹੇਲੀ ਸੀਗੇ, ਅਤੇ ਇਹ ਆ ਕੇ ਕਰਦੇ ਰਹੇ। ਸੋ ਇਸ ਤਰ੍ਹਾਂ ਮੁਲਾਕਾਤ ਅੱਗੇ ਹੁੰਦੀ ਨਹੀਂ। ਅੱਛਾ, ਮੈਨੂੰ ਲੱਗਦਾ ਕਿ ਉਸ ਵੇਲੇ ਨਾ ਸਿਰਫ ਅਰੇਂਜ ਮੈਰਿਜਸ ਹੀ ਹੁੰਦੀਆਂ ਸੀ, ਦੂਸਰੇ ਨੂੰ ਮਿਲੇ ਸੀ, ਦੇਖਿਆ ਸੀ, ਲੇਕਿਨ ਕੋਈ ਐਸੀ ਅੱਗੇ ਗੱਲਬਾਤ ਨਹੀਂ ਸੀ ਹੈਗੀ। ਸੋ ਇਹ ਗੱਲ ਨਹੀਂ ਸੀ ਕਿ ਪਹਿਲੀ ਵਾਰ ਦੇਖਿਆ ਪਿਆਰ ਹੋ ਗਿਆ, ਐਸੀ ਗੱਲ ਕੋਈ ਸੀ, ਐਸੀ ਕੋਈ ਗੱਲ ਨਹੀਂ ਸੀ। ਇਹ ਹੈ ਕਿ ਉਸ ਵੇਲੇ ਮੁਲਾਕਾਤ ਹੋਈ, ਫਿਰ ਉਸ ਕੋਈ ਨਾ ਕੋਈ ਰਿਸ਼ਤੇਦਾਰ ਨੂੰ ਪਤਾ ਲੱਗ ਜਾਂਦਾ ਹੈਗਾ ਇਹ ਲੜਕੀ ਉੱਥੇ ਪੜ੍ਹਦੀ ਹੈ, ਉੱਥੇ ਉਹ ਫਿਰ ਕੋਸ਼ਿਸ਼ ਕਰਦਾ ਹੈਗਾ ਉਹ ਰਿਸ਼ਤਾ ਕਰਾ ਦਈਏ, ਫਿਰ ਉਹ ਆਪਣੇ ਲੈ, ਸਾਡੇ ਲੈਣ ਨੂੰ ਪਤਾ ਹੀ ਨਹੀਂ, ਅਤੇ ਉਹ ਲੜ ਵਿੱਚ ਵਿਜੇ ਨੇ ਕਰਾਉਣਾ ਸੀਗਾ, ਉਹ ਇਹਨਾਂ ਦੇ ਪੇਰੈਂਟਸ ਮਿਲਿਆ, ਮੇਰੇ ਪੇਰੈਂਟਸ ਮਿਲਿਆ, ਫਿਰ ਮਰਾਇਆ, ਫਿਰ ਸ਼ਾਦੀ। ਬੜੀ ਖੂਬਸੂਰਤ ਗੱਲ ਡਾਕਟਰ ਸਾਹਿਬ ਨੇ ਵਿੱਚ ਸਾਂਝੀ ਕੀਤੀ। ਮੈਮ ਤੁਸੀਂ ਗੱਲ ਦੱਸ ਰਹੇ ਸੀ, ਦੱਸੋ ਕਿੱਥੋਂ ਸਟੱਡੀ ਕੀਤੀ ਤੁਸੀਂ? ਹਾਂਜੀ ਬੇਟਾ, ਮੈਂ ਉੱਥੇ ਚੰਡੀਗੜ੍ਹ ਪੜ੍ਹਨ ਤੋਂ ਬਾਅਦ ਮੇਰੇ ਉਦੋਂ ਪੇਰੈਂਟਸ, ਮੇਰੇ ਬ੍ਰਦਰ ਭਾਬੀ ਗਿੱਦੜਵਾ ਜਿਹੜੀ ਉਹ ਪੰਜਾਬ 'ਚ ਜਗ੍ਹਾ ਬਠਿੰਡਾ ਦੇ ਨਜ਼ਦੀਕ, ਉੱਥੇ ਉਹਨਾਂ ਦਾ ਨਰਸਿੰਗ ਹੋਮ ਵਗੈਰਾ ਸੀ। ਸੋ ਮੈਂ ਉੱਥੇ ਆ ਗਈ, ਮੈਨੂੰ ਜੋਬਸ ਤਾਂ ਸ਼ਿਮਲਾ ਇੱਧਰ ਮਿਲ ਰਹੀਆਂ ਸੀ, ਪਰ ਮੇਰੇ ਪੇਰੈਂਟਸ ਨੂੰ ਸੀ ਕਿ ਵੀ ਹੁਣ ਲੜਕੀ ਦਾ
ਕੋਈ ਸੂਟੇਬਲ ਮੈਚ ਲੱਭੀਏ ਤੇ ਵਿਆਹ ਕਰਨਾ ਹੈ, ਸੋ ਦੂਰ ਨਹੀਂ ਭੇਜਣਾ ਹੈਗਾ। ਸੋ ਮੇਰੀ ਕਿਸਮਤ ਚੰਗੀ ਸੀ, ਜੋ ਮਰਜ਼ੀ ਸਾਡੇ ਨਜ਼ਦੀਕ ਹੀ ਮਲੋਟ ਸੀ 11 ਕਿਲੋਮੀਟਰ ਤੇ, ਤੇ ਉੱਥੇ DAV ਕਾਲਜ ਸ਼ੁਰੂ ਹੋਇਆ। ਅੱਛਾ ਜੀ। ਐਂਡ ਉਹਨਾਂ ਲੋਕਾਂ ਨੇ ਅਪਰੋਚ ਕੀਤਾ ਔਰ ਮੈਂ ਵੀ ਤਾਜ਼ੀ ਤਾਜ਼ੀ ਕਰਕੇ ਆਈ ਸੀ, ਤੇ ਇਟ ਵਾਜ਼ ਏ ਪਲੇਅਰ, ਕਿਹੜੀ ਖੁਸ਼ੀ ਦੀ ਗੱਲ ਸੀ ਕਿ ਨਹੀਂ ਅਗਲਿਆਂ ਨੇ। ਸੋ ਉੱਥੇ ਜਾ ਕੇ ਮੈਂ ਵੀ ਆਪਣਾ ਜ਼ੂਲੋਜੀ ਬਾਇਓਲੋਜੀ ਡਿਪਾਰਟਮੈਂਟ ਦੀ ਸ਼ੁਰੂਆਤ ਕੀਤੀ ਉੱਥੇ ਹੀ, ਉਸ ਕਾਲਜ ਦੀ ਲਾਇਬ੍ਰੇਰੀ, ਉਸ ਕਾਲਜ ਦਾ ਬੋਟਨੀ ਡਿਪਾਰਟਮੈਂਟ, ਜ਼ੂਲੋਜੀ ਡਿਪਾਰਟਮੈਂਟ, ਮਿਊਜ਼ੀਅਮ, ਸਾਰਾ ਕੁਛ ਡਿਵੈਲਪ ਕੀਤਾ। ਔਰ ਉੱਥੇ ਮੈਂ ਕੋਈ ਤਕਰੀਬਨ 2-3 ਸਾਲ ਜੋਬ ਕੀਤੀ ਹੈ। ਉਸੇ ਦੌਰਾਨ ਵਿੱਚ ਸਾਡਾ ਰਿਸ਼ਤਾ ਵਗੈਰਾ ਹੋ ਗਿਆ ਔਰ ਜਦੋਂ ਫਿਰ ਸ਼ਾਦੀ ਹੋਈ October 1970 'ਚ, ਤੇ ਫਿਰ ਮੇਰੇ ਪੇਰੈਂਟਸ ਨੇ ਸੋਚਿਆ ਕਿ ਮੀਆਂ ਬੀਬੀ ਦੀ ਅੰਡਰਸਟੈਂਡਿੰਗ ਤਦੇ ਠੀਕ ਰਹਿੰਦੀ ਜੇ ਨਾਲ ਨਾਲ ਰਹਿਣ, ਮੈਂ ਮਲੋਟ ਹੋਵਾਂ ਇਹ ਲੁਧਿਆਣਾ ਹੋਣ ਤੇ ਗੱਲ ਨਹੀਂ ਬਣਦੀ। ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਵੀ ਰਿਜ਼ਾਈਨ ਕਰ ਦਿੰਦੇ ਹਾਂ ਤੇ ਤੁਸੀਂ ਜਾ ਕੇ ਹੁਣ ਲੁਧਿਆਣੇ ਹੀ ਸੈਟਲ ਹੋ ਆਪਣੇ ਹਸਬੈਂਡ ਦੇ ਨਾਲ। ਸੋ ਆਈ ਹੈਡ ਟੂ ਰਿਜ਼ਾਈਨ, ਉੱਥੇ ਅਸੀਂ ਅਸਤੀਫਾ ਦਿੱਤਾ ਔਰ ਫਿਰ ਲੁਧਿਆਣੇ ਆ ਗਏ। ਕੁਛ ਦੇਰੀ ਬਾਅਦ ਇੱਥੇ ਮੈਨੂੰ ਖਾਲਸਾ ਕਾਲਜ ਵਿੱਚ ਵੀ ਜੋਬ ਮਿਲ ਗਈ। ਸੋ ਇਸ ਤਰੀਕੇ ਨਾਲ ਚੱਲਦਾ ਰਿਹਾ, ਜਿਸ ਤਰ੍ਹਾਂ ਦੇ ਹਾਲਾਤ ਸੀ। ਕਦੀ ਬੱਚਿਆਂ ਦੇ ਵਾਸਤੇ ਜ਼ਰੂਰਤ ਸੀ ਤੇ ਜੋਬ ਛੱਡ ਦਿੱਤੀ ਕਿਉਂਕਿ ਉਹਨਾਂ ਵਾਸਤੇ ਜ਼ਰੂਰਤ ਹੈ। ਡਾਕਟਰ ਸਾਹਿਬ ਜਿਸ ਤਰ੍ਹਾਂ ਦੱਸ ਰਹੇ ਨੇ ਕਾਫੀ ਬਿਜ਼ੀ ਸੀ। ਸੋ ਮੀਨਸ ਡਿਪੈਂਡਿੰਗ ਅਪੋਨ ਸਾਡੀ ਦੋਨਾਂ ਦੀ ਆਪਸ ਵਿੱਚ ਰਜ਼ਾਮੰਦੀ ਸੀ ਕਿ ਜਿਸ ਪਾਸੇ ਪਲੜਾ ਭਾਰੀ ਹੈ, ਜਿਸ ਪਾਸੇ ਜ਼ਰੂਰਤ ਹੈ, ਅਸੀਂ ਇੱਕ ਦੂਜੇ ਨਾਲ ਐਡਜਸਟ ਕਰਦੇ ਰਹੇ। ਕਦੀ ਮੈਂ ਜੋਬ ਛੱਡਦੀ ਰਹੀ, ਕਦੀ ਕਰਦੀ ਰਹੀ, ਤਾਂ ਕਿ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ, ਉਹਨਾਂ ਦੇ ਸੰਸਕਾਰ ਨੇ, ਉਹਨਾਂ ਨੂੰ ਅੱਛੀ ਤਰ੍ਹਾਂ ਬਣਾਇਆ ਜਾਏ। ਡਾਕਟਰ ਸਾਹਿਬ, ਕਈ ਰਿਸ਼ਤਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਗਰ ਹਸਬੈਂਡ ਡਾਕਟਰ ਹੈ ਤਾਂ ਵਾਈਫ ਵੀ ਡਾਕਟਰ ਹੀ ਹੁੰਦੀ ਹੈ, ਪਰ ਮੈਮ ਤਾਂ ਡਾਕਟਰੀ ਦੇ ਪੇਸ਼ੇ ਦੇ ਨਾਲ ਨਹੀਂ ਜੁੜੇ ਹੋਏ ਸੀ, ਤੇ ਫਿਰ ਤੁਸੀਂ ਰਜ਼ਾਮੰਦ ਸੀ? ਹਾਂ, ਇੱਕ ਤਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜੋ ਤੁਸੀਂ ਓਬਜ਼ਰਵ ਕੀਤਾ ਡਾਕਟਰ ਦੀ ਵਾਈਫ ਡਾਕਟਰ, ਤੇ ਆਮ ਤੌਰ ਤੇ ਇਹ ਹੁੰਦਾ ਹੈਗਾ। ਲੇਕਿਨ ਉਸ ਵੇਲੇ ਮੇਰੀ ਜੋ ਆਪਸ਼ਨ ਸੀ ਮੇਰੇ ਕੋਲ ਡਾਕਟਰ ਦੀ ਸੀਗੀ, ਇਹ ਵੀ ਆਪਸ਼ਨ ਸੀਗੀ, ਦੋਨੋਂ ਆਪਸ਼ਨ ਸੀਗੀਆਂ। ਤੇ ਡਾਕਟਰ ਮੇਰੇ ਆਪਣੇ ਹੋਮ ਟਾਊਨ ਅਬੋਹਰ ਦੇ ਸੀਗੇ, ਉਹਨਾਂ ਦੀ ਲੜਕੀ ਸੀ, ਉਹ ਡਾਕਟਰ PGI 'ਚ ਹੀ ਕਰਦੀ ਸੀਗੀ, ਤੇ ਇੱਧਰ ਇਹ ਵੀ ਸੀਗੇ। ਮੈਂ ਲੌਂਗ ਰਨ 'ਚ ਸੋਚਿਆ ਕਿ ਡਾਕਟਰ ਜ਼ਿੰਦਗੀ ਦਾ ਦੋਨੋਂ ਬਿਜ਼ੀ ਹੋ ਜਾਂਦੇ ਨੇ, ਫਿਰ ਬੱਚਿਆਂ ਦਾ ਪਹਿਲਾ ਵਾਲਾ ਕੋਈ ਜ਼ਿਆਦਾ ਦੇਖ ਨਹੀਂ ਸਕਦਾ। ਜਿਹੜਾ ਨਾਨ ਮੈਡੀਕਲ ਹੈਗਾ, ਡਾਕਟਰ ਨਹੀਂ ਹੈਗਾ, ਉਹ ਟੀਚਿੰਗ ਜੋਬ 'ਚ ਹੋਗਾ ਜ਼ਿਆਦਾ। ਟੀਚਿੰਗ ਜੋਬ 4-5 ਘੰਟੇ ਦਾ ਹੁੰਦਾ, ਵਾਈਫ ਤੇ ਰਿਜ਼ਾਈਨ ਵੀ ਕਰਕੇ ਸਕਦੇ ਨੇ। ਡਾਕਟਰ ਦਾ ਰਿਜ਼ਾਈਨ ਕਰਨਾ ਮੁਸ਼ਕਲ ਹੈ, ਉਹਨੂੰ ਪ੍ਰੈਕਟਿਸ ਕਦੇ ਨਹੀਂ ਛੱਡ ਸਕਦਾ। ਸੋ ਵੇ ਕੀਤਾ ਤਾਂ ਇਹ ਬੈਟਰ ਲੱਗਿਆ। ਫਿਰ ਦੇਖਿਆ ਕਿ ਇਹਨਾਂ ਦੀ ਵੀ 4 ਜਨਰੇਸ਼ਨ ਤੋਂ ਡਾਕਟਰ ਹੈਗੇ ਨੇ, ਇਹ ਫੈਮਿਲੀ ਜਿਹੜਾ ਓਰੀਐਂਟੇਸ਼ਨ ਹੈ ਉਹ ਮੈਡੀਕਲ 'ਚ ਹੈਗਾ, ਚਲੋ ਲੈਟਸ ਕੰਟੀਨਿਊ ਵਿਦ ਦਿਸ, ਤਾਂ ਇਹ ਕੰਮ ਹੋਇਆ। ਹਾਂ, ਵੈਸੇ ਨਾ ਬਹੁਤ ਸੋਹਣੀ ਗੱਲ ਕਿ ਤੁਸੀਂ ਕਹੀਏ ਕਿ ਜਦੋਂ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਚੁਣਦੇ ਹਾਂ ਕਿਸੇ ਪਾਰਟਨਰ ਨੂੰ, ਤਾਂ ਉਹ ਆਪਣੇ ਕੰਮ ਨੂੰ ਨਹੀਂ ਛੱਡਦਾ, ਕਿਉਂਕਿ ਸਾਨੂੰ ਵੀ ਜ਼ਰੂਰੀ ਹੈ ਉਹ ਪੇਸ਼ਾ, ਅਤੇ ਲੱਗਦਾ ਹੈ ਕਿ ਹਾਂ ਸਾਹਮਣੇ ਵਾਲੇ ਪਾਰਟਨਰ ਨੂੰ ਕਿਉਂ ਤੰਗ ਕੀਤਾ ਜਾਵੇ, ਉਹਦੀ ਵੀ ਪ੍ਰੈਕਟਿਸ ਜ਼ਰੂਰੀ ਹੈ ਡਾਕਟਰ ਐਜ਼ ਅ ਡਾਕਟਰ। ਪਰ ਜਿਹੜੀਆਂ ਹੁਣ ਦਿੱਕਤਾਂ ਤੁਸੀਂ ਕਹਿ ਰਹੇ ਕਿ ਆਉਂਦੀਆਂ, ਬਾਕੀ ਇੱਦਾਂ ਦੀਆਂ ਆਉਂਦੀਆਂ ਨੇ ਡਾਕਟਰਸ ਦੇ ਵਿੱਚ ਦਿੱਕਤਾਂ, ਕਿ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਪ੍ਰੋਬਲਮ ਆਉਂਦੀ? ਹਾਂ, ਡੈਫੀਨੇਟਲੀ ਆਉਂਦੀਆਂ ਨੇ, ਕਿਉਂਕਿ ਦੋਨਾਂ ਦੀ ਜਿਹੜੀ ਵਰਕਿੰਗ ਕੰਡੀਸ਼ਨ ਹੈ ਬੜੀਆਂ ਹਾਰਡ ਹੁੰਦੀਆਂ ਨੇ। ਹੁਣ ਮੈਂ ਜਿਵੇਂ DMC ਕੰਮ ਕਰਦਾ ਸੀਗਾ, ਮੈਂ ਸਵੇਰੇ 9 ਵਜੇ ਜਾਂਦਾ ਸੀ, ਫਿਰ ਆ ਘਰ ਪ੍ਰੈਕਟਿਸ ਕਰਦਾ, ਰਾਤ ਨੂੰ 9 ਵਜੇ ਵਿਹਲੇ ਹੁੰਦੇ। ਜਿਹੜੇ ਮੇਰੇ ਨਾਲ ਦੇ ਕਲੀਗ ਸੀ, ਜਿਨ੍ਹਾਂ ਦੀ ਵਾਈਫ ਸੀ ਡਾਕਟਰ ਸੀਗਾ, ਉਹਨਾਂ ਦਾ ਵੀ ਇਹ ਹਾਲ ਸੀਗਾ, ਉਹ ਵੀ ਸਵੇਰੇ 9 ਵਜੇ ਆਉਂਦੇ, ਵਾਈਫ ਵੀ 9 ਵਜੇ ਆਉਂਦੇ,
ਰਾਤੀ 9 ਵਜੇ ਫਰਕ ਹੁੰਦੇ। ਸੋ ਬੱਚੇ ਨੂੰ ਤਾਂ ਲੁੱਕ ਆਊਟ ਕਰਨ ਵਾਸਤੇ ਜਾਂ ਤਾਂ ਉਹਨਾਂ ਦੇ ਗ੍ਰੈਂਡ ਪੇਰੈਂਟਸ ਕੋਲ ਸੀਗੇ ਜਾਂ ਉਹ ਆਪਣੇ ਆਪ ਸਫ਼ਰ ਕਰਦੇ ਸੀਗੇ। ਸਾਡੇ ਕਿ ਇਹ ਸੀਗਾ ਗ੍ਰੈਂਡ ਪੇਰੈਂਟਸ ਆ ਨਹੀਂ ਸਕਦੇ ਸੀ ਇੱਥੇ, ਅਤੇ ਅਸੀਂ ਆਪਸ 'ਚ ਮੈਨੇਜ ਕਰਨਾ ਸੀਗਾ। ਉਹ ਅਸੀਂ ਮੈਨੇਜ ਫਿਰ ਕਰਕੇ ਇਹਨਾਂ ਨੇ ਜਿਹੜੀ ਜੋਬ ਮਿਲੀ ਸੀ ਖਾਲਸਾ ਕਾਲਜ 'ਚ ਉਹ ਛੱਡਤੀ, ਅਤੇ ਅਸੀਂ ਬੱਚਿਆਂ ਨੂੰ ਲੁੱਕ ਆਊਟ ਕੀਤਾ। ਉਹਦਾ ਫਾਇਦਾ ਬੜਾ ਹੋਇਆ, ਬੱਚੇ ਦੋਨੋਂ ਅੱਛੇ ਪੜ੍ਹ ਗਏ ਕੋਨਵੈਂਟ ਸਕੂਲ 'ਚੋਂ ਪੜ੍ਹ ਕੇ, ਫਿਰ ਦੋਨਾਂ ਨੂੰ ਮੈਡੀਕਲ ਕਾਲਜ 'ਚ ਐਡਮਿਸ਼ਨ ਮਿਲ ਗਿਆ DMC ਵਿੱਚ। ਵੱਡਾ ਲੜਕਾ ਸੀਗਾ ਉਹਨੂੰ ਵੀ ਡਾਕਟਰੀ ਮਿਲ ਗਈ, ਛੋਟੀ ਲੜਕੀ ਸੀ ਉਹਨੂੰ ਵੀ ਉੱਥੇ ਐਡਮਿਸ਼ਨ ਮਿਲ ਗਿਆ। ਇਹ ਬੱਚੇ ਨੂੰ ਧਿਆਨ ਰੱਖਿਆ ਸੀ ਤਾਂ ਹੀ ਉਹਨਾਂ ਨੂੰ ਮੌਕਾ ਮਿਲਿਆ ਪੜ੍ਹਨ ਦਾ, ਫਿਰ ਗਾਈਡੈਂਸ ਠੀਕ ਹੋ ਗਈ, ਡਾਕਟਰ ਬਣ ਗਏ। ਹੁਣ ਦੋਨੋਂ ਬੱਚੇ ਡਾਕਟਰ ਬਣ ਕੇ ਬਾਹਰ ਅਮੈਰੀਕਾ ਚਲੇ ਗਏ, ਦੋਨੋਂ ਉੱਥੇ ਅੱਛੇ ਖੁਸ਼ ਨੇ, ਸੈਟਲ ਨੇ। ਮੈਮ ਦੇਖਿਆ ਗਿਆ ਨਾ ਕਿ ਔਰਤਾਂ ਇੰਨਾ ਸੈਕਰੀਫਾਈਸ ਨਹੀਂ ਕਰਦੀਆਂ। ਬਹੁਤ ਸਾਰੀਆਂ ਔਰਤਾਂ ਨੇ ਜਿਹਨਾਂ ਲੱਗਦਾ ਹੈ ਕਿ ਨਹੀਂ ਮੈਂ ਜੋਬ ਛੱਡਣੀ, ਕਿਤੇ ਦਿੱਕਤ ਤੁਹਾਨੂੰ ਕਦੇ ਮਹਿਸੂਸ ਹੋਈ ਇੱਦਾਂ ਦੀ ਕਿ ਮੈਂ ਜੋਬ ਨਹੀਂ ਛੱਡਣੀ ਜਾਂ ਕੋਈ ਰੋਸ ਰਿਹਾ ਹੋਵੇ? ਦੇਖੋ ਉਸ ਵੇਲੇ ਤਾਂ ਮੈਨੂੰ ਇਹ ਲੱਗਿਆ ਕਿ ਬੱਚਿਆਂ ਦੀ ਪਰਵਰਿਸ਼ ਵਾਸਤੇ, ਇਹਨਾਂ ਨੂੰ ਪੜ੍ਹਾਉਣ ਵਾਸਤੇ ਇਸ ਵੇਲੇ ਬੜਾ ਜ਼ਰੂਰੀ ਹੈ ਕਿ ਵੀ ਮੈਂ ਜੋਬ ਛੱਡ ਦਿਆਂ। ਲੇਕਿਨ ਲੇਟਰ ਏਜ 'ਤੇ ਜਦੋਂ ਉਹ ਸੈਟਲ ਹੋ ਗਏ, ਉਦੋਂ ਮੈਨੂੰ ਲੱਗਿਆ ਮੈਂ ਜੋਬ ਨਾ ਛੱਡੀ ਹੁੰਦੀ ਤਾਂ ਮੈਂ ਇਸ ਵੇਲੇ ਕਿੱਥੇ ਪਹੁੰਚੇ ਹੋਣਾ ਸੀ। ਪਰ ਠੀਕ ਹੈ, ਪਰ ਹੁਣ ਸੈਟਿਸਫਾਈਡ ਆ ਕਿਉਂਕਿ ਬੱਚੇ ਹੁਣ ਜਿਸ ਜਗ੍ਹਾ 'ਤੇ ਪਹੁੰਚੇ ਨੇ, ਜਿੰਨੀ ਇੱਜ਼ਤ ਕਮਾ ਰਹੇ ਨੇ, ਜਿੰਨੇ ਅੱਛੇ ਹਿਊਮਨ ਬੀਂਗਸ ਨੇ, ਉਹਦੇ ਵਾਸਤੇ ਲੱਗਦਾ ਕਿ ਠੀਕ ਕੀਤਾ, ਜੋ ਕੀਤਾ ਦੈਟ ਵਾਜ਼ ਦਾ ਰਾਈਟ ਡਿਸੀਜਨ, ਮੈਂ ਛੱਡ ਕੇ ਉਹਨਾਂ ਨੂੰ ਲੁੱਕ ਆਫਟਰ ਕੀਤਾ ਅਤੇ ਠੀਕ ਹੋਇਆ। ਇੱਕ ਬਹੁਤ ਬੜਾ ਫੈਕਟਰ ਉਸ ਵੇਲੇ ਅਕਾਊਂਟ ਹੁੰਦਾ, ਹਰ ਵਾਰੀ ਹੁੰਦਾ ਉਹਦਾ, ਕਿ ਫਾਈਨੈਂਸ ਦਾ, ਕਿਉਂਕਿ ਦੋ ਜਣੇ ਕਮਾਉਂਦੇ ਨੇ, ਪੈਸੇ ਅੱਛੇ ਮਿਲ ਜਾਂਦੇ ਨੇ। ਅਤੇ ਸਾਡੇ ਕੁਸ਼ਚਨ ਸੀ ਕਿ ਮੈਂ ਇਕੱਲਾ ਹੀ ਕੰਮ ਕਰ ਰਿਹਾ ਸੀ ਹਾਂ, ਅਤੇ ਸਾਡਾ ਉਹਦੇ ਨਾਲ ਗੁਜ਼ਾਰਾ ਵਧੀਆ ਹੋ ਸਕਦਾ। ਉਹਦੀ ਕੰਟੈਂਟਮੈਂਟ ਹੁੰਦੀ ਹੈ, ਸੈਟਿਸਫੈਕਸ਼ਨ ਹੁੰਦੀ ਹੈ ਸਾਡੇ ਜੋ ਆ ਗਈ ਸੀਗੀ, ਵੀ ਸਾਨੂੰ ਇੰਨਾ ਜਿੰਨਾ ਅਸੀਂ ਕਮਾ ਰਹੇ ਹਾਂ ਅਸੀਂ ਠੀਕ ਹੈਗੇ ਹਾਂ, ਇਹ ਜੋਬ ਛੱਡਦੇ ਹਾਂ ਸਾਨੂੰ ਵੀ ਫਰਕ ਨਹੀਂ ਪਏਗਾ ਫਾਈਨੈਂਸ਼ਲੀ। ਗੇਨ ਸਾਨੂੰ ਲੱਗਿਆ ਜ਼ਿਆਦਾ ਹੋਏਗਾ, ਤਾਂ ਉਹ ਹੀ ਹੋਇਆ, ਗੇਨ ਜ਼ਿਆਦਾ ਹੋਇਆ ਅਤੇ ਫਾਈਨੈਂਸ਼ਲੀ ਨੁਕਸਾਨ ਨਹੀਂ ਹੋਇਆ, ਲਾਸ ਘੱਟ ਹੋਇਆ। ਬਿਲਕੁਲ ਸਹੀ ਗੱਲ ਹੈ, ਅਤੇ ਲਾਸ ਤਾਂ ਹੋਇਆ ਹੀ ਨਹੀਂ ਕਹਿ ਸਕਦੇ ਹੋ ਕਿ ਤੁਸੀਂ ਜਦੋਂ ਬੱਚਿਆਂ ਦੀ ਪਰਵਰਿਸ਼ ਅੱਛੀ ਹੋਵੇ, ਬੱਚੇ ਅੱਛੇ ਸੰਸਕਾਰੀ ਹੋਣ, ਤਾਂ ਇਸ ਚੀਜ਼ ਦੇ ਲਾਸ ਨੂੰ ਵੀ ਝੱਲਿਆ ਜਾ ਸਕਦਾ, ਕੋਈ ਗੱਲ ਨਹੀਂ। ਅਸੀਂ ਲਾਸ ਹੋਇਆ ਹੀ ਨਹੀਂ, ਲਾਸ ਹੋਇਆ ਹੀ ਨਹੀਂ, ਬੱਚੇ ਜਿਹੜੇ ਨੇ ਅਸਲੀ ਤਾਂ ਲਾਈਫ ਦੀ ਇਨਵੈਸਟਮੈਂਟ ਪ੍ਰੋਪਰਟੀ ਇਹੀ ਨੇ। ਅਗਰ ਬੱਚੇ ਅੱਛੇ ਨਿਕਲਦੇ ਨੇ, ਜਦੋਂ ਲੋਕਾਂ ਕੋਲੋਂ ਉਹਨਾਂ ਦੀ ਅੱਛਾਈ ਸੁਣਨੇ ਆ, ਤਾਂ ਉਸ ਤੋਂ ਵੱਡੀ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ ਹੈਗੀ ਹੈ। ਔਰ ਸਾਡੇ ਦੋਨਾਂ 'ਚ ਉੱਪਰ ਵਾਲੇ ਦੀ ਮਿਹਰ ਦੇ ਨਾਲ ਨਾ ਕੰਟੈਂਟਮੈਂਟ ਵੀ ਬਹੁਤ ਸੀ, ਜਿੰਨਾ ਕਮਾਉਂਦੇ ਸੀ ਉਸ ਬੜੀ ਖੁਸ਼ੀ ਰਹਿੰਦੀ ਸੀ, ਖੁਸ਼ੀ ਨਾਲ ਅਸੀਂ ਆਪਣੀ ਜ਼ਿੰਦਗੀ ਕਰਦੇ ਸੀ। ਉਸੇ ਤਰ੍ਹਾਂ ਸਾਡਾ ਕਦੀ ਕਿਸੇ ਨਾਲ ਕੰਪੀਟ ਨਹੀਂ ਕਰਦੇ ਸੀ, ਕੰਪੈਰੀਜ਼ਨ ਨਹੀਂ ਸੀ ਕਰਦੇ ਕਿ ਵੀ ਉਹਦਾ ਇਹ ਕਦੀ ਮਨ ਵਿੱਚ ਆਇਆ ਹੀ ਨਹੀਂ ਸੀ। ਇਸ ਕਰਕੇ ਬੜੀ ਸੌਖੀ ਖੁਸ਼ੀ ਖੁਸ਼ੀ ਅਸੀਂ ਆਪਣੀ ਜ਼ਿੰਦਗੀ ਬੱਚਿਆਂ ਨਾਲ ਬਿਤਾਈ। ਮੈਂ ਬਹੁਤ ਸੋਹਣੀ ਗੱਲ ਕਹੀ ਹੈ ਕਿ ਇੱਕ ਦੂਜੇ ਦੇ ਨਾਲ ਕੰਪੈਰੀਜ਼ਨ ਕਰਨਾ, ਉੱਥੇ ਵੀ ਰਿਸ਼ਤਾ ਜਿਹੜਾ ਹੈ ਡਿਸਟਰਬ ਹੁੰਦਾ, ਮੁਸ਼ਕਲਾਂ ਆਉਂਦੀਆਂ ਨੇ। ਤੁਸੀਂ ਇੱਦਾਂ ਦਾ ਕੋਈ ਦੇਖਿਆ ਆਸ ਪਾਸ ਕਿ ਕੋਈ ਇੱਦਾਂ ਦੀ ਪ੍ਰੋਬਲਮ ਕ੍ਰੀਏਟ ਹੁੰਦੀ ਹੋਵੇ ਤਾਂ ਉਸ ਤੋਂ ਸਿੱਖਿਆ ਲਈ ਹੋਵੇ ਕਿ ਨਹੀਂ ਕੰਪੈਰੀਜ਼ਨ ਨਹੀਂ ਕਰਨਾ, ਠੀਕ ਹੈ ਜਿੱਦਾਂ ਚੱਲ ਰਿਹਾ ਵਧੀਆ? ਅਸੀਂ ਆਪਣੀ ਪ੍ਰੈਕਟਿਸ ਵਿੱਚ ਸਾਡੇ ਕੋਲ ਸਾਈਕਾਟ੍ਰਿਸਟ ਹੋਣ ਕਰਕੇ ਇਸ ਤਰ੍ਹਾਂ ਦੇ ਬਹੁਤ ਆਉਂਦੇ ਨੇ, ਹਸਬੈਂਡ ਵਾਈਫ ਦੀ ਫ੍ਰਿਕਸ਼ਨ, ਝਗੜਾ, ਲੜਾਈ, ਦੋਨੋਂ ਜਵਾਬ ਕਰਦੇ ਨੇ, ਉਹ ਮੈਂ ਨਹੀਂ ਛੱਡਣੀ, ਉਹ ਕਹਿੰਦਾ ਮੈਂ ਨਹੀਂ ਛੱਡਣੀ, ਜਾਂ ਬੱਚੇ ਰੁਲਦੇ ਰਹਿੰਦੇ ਨੇ, ਜਾਂ ਬੱਚੇ ਕਹਿੰਦੇ ਸਾਡਾ ਤਾਂ ਧਿਆਨ ਹੀ ਨਹੀਂ ਕਰਦੇ, ਇੱਦਾਂ ਦੇ ਕੇਸ ਬੜੇ ਆਉਂਦੇ ਰਹਿੰਦੇ ਸਾਡੇ। ਸੋ ਸਾਨੂੰ ਉਸ ਵਿੱਚ ਵੀ ਅਵੇਅਰਨੈਸ ਸੀਗੀ ਕਿ ਵੀ ਆਪਾਂ ਇਹ ਕੰਮ ਗਲਤ ਨਹੀਂ ਕਰਨਾ, ਤਾਂ ਵੀ ਥੋੜ੍ਹੀ ਜਿਹੀ ਮੈਂਟਲ ਅਵੇਅਰਨੈਸ ਦੇ ਨਾਲ ਵੀ ਫਾਇਦਾ ਸਾਨੂੰ ਹੋਇਆ। ਮੈਮ ਇੱਕ ਨਾ ਗੱਲ ਮੈਂ ਜ਼ਰੂਰ ਸੋਚਦੀ ਹੁੰਦੀ ਹਾਂ ਕਿ ਔਰਤ ਲਈ ਨਾ ਮੁਲਕ ਦੀ ਆਜ਼ਾਦੀ ਮਾਇਨੇ ਨਹੀਂ ਰੱਖਦੀ, ਮੁਲਕ ਆਜ਼ਾਦ ਹੈ
ਨਹੀਂ ਹੈ, ਉਹਦੇ ਵਾਸਤੇ ਕੋਈ ਉਹਦਾ ਮਾਇਨੇ ਨਹੀਂ ਹੈ। ਪਰ ਜੇਕਰ ਪਤੀ ਦੀ ਸੋਚ, ਪਿਤਾ ਦੀ ਸੋਚ ਜਾਂ ਆਪਣੇ ਪੁੱਤਰ ਦੀ ਸੋਚ ਆਜ਼ਾਦ ਹੈ ਤਾਂ ਔਰਤ ਆਜ਼ਾਦ ਹੈ। ਤੁਸੀਂ ਦੇਖਿਆ ਹੋਏਗਾ ਕਿ ਜਦੋਂ ਤੁਹਾਡਾ ਟਾਈਮ ਸੀਗਾ ਉਸ ਵੇਲੇ ਕਈ ਔਰਤਾਂ ਨੂੰ ਤਾਂ ਕੰਮ ਕਰਨ ਦਿੱਤਾ ਹੀ ਨਹੀਂ ਜਾਂਦਾ ਸੀ, ਐਜੂਕੇਸ਼ਨ ਦਿੱਤੀ ਹੀ ਨਹੀਂ ਜਾਂਦੀ ਸੀ, ਉਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਤਾਂ ਰੋਟੀਆਂ ਬਣਾਉਣੀਆਂ। ਇਸ ਸੋਚ ਬਾਰੇ ਤੁਸੀਂ ਕੀ ਕਹੋਗੇ? ਇਸ ਵੱਲੋਂ ਤਾਂ ਮੈਂ ਕਹਾਂਗੀ ਕਿ ਉੱਪਰ ਵਾਲੇ ਦੀ ਬੜੀ ਮਿਹਰ ਰਹੀ ਹੈ, ਕਿਉਂਕਿ ਮੇਰੇ ਪੇਰੈਂਟਸ ਵੀ ਅੰਗਰੇਜ਼ਾਂ 'ਚ ਰਹੇ, ਉੱਥੇ ਪੜ੍ਹਾਈ ਕੀਤੀ, ਸਭ ਕੁਛ ਬੜੇ ਲਿਬਰਲ ਸੀ। ਉਸੇ ਤਰ੍ਹਾਂ ਮੇਰੇ ਬ੍ਰਦਰ ਵੀ ਡਾਕਟਰ, ਭਾਬੀ ਵੀ, ਉਹ ਵੀ ਪੂਰੇ ਲਿਬਰਲ ਸੀ। ਔਰ ਮੈਂ ਬੜੀ ਖੁਸ਼ਕਿਸਮਤ ਹਾਂ ਕਿ ਮੇਰੇ ਲਾਈਫ ਪਾਰਟਨਰ ਵੀ ਜਿਹੜੇ ਨੇ ਇਹ ਬਹੁਤ ਖੁੱਲ੍ਹੇ ਦਿਲ ਦੇ ਮਾਲਕ ਸੀ। ਇਹਨਾਂ ਨੇ ਮੇਰੇ ਵਿੱਚ ਕੋਈ ਵੀ ਸ਼ੌਕ, ਕੋਈ ਵੀ ਕੰਮ ਜੋ ਮੈਂ ਕੀਤੇ ਨੇ ਉਹਦੇ ਵਾਸਤੇ ਹਮੇਸ਼ਾ ਮੋਟੀਵੇਟ ਕੀਤਾ ਕਿ ਵੀ ਤੁਸੀਂ ਇਸ ਕਰੋ, ਜ਼ਰੂਰ ਕਰੋ। ਮਤਲਬ ਮੈਂ ਤਾਂ ਕਿਸੇ ਵੇਲੇ ਅਗਰ ਥੋੜ੍ਹਾ ਜਿਹਾ ਸੋਚਾਂ ਕਰਾਂ ਨਾ ਕਰਾਂ, ਹੀ ਇਹ ਹਮੇਸ਼ਾ ਮੇਰੇ ਪਿੱਛੇ ਹੁੰਦੇ ਨੇ ਕਿ ਇਹ ਕਰੋ, ਜ਼ਰੂਰ ਕਰੋ। ਚਾਹੇ ਉਹਦੇ ਵਿੱਚ ਇਹਨਾਂ ਦਾ ਥੋੜ੍ਹਾ ਜਿਹਾ ਇਹਨਾਂ ਨੂੰ ਦਿੱਕਤ ਵੀ ਆਏ, ਪਰ ਇਹ ਉੱਪਰ ਵਾਲੇ ਦੀ ਬੜੀ ਮਿਹਰ ਹੈ ਕਿ ਬਹੁਤ ਵਧੀਆ ਲਾਈਫ ਪਾਰਟਨਰ ਮਿਲੇ। ਇੱਕ ਜੇ ਕਹਿੰਦੇ ਨਾ ਕਿ ਇੱਕ ਪਾਰਟਨਰ ਦਰਖਤ ਹੈ ਤਾਂ ਦੂਸਰਾ ਬੇਲ ਬਣਨਾ ਚਾਹੁੰਦਾ, ਤਾਂ ਇਹ ਉਸ ਦਰਖਤ ਦਾ ਸਹਾਰਾ ਬਹੁਤ ਹੁੰਦਾ, ਚਾਹੇ ਉਹ ਹਸਬੈਂਡ ਹੋਵੇ ਚਾਹੇ ਉਹ ਵਾਈਫ ਹੋਵੇ। ਇੱਕ ਦੂਜੇ ਨੂੰ ਸਹਾਰਾ ਦੇ ਕੇ ਜਦੋਂ ਤੁਸੀਂ ਤੁਰਦੇ ਹੋ ਤਾਂ ਮੈਨੂੰ ਲੱਗਦਾ ਕਿ ਰਿਸ਼ਤਾ ਦੂਰ ਤੱਕ ਜਾਂਦਾ। ਦੇਖ ਸਭ, ਇਹ ਖੂਬਸੂਰਤੀ ਨਾ ਤੁਹਾਡੇ ਰਿਸ਼ਤੇ ਦੇ ਵਿੱਚ ਮੈਂ ਦੇਖੀ ਹੈ। ਮੈਮ, ਤੁਸੀਂ ਸੋਸ਼ਲ ਵਰਕ ਦੇ ਨਾਲ ਵੀ ਜੁੜੇ ਰਹੇ ਹੋ, ਉਸਦੇ ਬਾਰੇ ਥੋੜ੍ਹਾ ਦੱਸੋ ਕਿ ਕਿਸ ਤਰ੍ਹਾਂ ਦਾ ਸੋਸ਼ਲ ਵਰਕ ਕਰਦੇ ਸੀ? ਬੱਚਿਆਂ ਤੋਂ ਫ੍ਰੀ ਹੋ ਕੇ ਥੋੜ੍ਹਾ, ਘਰ ਦੇ ਵਿੱਚ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਦੇਖੋ, ਜਦ ਤੱਕ ਤੇ ਬੱਚੇ ਛੋਟੇ ਸੀ, ਸਕੂਲ ਗੋਇੰਗ ਸੀ, ਉਸ ਤੋਂ ਬਾਅਦ ਵੀ, ਪਰ ਜਦੋਂ ਮੈਡੀਕਲ ਕਾਲਜ ਵਿੱਚ ਚਲੇ ਗਏ ਉਦੋਂ ਮੇਰੇ ਕੋਲ ਥੋੜ੍ਹਾ ਜਿਹਾ ਟਾਈਮ ਸੀ। ਔਰ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਿ ਡਾਕਟਰ ਬੀਇੰਗ ਇਹ ਸੈਕੈਟਰੀ ਸੀ, ਇਹਨਾਂ ਦੇ ਕੋਲ ਕੁਛ ਲੋਕ ਮਿਲਣ ਆਏ, ਮਿਸਿਸ ਬ੍ਰਿਜਮੋਹਨ ਮੁੰਜਾਲ, ਮਿਸਿਸ ਸ਼ਸ਼ੀ ਗੁਪਤਾ, ਇੱਥੇ ਮਤਲਬ ਤਿੰਨ ਚਾਰ ਇੱਥੋਂ ਦੀਆਂ ਲੇਡੀਜ਼ ਆਈਆਂ ਕਿ ਅਸੀਂ ਇਨਰ ਵੀਲ ਦੇ ਕੰਮ ਕਰ ਰਹੇ ਹਾਂ। ਉਹਦੇ ਵਿੱਚ ਸਾਡਾ ਮਨ ਹੈ ਕਿ ਅਸੀਂ ਮੈਂਟਲੀ ਚੈਲੇਂਜ ਬੱਚਿਆਂ ਦੀ ਇੱਕ ਸਕੂਲ ਖੋਲ੍ਹਣਾ। ਠੀਕ। ਤੇ ਇਹ ਸੈਕੈਟਰੀ ਸੀ ਕਿ ਤੁਸੀਂ ਸਾਨੂੰ ਸਲਾਹ ਮਸ਼ਵਰਾ ਦਿਓ ਤੇ ਤੁਸੀਂ ਸਾਨੂੰ ਉਸ ਦੀ ਸਾਰਾ ਬਣਾਉਣ ਵਾਸਤੇ ਹੈਲਪ ਕਰੋ। ਠੀਕ ਹੈ। ਡਾਕਟਰ ਨੇ ਮੈਨੂੰ ਵੀ ਮਿਲਾਇਆ ਉਹਨਾਂ ਦੇ ਨਾਲ। ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਤੁਸੀਂ ਸਾਡੀ ਇਨਰ ਵੀਲ ਦੇ ਮੈਂਬਰ ਬਣੋ, ਇੱਕ ਅੱਧੇ ਫੰਕਸ਼ਨ ਤੇ ਇਨਵਾਈਟ ਕੀਤਾ। ਮੈਨੂੰ ਅੱਛਾ ਲੱਗਿਆ ਕਿ ਸੇਵਾ ਦੇ ਕੰਮ ਕਰ ਰਹੇ ਨੇ। ਬਸ ਉਸ ਤਰੀਕੇ ਨਾਲ ਮੈਂ ਜੁੜੀ। ਉਹ ਉਦਣ ਦਾ ਦਿਨ ਜਿਹੜੀ ਮੈਂ ਜੁੜੀ, ਮੈਨੂੰ ਨਹੀਂ ਪਤਾ, ਕਦੀ DC ਨੇ, ਕਦੀ ਪੁਲਿਸ ਵਾਲਿਆਂ ਨੇ, ਕਦੀ ਰਾਜਭਵਨ ਤੋਂ, ਇੰਨੀਆਂ ਕੁਛ ਮੈਨੂੰ ਕੰਮ ਮਿਲ ਗਏ, ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਕਿ ਮੈਂ ਬਹੁਤ ਪੂਰੀ ਤਰ੍ਹਾਂ ਇਹਨਾਂ ਕੰਮਾਂ 'ਚ ਇਨਵੋਲਵ ਹੋ ਗਈ। ਅਤੇ ਡਾਕਟਰ ਦਾ ਸਾਥ ਸੀ, ਇਹਨਾਂ ਨੇ ਕਦੀ ਮਨਾ ਨਹੀਂ ਕੀਤਾ, ਚਾਹੇ ਮੈਨੂੰ ਚੰਡੀਗੜ੍ਹ ਰਾਜਭਵਨ ਮੀਟਿੰਗ 'ਤੇ ਜਾਣਾ ਪੈ ਰਿਹਾ, ਚਾਹੇ ਮੈਨੂੰ DC ਦੇ ਨਾਲ, ਮਿਸਿਸ DC ਨਾਲ, ਮਤਲਬ ਬਹੁਤ ਕੰਮ ਕੀਤਾ, ਪਰ ਇਹਨਾਂ ਦੀ ਬਿਲਕੁਲ ਹੈਲਪ ਦੇ ਨਾਲ। ਮੈਂ ਜੋ ਸੋਸ਼ਲ ਵਰਕ ਕਰਦੇ ਸੀ, ਇੱਕ NGO ਸੀ, ਇਸ ਤਰ੍ਹਾਂ ਕਿ ਵੀ ਕਈ ਅਲੱਗ ਅਲੱਗ ਤਰ੍ਹਾਂ ਦੇ, ਜਿਸ ਤਰ੍ਹਾਂ ਇਨਰ ਵੀਲ ਹੈ ਉਹ ਤੇ ਇੱਕ NGO ਹੈ ਜੀ। ਅਸੀਂ ਮੈਂਟਲੀ ਚੈਲੇਂਜ ਬੱਚਿਆਂ ਦਾ ਸਕੂਲ ਖੋਲਿਆ, ਉਹ ਵੀ ਇੱਕ NGO ਦਾ ਹੀ ਪਾਰਟ ਸੀ। ਚਾਰ ਬੱਚਿਆਂ ਤੋਂ ਸ਼ੁਰੂ ਕੀਤਾ, 42 ਸਾਲ ਹੋ ਗਏ ਨੇ ਸਾਨੂੰ ਸ਼ੁਰੂ ਕੀਤੇ ਹੋਏ, ਜਿਹਦੇ 'ਚ ਹੁਣ 60-65 ਬੱਚਾ ਹੈ। ਔਰ ਇਹਨਾਂ ਦਾ ਜਿਹੜਾ ਲੈਵਲ ਹੈ ਇਸ ਵੇਲੇ, ਆਲ ਵਰਲਡ ਦੇ ਵਿੱਚੋਂ ਉਹਨਾਂ ਨੇ ਅਵਾਰਡ ਵਿਨ ਕੀਤਾ ਹੈਗਾ, ਉਹ ਮਤਲਬ ਬਾਹਰ ਵੀ ਓਲੰਪਿਕਸ, ਪੈਰਾ ਓਲੰਪਿਕਸ 'ਚ ਜਾਂਦੇ ਨੇ, ਬਹੁਤ ਅੱਛਾ। ਉਸ ਤੋਂ ਬਾਅਦ ਫਿਰ ਮੈਨੂੰ ਕੰਮ ਮਿਲ ਗਿਆ ਕਿ DC ਦੀ ਵਾਈਫ ਨਾਲ ਆਸ਼ੀ ਦੇ 'ਚ, ਐਸੋਸੀਏਸ਼ਨ ਆਫ ਸੋਸ਼ਲ ਹੈਲਥ ਇੰਡੀਆ, ਅੱਛਾ, ਉਹਦੇ 'ਚ ਮੈਂ ਕੰਮ ਕਰਦੀ ਸੀ, ਕਿੰਨੇ ਸਾਲ ਕੀਤਾ। ਫਿਰ ਉਹਦੇ ਵਿੱਚ ਹੀ ਕੰਮ ਕਰਦੇ ਕਰਦੇ ਮੈਨੂੰ ਲੋਕ ਅਦਾਲਤ ਦਾ ਮਿਲ ਗਿਆ, ਜੁਵੀਨਾਈਲ ਕੋਰਟ ਦਾ ਮਿਲ ਗਿਆ। ਜੁਵੀਨਾਈਲ ਕੋਰਟ ਦਾ ਕਰਦੇ ਕਰਦੇ ਸੈਸ਼ਨ ਜੱਜ ਸਾਹਿਬ ਜਿਹੜੇ ਵੀ ਸੀ ਉਸ ਵਕਤ, ਉਹਨਾਂ ਨੇ ਕਿਹਾ ਕਿ ਸਾਡੀ ਓਬਜ਼ਰਵੇਟਰੀ ਹੋਮ ਜਿਹੜਾ ਜੁਵੀਨਾਈਲ ਹੈਗਾ ਹੋਮ, ਉਹਦੇ 'ਚ ਬੜੀਆਂ ਪ੍ਰੋਬਲਮਸ, ਉਹਦਾ ਸ਼ੁਰੂ ਕੀਤਾ।
ਕਿਉਂਕਿ ਸਾਰਿਆਂ ਨਾਲ ਬੜਾ ਇੱਕ ਅੱਛਾ ਬੌਂਡ ਸੀ, ਡੀ ਸੀ ਦੀ ਵਾਈਫ ਨਾਲ, ਏ ਡੀ ਸੀਜ਼ ਦੇ ਨਾਲ, ਉਹਨਾਂ ਦੀ ਹੈਲਪ ਨਾਲ, ਮੀਡੀਆ ਦੀ ਹੈਲਪ ਨਾਲ ਅਸੀਂ ਉਹਦਾ ਬੜਾ ਸੁਧਾਰ ਕੀਤਾ, ਬਹੁਤ ਕੰਮ ਕੀਤੇ ਉੱਥੋਂ ਵਾਸਤੇ, ਉਹ ਕੰਮ ਕੀਤਾ। ਫਿਰ ਉਸ ਤੋਂ ਬਾਅਦ ਚਾਈਲਡ ਵੈਲਫੇਅਰ ਕੌਂਸਲ ਦੇ ਮੈਂਬਰ ਬਣ ਗਏ, ਰੈੱਡ ਕਰੋਸ ਦੇ ਲਾਈਫ ਮੈਂਬਰ ਬਣ ਗਏ, ਬਸ ਚੱਲੀ ਚੱਲੇ ਚੱਲੀ। ਫਿਰ ਡਾਕਟਰ ਦੇ ਨਾਲ ਅਸੀਂ ਅਪਾਹਿਜ ਆਸ਼ਰਮ ਦੇ ਕੰਮ ਕੀਤੇ, ਹੁਣ ਇੱਕ ਚਲਾ ਰਹੇ ਹੈਗੇ ਹਾਂ, ਅਸੀਂ ਸ਼ੁਰੂ ਕੀਤਾ ਹੋਇਆ ਕੋਵਿਡ ਤੋਂ ਪਹਿਲਾਂ ਦਾ ਬਿਊਟੀ ਪਾਰਲਰ ਦੀ ਫਰੀ ਕਲਾਸਿਸ ਇਕਨੋਮਿਕਲੀ ਵੀਕ ਏਰੀਆ ਦੇ ਵਿੱਚ, ਜਿੱਥੇ ਕਿ ਉਹ 30-30 ਗਜ਼ ਦੇ ਪਲੋਟਸ ਨੇ ਜਿਹਦੇ 'ਚ ਕੋਈ ਰਿਕਸ਼ੇ ਵਾਲੇ ਜਾਂ ਜਿਹੜੇ ਘਰ ਸਫਾਈ ਵਗੈਰਾ ਕਰਦੇ ਨੇ ਉਹਨਾਂ, ਉਹ ਸਾਰੇ ਉੱਥੇ ਰਹਿੰਦੇ ਨੇ। ਉਹਨਾਂ ਦੀਆਂ ਬੱਚੀਆਂ ਵਾਸਤੇ ਸਰਟੀਫਾਈਡ ਕੋਰਸ ਹੈ ਔਰ ਬੜੇ ਅੱਛੇ ਟੀਚਰਸ ਕੋਲੋਂ ਅਸੀਂ ਉਹਨਾਂ ਕਰਾਉਂਦੇ ਹੈਗੇ ਹਾਂ। ਔਰ ਖੁਸ਼ੀ ਇਹ ਕਿ ਇੰਨੇ ਸਾਲ ਵਿੱਚ ਕਰਦੇ ਕਰਦੇ ਜਿਹੜੇ ਬੱਚਿਆਂ ਨੇ ਕੀਤਾ, ਇਸ ਵੇਲੇ ਉਹ ਕੰਮ ਕਰ ਰਹੀਆਂ ਨੇ, ਪੈਸੇ ਅਰਨ ਕਰ ਰਹੀਆਂ ਨੇ। ਸਾਡਾ ਏਮ ਹੀ ਇਹ ਸੀ ਕਿ ਸ਼ਾਦੀ ਤੋਂ ਬਾਅਦ ਉਹਨਾਂ ਕੋਲ ਆਪਣਾ ਪੋਕਿਟ ਮਨੀ ਬਣਾਉਣ ਦਾ ਕੋਈ ਸੋਰਸ ਹੋਏ। ਸੋ ਦੈਟ ਵੀ ਆਰ ਡੂਇੰਗ। ਡਾਕਟਰ ਸਾਹਿਬ ਅਪਾਹਿਜ ਆਸ਼ਰਮ ਲਈ ਬਹੁਤ ਕੰਮ ਕਰ ਰਹੇ ਨੇ, ਇਹ ਆਪੇ ਹੀ ਦੱਸਣਗੇ ਕੀ ਕੁਛ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਤੁਸੀਂ ਸੋਸ਼ਲ ਵਰਕ ਦੇ ਨਾਲ ਜੁੜੇ ਹੋਏ ਹੋ। ਹਾਂਜੀ, ਸੋਸ਼ਲ ਵਰਕ ਸਾਰਾ ਵੀ ਗ੍ਰੈਜੂਅਲੀ ਇੰਟਰਸਟ ਡਿਵੈਲਪ ਹੋ ਗਿਆ ਜਦੋਂ ਅਸੀਂ ਇੰਟਰਵਿਊ ਕਲੱਬ ਨਾਲ ਮਿਲ ਕੇ ਮੈਂਟਲੀ ਚੈਲੇਂਜ ਦਾ ਸਕੂਲ ਖੋਲ੍ਹਿਆ। ਇਸ ਸਕੂਲ 'ਚ ਅਸੀਂ ਕੋਈ ਫੀਸ ਨਹੀਂ ਰੱਖੀ ਸੀ, ਫਰੀ ਆਫ ਚਾਰਜ ਨਾ, 3-wheeler ਦੇ ਬੱਚਿਆਂ ਦੇ ਘਰ ਤੋਂ ਬੱਚਿਆਂ ਲੈ ਕੇ ਆਉਣਾ, ਫਿਰ ਬੱਚਿਆਂ ਛੱਡ ਕੇ ਆਉਣਾ। ਅਤੇ ਉਸ ਦੌਰਾਨ ਬੱਚਿਆਂ ਨੂੰ ਮੈਂਟਲੀ ਚੈਲੇਂਜ, ਉਹਨਾਂ ਨੂੰ ਤੁਹਾਨੂੰ ਪਤਾ ਹੈ ਕਿ ਮੈਂਟਲੀ ਚੈਲੇਂਜ ਬੱਚਾ ਨਾ ਤਾਂ ਬਰੱਸ਼ ਕਰ ਸਕਦਾ, ਨਾ ਪਕੜ ਸਕਦਾ, ਨਾ ਉੱਠ ਸਕਦਾ, ਇਹ ਸਾਰੀ ਚੀਜ਼ ਸਿਖਾਉਂਦੇ ਸੀਗੇ। ਉਹਨਾਂ ਦੇ ਪੇਰੈਂਟਸ ਨੂੰ ਇਹ ਰਿਲੀਫ ਹੋ ਗਿਆ, ਜਿਹੜਾ ਘਰ ਬੱਚਾ ਤੰਗ ਕਰਦਾ ਸੀਗਾ ਉਹ 5 ਘੰਟੇ ਰਿਲੀਫ ਉਹਨਾਂ ਨੂੰ ਮਿਲ ਗਿਆ। ਫਿਰ ਉਹ ਕੁਛ ਪੜ੍ਹਾ ਸਕਾ ਜਾਂ ਨਹੀਂ ਸਕਦੇ ਸੀਗੇ, ਅਸੀਂ ਸਕੂਲ 'ਚ ਕੰਮ ਕਰ ਦਿੰਦੇ ਸੀਗੇ। ਔਰ ਇੰਨਾ ਹੋਇਆ ਕਈ ਬੱਚਿਆਂ ਨੂੰ ਅਸੀਂ ਕੰਮ ਸਿਖਾਇਆ, ਨਿੱਕਾ ਮੋਟਾ ਕੰਮ ਸਿਖਾਇਆ, ਜਿਵੇਂ ਇੱਕ ਪਿੰਡ ਵਿੱਚ ਸ਼ਟਰ ਪਾਉਣਾ ਹੁੰਦਾ ਕੋਈ, ਇੱਦਾਂ ਇੱਥੇ ਫੈਕਟਰੀ ਨੇ, ਉਹਨਾਂ ਫੈਕਟਰੀ 'ਚ ਕੰਟਰੈਕਚੁਅਲ ਜੋਬ ਮਿਲਦੇ ਨੇ, ਇਹਨਾਂ ਬੱਚਿਆਂ ਨੂੰ ਉੱਥੇ ਪਲੇਸਮੈਂਟ ਕਰਾ ਦਿੱਤੀ। ਅੱਛਾ, ਰੋਜ਼ਗਾਰ ਵੀ ਉਹ ਪਲੇਸਮੈਂਟ ਹੋਣ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਫਿਰ ਉਹਨਾਂ ਨੇ ਪਲੇਸ ਕਰ ਦਿੱਤੀ, ਅਤੇ ਉਹਨਾਂ ਦੀ ਫੈਮਿਲੀ ਦਾ ਇਨਕਮ ਸੋਰਸ ਵੱਧ ਗਿਆ ਹੈਗਾ। ਠੀਕ ਹੈ, ਇਹ ਅਸੀਂ ਕੰਮ ਤਾਂ ਇਸ ਤਰ੍ਹਾਂ ਉੱਥੋਂ ਸੋਸ਼ਲ ਵਰਕ ਸ਼ੁਰੂ ਹੋ ਗਿਆ। ਫਿਰ ਅਸੀਂ ਰੋਟਰੀ ਕਲੱਬ 'ਚ ਬੜਾ ਇੰਟਰਸਟ ਪਿਆ ਜੀ, ਰੋਟਰੀ ਕਲੱਬ ਵਰਗਾ, ਇਹਦੇ ਕਾਫੀ ਮੈਂ ਪਿੱਛੇ ਇਸ ਦਾ ਪ੍ਰੈਜੀਡੈਂਟ ਸੀਗਾ। ਠੀਕ, ਅਤੇ ਇਸ ਤਰ੍ਹਾਂ ਬੜੇ ਅਸੀਂ ਸੋਸ਼ਲ ਕੰਮ ਕੀਤੇ। ਕੋਵਿਡ ਦੇ ਦੌਰਾਨ 'ਚ ਅਸੀਂ ਕੋਈ 10,000 ਮਾਸਕ ਉੱਥੋਂ USA ਤੋਂ ਮੰਗਵਾ ਕੇ ਇੱਥੇ ਫ੍ਰੀ ਡਿਸਟ੍ਰੀਬਿਊਟ ਕੀਤੇ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ, ਅਤੇ ਕੋਵਿਡ ਦੌਰਾਨ 'ਚ ਵੀ ਕੰਮ ਕੀਤਾ। ਉਦੋਂ ਬਾਅਦ ਹੋਰ ਅਸੀਂ ਕੰਮ ਰੋਟਰੀ ਕਲੱਬ ਦੇ ਪ੍ਰੋਜੈਕਟ ਕਰਦੇ ਰਹੇ ਹਾਂ ਜੀ। ਪਰਟੀਕੁਲਰ ਜਿਵੇਂ ਗੌਰਮੈਂਟ ਸਕੂਲ ਕਾਲਜ ਰੋਡ 'ਤੇ ਹੈਗਾ, ਇਹਨਾਂ 3 ਸਕੂਲਾਂ ਵਿੱਚ ਅਸੀਂ ਵਾਟਰ ਕੂਲਰ ਪ੍ਰੋਵਾਈਡ ਕੀਤੇ ਬੱਚਿਆਂ ਵਾਸਤੇ, ਤਾਂ ਠੰਡਾ ਪਾਣੀ ਪੀ ਸਕਣ, ਕਿਤਾਬਾਂ ਦਿੱਤੀਆਂ ਇਹਨਾਂ ਨੂੰ, ਸਟੇਸ਼ਨਰੀ ਦਿੱਤੀ, ਇਹਨੂੰ ਯੂਨੀਫਾਰਮ ਵੀ ਦਿੱਤੇ, ਅਤੇ ਇਸ ਤਰ੍ਹਾਂ ਇੱਕ ਐਸੀ ਇਹਨਾਂ ਨੇ ਡਾਕਟਰਾਂ ਨੇ ਰਿਕਾਰਡ ਤੋੜਤਾ ਰੋਟਰੀ ਦਾ। ਇਹਨਾਂ ਨੇ 1 ਸਾਲ ਦੇ ਵਿੱਚ 85 ਪ੍ਰੋਜੈਕਟਸ ਕੀਤੇ ਵੈਲਫੇਅਰ ਦੇ। ਵਾਹ, ਗ੍ਰੇਟ। ਮਤਲਬ ਇਹਨਾਂ ਨੂੰ ਡਿਸਟ੍ਰਿਕਟ ਵੱਲੋਂ ਸਟੈਂਡਿੰਗ ਓਵੇਸ਼ਨ ਮਿਲੀ। ਔਰ ਬੱਚਿਆਂ ਨੂੰ ਸਵੈਟਰ ਦਿੰਦੇ ਸੀਗੇ ਸਰਦੀਆਂ 'ਚ। ਇਸ ਤਰ੍ਹਾਂ ਦੀਆਂ ਕਾਫੀ ਫੋਟੋਗ੍ਰਾਫਸ ਨੇ, ਮਤਲਬ ਜਿਹੜੀ ਕੰਮ ਕਰਦੇ ਰਹੇ ਨੇ। ਜਾਣਾ ਪਿਆ ਇੱਥੇ ਅਪਾਹਿਜ ਆਸ਼ਰਮ ਹੈ, ਅਪਾਹਿਜ ਆਸ਼ਰਮ ਨਾਮ ਮਤਲਬ ਕਿ ਉੱਥੇ ਹੋਮਲੈਸ ਪਰਸਨ, ਜਿਵੇਂ ਆਪਾਂ ਕਹਿੰਦੇ ਗਊਸ਼ਾਲਾ 'ਚ ਹੋਮਲੈਸ ਗਾਵਾਂ ਹੁੰਦੀਆਂ ਨੇ, ਇੱਥੇ ਹੋਮਲੈਸ ਸਾਰੇ ਬੰਦੇ ਨੇ, ਔਰਤਾਂ ਨੇ ਜਿਹਨਾਂ ਸੜਕ ਤੋਂ ਚੁੱਕਦੇ ਨੇ, ਲੋਕੀ ਛੱਡ ਜਾਂਦੇ ਨੇ ਸੜਕ 'ਤੇ, ਉਹ ਸਾਰਿਆਂ ਨੂੰ ਉਹ ਸੰਸਥਾ ਬਣੀ ਉੱਥੋਂ ਦੀ, ਉਹ ਲੈ ਆਉਂਦੀ ਹੈ,
ਕਿਸੇ ਦੀ ਲੱਤ ਟੁੱਟੀ, ਕਿਸੇ ਬਾਂਹ ਟੁੱਟੀ, ਕਿਸੇ ਇੰਜਰੀ ਹੈ, ਕੋਈ ਖਾਣ ਨੂੰ ਮਿਲਿਆ, ਉਹ ਸਾਰੇ ਲੋਕ ਕਾਫਟ ਕਰਦੇ ਨੇ। ਅਤੇ ਉਹਨਾਂ ਨੂੰ ਮੇਰੇ ਨਾਲ ਕੰਟੈਕਟ ਹੋਇਆ ਹੋਇਆ ਕਿ ਉੱਥੇ ਹੁਣ ਜਦੋਂ ਸ਼ੁਰੂ ਕੀਤਾ ਸੀ ਮੈਂ, ਉਹ 60-65 ਬੰਦੇ ਬੱਚੇ ਔਰਤਾਂ ਸੀਗੀਆਂ, 25-30 ਉਹਦੇ ਵਿੱਚ ਮੈਂਟਲੀ ਇਲ ਸੀਗੇ। ਅੱਛਾ। ਤੇ ਉਹਨਾਂ ਨੂੰ ਫਿਕਰ ਸੀ ਹੁਣ ਇਹਨਾਂ ਦਾ ਇਲਾਜ ਕਿਵੇਂ ਕਰਾਈਏ, ਤੇ ਉਹਨਾਂ ਵਾਸਤੇ ਤਾਂ ਬੜਾ ਮੁਸ਼ਕਿਲ ਸੀ, ਦਵਾਈ ਕਰਾਉਣੀ, ਇਲਾਜ ਕਰਾਉਣਾ, ਖਰਚਾ ਕਰਨਾ। ਉਹਨਾਂ ਫਿਰ ਮੈਨੂੰ ਕੰਟੈਕਟ ਕੀਤਾ, ਮੈਂ ਉੱਥੇ ਜਾ ਕੇ ਜਾਣਾ ਸ਼ੁਰੂ ਕਰਤਾ। ਮਹੀਨੇ ਬਾਅਦ, 15 ਦਿਨਾਂ ਬਾਅਦ, ਹਫ਼ਤੇ ਬਾਅਦ ਟੈਲੀਫੋਨ 'ਤੇ ਹਰ ਵਾਰ ਅਵੇਲੇਬਲ, ਦਵਾਈਆਂ ਦਾ ਇੰਤਜ਼ਾਮ ਕਰਤਾ, ਉੱਥੇ ਉਹਨਾਂ ਦੀ ਟ੍ਰੀਟਮੈਂਟ ਕਰਨਾ ਸ਼ੁਰੂ ਕਰਤਾ। ਉਹ ਅੱਜ ਸਾਨੂੰ ਕਰਦੇ 7-8 ਹੋ ਗਏ। ਹੁਣ ਇਸ ਵੇਲੇ ਉੱਥੇ 100-300 ਬੰਦਾ ਹੁੰਦਾ, 100-125 ਮੈਂਟਲੀ ਇਲ ਹੈ, ਉਹਨਾਂ ਦਾ ਟ੍ਰੀਟਮੈਂਟ ਅਸੀਂ ਫ੍ਰੀ ਆਫ ਚਾਰਜ ਕਰ ਰਹੇ ਹਾਂ। ਸਰਾਬਾ ਪੀਣੇ ਚਾਹੀਦੇ ਉਹਨਾਂ ਨੇ ਬੜਾ ਅੱਛਾ ਸਿਸਟਮ ਰੱਖਿਆ ਹੋਇਆ ਵਟਸਐਪ 'ਤੇ, ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਉਹ ਪਾ ਦਿੰਦੇ ਨੇ, ਔਰ ਅਸੀਂ ਉਹ ਕੋਆਰਡੀਨੇਟ ਕਰ ਦਿੰਦੇ ਹਾਂ। ਜਿਸ ਤਰ੍ਹਾਂ ਹੁਣ ਆਇਆ ਕਿ ਇੰਨੇ ਸਾਨੂੰ ਵੱਡੇ ਕਨਸਤਰ ਫਿਨਾਇਲ ਦੇ ਚਾਹੀਦੇ ਨੇ, ਇੰਨੀ ਡਿਟੋਲ ਚਾਹੀਦੇ ਨੇ, ਇੰਨੇ ਉਹ ਡਿਸਪੋਜ਼ੇਬਲ ਚਾਹੀਦੇ ਨੇ, ਕੀ ਕਹਿੰਦੇ ਨੇ ਇਹਨਾਂ ਨੂੰ, ਨੈਪਕਿਨਸ ਵਗੈਰਾ, ਕਿਉਂਕਿ ਕਈ ਉਹ ਅਸੀਂ ਕਰਦੇ ਹਾਂ, ਉਹ ਫਟਾਫਟ ਇਕੱਠਾ ਹੋ ਜਾਂਦਾ ਸਮਾਨ। ਪਿੱਛੇ 18 ਪੱਖਿਆਂ ਦੀ ਲੋੜ ਸੀ ਕਿ ਉਹਨਾਂ ਨੇ ਫਲੋਰ ਬਣਾਇਆ, ਤੁਸੀਂ ਇਹ ਦੇਖ ਲਓ ਕਿ 2 ਘੰਟੇ 'ਚ 18 ਪੱਖੇ ਲੋਕਾਂ ਨੇ ਇਕੱਠੇ ਕਰਤੇ। ਲੋਕਾਂ ਨੇ ਪੈਸੇ ਦੇਣ ਨੂੰ ਸਾਰਾ ਕੰਮ ਤਾਂ, ਹਾਂ, ਕੋਆਰਡੀਨੇਟ ਕਰ ਦਿਓ, ਉਹਨੂੰ ਰਿਕੁਐਸਟ ਕਰ ਦਿਓ, ਪੈਸੇ 1-2 ਪਿਛਵਾਓ ਅਤੇ ਬਸ ਹੋ ਜਾਂਦਾ। ਕਿਸੇ 2 ਪੱਖੇ ਦਿੱਤੇ, ਕਿਸੇ 1 ਪੱਖਾ ਦਿੱਤਾ, ਕਿਸੇ 6 ਪੱਖੇ 18 ਕਰਤੇ। ਐਵੇਂ ਰਾਸ਼ਨ ਦੀ ਲੋੜ ਪੈਂਦੀ ਉਹਨਾਂ ਨੂੰ, ਕਿਸੇ ਨੇ 5 ਕਿਲੋ ਦਾਲ ਦਿੱਤੀ, ਦੂਜਿਆਂ ਨੇ 5 ਕਿਲੋ ਸ਼ੂਗਰ ਦੇ ਦਿੱਤੀ, ਉੱਥੇ ਰਾਸ਼ਨ ਦੀ ਲੋੜ ਪੈਂਦੀ, ਟੁੱਥਪੇਸਟ ਦੀ ਲੋੜ ਪੈਂਦੀ, ਸਨੈਕਸ ਦੀ ਲੋੜ ਪੈਂਦੀ, ਬਿਸਕੁਟ ਦੀ ਲੋੜ ਪੈਂਦੀ, ਅਤੇ ਜਿਵੇਂ ਜਿਵੇਂ ਉਹਨਾਂ ਦੀ ਲੋੜ ਹੁੰਦੀ ਥੋੜ੍ਹੀ ਜਿਹੀ ਹੈ। ਉਹ ਪਿੰਡ 'ਚ ਹੈਗਾ ਦੁੱਧ, ਘਿਓ, ਮੱਖਣ, ਉਹ ਉੱਥੋਂ ਪਿੰਡ ਦੇ ਲੋਕ ਦੇ ਜਾਂਦੇ ਨੇ। ਪੁਰਾਣੇ ਕੱਪੜੇ ਗਰਮੀਆਂ ਸਰਦੀਆਂ ਪਹੁੰਚ ਜਾਂਦੇ ਨੇ, ਸੋ ਉਹਨਾਂ ਵਾਸਤੇ ਕੰਮ ਚੱਲ ਰਿਹਾ। ਕਈ ਵਾਰੀ ਤਾਂ ਉਹਨਾਂ ਨੂੰ ਚਿੱਟਾ ਕੱਪੜਾ ਚਾਹੀਦਾ ਹੁੰਦਾ ਕਿ ਜਿਹੜੇ ਪੂਰੇ ਹੋ ਜਾਂਦੇ ਨੇ ਉਹਨਾਂ ਨੂੰ ਕਵਰ ਕਰਨ ਵਾਸਤੇ, ਵੀ ਉਹ ਵੀ ਫਿਰ ਥਾਨ ਭੇਜਣੇ ਪੈਂਦੇ। ਅਤੇ ਮੈਮ ਕਈ ਵਾਰ ਹੁੰਦਾ ਕਿ ਜਿਹੜੇ ਤੁਸੀਂ ਕਿਹਾ ਕਿ ਬੇਸਹਾਰਾ ਨੇ, ਜਿਹਨਾਂ ਦਾ ਘਰ ਬਾਰ ਨਹੀਂ ਹੈ, ਪਤਾ ਨਹੀਂ ਹੈ, ਪਰ ਕਈ ਵਾਰ ਹੋ ਜਾਂਦਾ ਕਿ ਲੱਭ ਹੀ ਜਾਂਦੇ, ਫਿਰ ਉਹਨਾਂ ਦੇ ਪੇਰੈਂਟਸ ਲੈ ਜਾਂਦੇ ਨੇ ਜਾਂ ਉਹਨਾਂ ਦੇ ਬੱਚੇ ਲੈ ਜਾਂਦੇ ਨੇ। ਉਹ ਵੀ ਦੱਸਣੇ ਆ, ਕੁਝ ਪੇਸ਼ੈਂਟ ਇਹੋ ਜਿਹੇ ਹੋਏ ਜਿਹਨਾਂ ਅਸੀਂ ਟ੍ਰੀਟ ਕੀਤਾ, ਜਿਹਨਾਂ ਨੂੰ ਕਦੇ ਕੁਝ ਪਤਾ ਨਹੀਂ ਸੀਗਾ, ਫੋਨ ਛੱਡ ਗਿਆ, ਕਿਵੇਂ ਆਇਆ ਕੁਝ, ਅਤੇ ਟ੍ਰੀਟਮੈਂਟ ਕਰਨ ਤੋਂ ਬਾਅਦ ਉਹਨਾਂ ਨੂੰ ਹੋਸ਼ ਆਈ, ਸਮਝ ਆਈ ਕਿ ਅਸੀਂ ਕਿੱਥੇ ਬੈਠੇ ਹਾਂ। ਉਹਨਾਂ ਕੋਲ ਫਿਰ ਉਹਨਾਂ ਐਡਰੈਸ ਪੁੱਛਿਆ, ਉਹਨੇ ਐਡਰੈਸ ਦੱਸਿਆ, ਉਹ ਐਡਰੈਸ ਦੇਖ ਕੇ ਯਾਦ ਅਸੀਂ ਕੰਟੈਕਟ ਕੀਤਾ, ਅਖਬਾਰ ਦਿੱਤਾ, ਉਹਨਾਂ ਦੇ ਬੱਚੇ ਪੇਰੈਂਟਸ ਆ ਗਏ, ਉਹ ਆ ਕੇ ਉਹਨਾਂ ਨੂੰ ਲੈ ਕੇ ਗਏ। ਇੱਕ ਬਹੁਤ ਵੱਡਾ ਪੁੱਲ ਦਾ ਕੰਮ ਲੈ ਕੇ ਗਏ। ਉਹ ਆਪਣੇ ਇੱਕ ਫੈਮਿਲੀ ਜਿਹੜੀ ਸੀ, ਮਾਂ ਨੂੰ ਗੁਆਈ ਬੈਠੇ ਸੀ, ਹੈ ਹੀ ਨਹੀਂ, 5 ਸਾਲਾਂ ਬਾਅਦ ਮਿਲੀ ਉਹਨਾਂ ਮਾਂ। ਇੱਕ ਹੋਰ ਲੜਕਾ ਸੀ ਜਿਹੜਾ 30 ਸਾਲ ਦਾ ਸੀ, ਉਹ ਵੀ ਇਸੇ ਤਰ੍ਹਾਂ, ਉਹਨੂੰ ਕੁਛ ਪਤਾ ਨਹੀਂ ਸੀ ਜਦੋਂ ਉਹਦੀ ਟ੍ਰੀਟਮੈਂਟ ਹੋਈ 6 ਮਹੀਨੇ ਬਾਅਦ, ਉਹਨੂੰ ਯਾਦ ਆਇਆ ਮੈਂ ਤੇ PhD ਕੀਤੀ ਹੋਈ ਹੈ। ਅੱਛਾ। ਔਰ ਮੈਂਟਲੀ ਲੋਗ ਪਤਾ ਹੀ ਨਹੀਂ ਲੱਗਿਆ, ਪਤਾ ਹੀ ਨਹੀਂ ਚੱਲਿਆ। ਫਿਰ ਉਹਨੂੰ ਸਾਰਾ ਕੁਛ ਯਾਦ ਆ ਗਿਆ। ਫਿਰ ਇੱਕ ਦਿਨ ਗਏ ਤੇ ਕਿੱਥੇ ਹੈ ਸੁਰਿੰਦਰ, ਕਹਿਣ ਲੱਗੇ ਜੀ ਉਹ ਤਾਂ ਇੰਟਰਵਿਊ ਤੇ ਗਿਆ,
ਕਿੰਨਾ ਅੱਛਾ ਲੱਗਦਾ ਨਾ ਉਦੋਂ ਦਿਲ ਨੂੰ ਕਿ ਵੀ ਸਕੂਨ ਮਿਲਦਾ ਹੈ ਕਿ ਜਿਸ ਜਜ਼ਬੇ ਨਾਲ ਕੰਮ ਸ਼ੁਰੂ ਕੀਤਾ ਸੀ ਔਰ ਜਿਹੜਾ ਮੋਟਿਵ ਸੀਗਾ ਉਹ ਕੰਪਲੀਟ ਹੋ ਗਿਆ। ਜਿਹੜੇ ਬੰਦੇ ਨਹੀਂ ਉੱਥੇ ਆਉਂਦੇ ਕੁਛ ਲੈਣ ਵਾਸਤੇ ਉਹ ਉੱਥੇ ਟ੍ਰੀਟਮੈਂਟ ਹੋਈ ਜਾਂਦਾ, ਖਾਣਾ ਪੀਣਾ ਚਲੀ ਜਾਂਦਾ, ਲੁੱਕ ਆਊਟ ਕਰ ਦਈਦਾ, ਉਹਦੇ ਨਾਲ ਕੰਮ ਚੱਲ ਰਿਹਾ ਉਹਨਾਂ ਦਾ ਸਿਸਟਮ। ਡਾਕਟਰ ਸਾਹਿਬ ਲੋਕ ਵੀ ਬੜੇ ਜੁੜੇ ਹੋਣੇ ਤੁਹਾਡੇ ਨਾਲ, ਕਿਹਦੇ ਨਾਲ? ਇਸ ਸੰਸਥਾ ਦੇ ਨਾਲ। ਹਾਂ, ਬਹੁਤ ਲੋਕ ਜੁੜੇ, ਜਿਹੜਾ ਗਰੁੱਪ ਬਣਾਇਆ ਜਿਹਦੇ 'ਚ ਪਾਉਂਦੇ ਨੇ ਕਿ ਆਹ ਚੀਜ਼ ਲੋੜ ਹੈਗੀ ਹੈ। ਉਹ ਗਰੁੱਪ ਜਿਸਰੇ 154 ਮੈਂਬਰ ਨੇ। ਅੱਛਾ ਜੀ। ਗਰੁੱਪ ਬਣਾਇਆ ਉਹਨਾਂ ਨੇ ਜਿਹਨਾਂ ਨੂੰ ਅਪੀਲ ਕਰਦੇ ਨੇ ਕਿ ਵੀ ਸਾਨੂੰ ਆਹ ਚੀਜ਼ ਲੋੜ ਹੈ। ਸੋ ਜਦੋਂ 154 ਨੂੰ ਖਬਰ ਪਹੁੰਚ ਜਾਂਦੀ ਹੈ, ਕੋਈ ਨਾ ਕੋਈ ਹਰ ਚੀਜ਼ ਉੱਥੇ ਪਹੁੰਚਾ ਦਿੰਦਾ। ਤੋ ਇਸ ਤਰ੍ਹਾਂ ਡੋਨੇਸ਼ਨ ਚੱਲ ਰਿਹਾ, ਮਤਲਬ ਪੈਸੇ ਦੇ ਨਹੀਂ, ਤੁਸੀਂ ਚੀਜ਼ ਪਹੁੰਚਾ ਸਕਦੇ ਹੋ ਉੱਥੇ, ਕੋਈ ਇਦਾਂ ਦੀ ਗੱਲ ਨਹੀਂ। ਪੈਸੇ ਚੀਜ਼ ਚਾਹੀਦੀ ਹੈ। ਤੇ ਗਵਰਨਮੈਂਟ ਕੋਲ ਹੈਲਪ ਆ ਜਾਂਦੀ ਹੈ ਉਹਨਾਂ ਨੂੰ। ਗਵਰਨਮੈਂਟ ਕੋਲ ਪਿੱਛੇ ਇੱਕ ਵਾਰੀ ਡੀਸੀ ਨਾਲ ਮੀਟਿੰਗ ਹੋਈ, ਉਹਨਾਂ ਨੇ ਕੋਈ ਫੰਡਸ ਆਏ ਸੀ, ਉਸ ਤੋਂ ਉਹਨਾਂ ਨੇ 3 ਲੱਖ ਰੁਪਇਆ ਕੈਸ਼ ਦੇ ਦਿੱਤਾ। ਤੋ ਕੰਮ ਇਹਦਾ ਚੱਲੀ ਚੱਲਦਾ, ਰੁਕਦਾ ਨਹੀਂ ਕੰਮ ਉੱਥੇ ਉਹਨਾਂ ਦਾ। ਉਹਨਾਂ ਨੇ ਕੰਸਟਰਕਸ਼ਨ ਬੜੀ ਕੀਤੀ ਹੈ, ਪਹਿਲਾਂ ਤਾਂ 3-4 ਕਮਰਿਆਂ 'ਚ ਸ਼ੁਰੂ ਕੀਤਾ ਸੀ, ਆਸਤਾ ਆਸਤਾ ਬਿਲਡਿੰਗ ਵਧਾ ਰਹੇ ਨੇ। ਉਹਦੇ ਵਾਸਤੇ ਉਹਨਾਂ ਨੂੰ ਜ਼ਰੂਰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਪਰ ਕਿਉਂਕਿ ਜਿਹੜੇ ਅਸਲੀ ਇੰਚਾਰਜ ਨੇ ਡਾਕਟਰ ਮਾਂਗਟ, ਉਹ ਕੈਨੇਡਾ ਵਿੱਚ ਵੀ ਰਹਿੰਦੇ ਨੇ। ਅੱਛਾ ਜੀ। ਤੇ ਉੱਥੇ ਵੀ ਕੁਛ ਨਾ ਕੁਛ NRIs ਕੋਲੋਂ ਹੈਲਪ ਲੈ ਲੈਂਦੇ ਨੇ। ਉਹ ਰਿਟਾਇਰ ਹੋਏ ਨੇ ਡਾਕਟਰ ਮਾਂਗਟ, PhD ਤੋਂ। ਉਹਨਾਂ ਨੂੰ ਫੁੱਲ ਟਾਈਮ ਹੀ ਸੇਵਾ ਕਰਨ ਦਾ ਕੰਮ ਗਿਆ, ਲਾਈਕ ਸੰਤਾਂ ਤਰ੍ਹਾਂ ਕੁੜਤਾ ਪਜਾਮਾ ਪਾ ਕੇ ਉੱਥੇ ਰਹਿੰਦੇ ਨੇ, ਵਿੱਚ ਹੀ ਕੰਮ ਕਰਦੇ ਨੇ, 6 ਕੁ ਮਿੰਟ ਦੇ ਵਿੱਚ ਆ ਜਾਂਦੇ ਨੇ, ਫਿਰ ਆ ਜਾਂਦੇ ਨੇ, ਕੁਛ ਫਾਈਨੈਂਸ ਉੱਥੋਂ ਇੰਤਜ਼ਾਮ ਕਰ ਲਿਆਉਂਦੇ ਨੇ। ਜ਼ਿੰਦਗੀ ਦੇ ਕੁਛ ਪੜਾਅ ਇੱਦਾਂ ਦੇ ਹੁੰਦੇ ਨਾ ਕਿ ਇਨਸਾਨ ਥੱਕਿਆ ਹੋਇਆ ਮਹਿਸੂਸ ਕਰਦਾ, ਜਿਵੇਂ ਕਿ ਦੇਖਿਆ ਗਿਆ 50 ਪਾਰ ਕੀਤਾ ਨਹੀਂ, ਤੇ ਅੱਜ ਦੇ ਟਾਈਮ 'ਚ ਬਜ਼ੁਰਗ ਕੀ ਕਹਿੰਦੇ, ਲੈ ਮੈਂ ਰਿਟਾਇਰ ਹੋ ਗਿਆ, ਇੱਕ ਕਮਰਾ ਸਾਈਡ 'ਤੇ ਲਿਆ, ਮੰਜਾ ਡਾਇਆ, ਬਸ ਉਹੀ ਹੈ, ਉੱਥੇ ਹੀ ਰਹਿਣਾ ਹੈ, ਉੱਥੇ ਹੀ ਖਾਣਾ ਹੈ, ਮਤਲਬ ਆਪਣੀ ਪੈਨਸ਼ਨ ਆ ਰਹੀ, ਹੋਰ ਦੁਨੀਆਂ ਤੋਂ ਘੱਟ ਜਾਂਦਾ। ਪਰ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਬਹੁਤ ਸ਼ਲਾਘਾਯੋਗ ਹੈਗਾ, ਕਿਉਂਕਿ ਕਿਸੇ ਦੀ ਜ਼ਿੰਦਗੀ ਨੂੰ ਸਵਾਰਨਾ ਇਹ ਬਹੁਤ ਘੱਟ ਲੋਕ ਕਰਦੇ ਨੇ। ਜਿਵੇਂ ਤੁਸੀਂ ਦੱਸਿਆ ਨਾ, ਜਿਹੜੇ ਲੋਕ ਇੱਦਾਂ ਦੇ, ਸਾਡੀ ਕੋਸ਼ਿਸ਼ ਹੁੰਦੀ ਉਹਨਾਂ ਲੋਕਾਂ ਨੂੰ ਮੋਟੀਵੇਟ ਕਰੀਏ। ਇਹ ਜਿਹੜੇ ਸੀਨੀਅਰ ਲੋਕ ਰਿਟਾਇਰ ਹੋ ਕੇ ਚੁੱਪ ਕਰ ਬੈਠੇ ਨੇ ਨਾ, ਉਹਨਾਂ ਨੂੰ ਕਰ, ਸਾਡਾ ਇੱਕ ਐਸੋਸੀਏਸ਼ਨ ਬਣਾਈਏ, ਸੀਨੀਅਰ ਸਿਟੀਜ਼ਨ ਇਨਕਲੇਵ, ਸੀਨੀਅਰ ਸਿਟੀਜ਼ਨ ਕੌਨਕਲੇਵ, ਉਹਦੇ 'ਚ ਅਸੀਂ ਗੈਟ ਟੂਗੈਦਰ ਰੱਖਦੇ ਹਾਂ। ਅੱਛਾ ਜੀ। ਉਹਦਾ ਸਾਰਾ ਕੋਈ 250 ਮੈਂਬਰ ਹੈਗਾ। ਸੋ ਇੱਦਾਂ ਦੇ ਬੰਦੇ ਨੂੰ ਅਸੀਂ ਮੋਟੀਵੇਟ ਕਰਕੇ, ਫੋਨ ਕਰਕੇ, ਵੰਸ ਇਨ ਮੰਥ, ਵੰਸ ਇਨ 2 ਮੰਥ ਗੈਟ ਟੂਗੈਦਰ ਕਰਦੇ, ਜਿਵੇਂ ਗਾਣੇ ਸ਼ਾਣੇ ਹੋ ਜਾਂਦੇ ਨੇ, ਡਾਂਸ ਵਾਂਸ ਹੋ ਜਾਂਦੇ ਨੇ, ਮਜ਼ਾਕ ਹੋ ਜਾਂਦੇ ਨੇ, ਉਹ ਗੈਟ ਟੂਗੈਦਰ ਹੁੰਦੇ ਨੇ। ਐਵਰੀਵਨ ਇਜ਼ ਅਬਾਊਟ 60, ਉਸ ਥੱਲੇ ਕੋਈ ਨਹੀਂ, ਸਭ ਸੀਨੀਅਰ ਸਿਟੀਜ਼ਨ। ਸੋ ਇਹ ਕੰਮ ਵੀ ਨਾਲ ਇਸ 'ਚ ਕਰ ਲਈਦਾ, ਤਾਂ ਕਿ ਉਹਨਾਂ ਦੀ ਵੀ ਬਾਹਰ ਨਿਕਲੀਏ, ਕਰੀਏ। ਮੈਂ ਵਰਕਿੰਗ ਵੂਮੈਨ ਵੀ ਤੁਸੀਂ ਰਹੇ ਹੋ, ਕੰਮ ਕਾਜੀ ਮਹਿਲਾ ਕਹਿ ਦਿਓ, ਕਿ ਬਾਹਰ ਵੀ ਕੰਮ ਕਰਦੇ ਰਹੇ ਹੋ, ਅਤੇ ਆਪਣਾ ਹਾਊਸ ਵਾਈਫ ਦਾ ਵੀ ਰੋਲ ਤੁਸੀਂ ਬਖੂਬੀ ਨਿਭਾਇਆ। ਕਦੇ ਮਹਿਸੂਸ ਹੋਇਆ ਡਾਕਟਰ ਸਾਹਿਬ ਇੰਨੇ ਬਿਜ਼ੀ ਹੈ, ਮੈਨੂੰ ਲੋੜ ਹੈ, ਜਾਂ ਇੱਥੇ ਲੋੜ ਹੈ, ਡਾਕਟਰ ਸਾਹਿਬ ਦੇ ਕੋਲ ਸਮਾਂ ਨਹੀਂ, ਕੁਛ ਇੱਦਾਂ ਦਾ ਕਦੇ ਆਇਆ ਹੋਵੇ? ਨਹੀਂ, ਇਸ ਤਰ੍ਹਾਂ ਦਾ ਕਦੇ ਨਹੀਂ ਫੀਲ ਹੋਇਆ, ਕਿਉਂਕਿ ਮੈਂ ਵੀ ਕਾਫੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਕੁਛ ਤੇ ਸੋਸ਼ਲ ਵਰਕ ਦੇ ਕੰਮ ਨੇ, ਬਾਕੀ ਗਾਰਡਨਿੰਗ ਦਾ ਵੀ ਸ਼ੌਕ ਹੈ, ਮਾਲੀ ਦੇ ਨਾਲ ਵੀ ਲੱਗੇ ਰਹੀਦਾ, ਠੀਕ ਹੈ, ਥੋੜ੍ਹਾ ਜਿਹਾ ਮਿਊਜ਼ਿਕ ਦਾ ਵੀ ਸ਼ੌਕ ਹੈ, ਉੱਧਰ ਵੀ ਕਰ ਲਈਦਾ। ਹੁਣ ਇੱਕ ਮੇਰੇ ਪੁਰਾਣੇ ਕੁਲੀਗ ਨੇ, ਉਹ ਬੁੱਕ ਲਿਖ ਰਹੇ ਸੀ, ਉਹਨਾਂ ਨੇ ਕਿਹਾ ਉਹਦਾ ਪਾਰਟ ਆਫ ਬੁੱਕ ਤੁਸੀਂ ਲਿਖਣਾ ਹੈਗਾ, ਉਹਦਾ ਨਾਂ ਵੀ ਬੜੇ ਅੱਛਾ ਹੈ, ਜ਼ਿੰਦਗੀ ਗੁਲਜ਼ਾਰ ਹੈ, ਨਹੀਂ ਜੀਣਾ ਇਸੀ ਕਾ ਨਾਮ ਹੈ। ਓਕੇ। ਸੋ ਉਹਦਾ ਮੈਂ ਇੱਕ ਪਾਰਟ ਲਿਖਿਆ, ਜਦੋਂ ਛਪ ਜਾਏਗੀ ਤੁਹਾਨੂੰ ਦੱਸਾਂਗੇ। ਸੋ ਇਹਨਾਂ ਕੰਮਾਂ ਦੇ ਵਿੱਚ ਕੁਛ ਲਿਖਣ ਵਿੱਚ, ਕੁਛ ਪੜ੍ਹਨ ਵਿੱਚ, ਕੁਛ ਥੋੜ੍ਹਾ ਕੁਕਿੰਗ ਦਾ ਵੀ ਸ਼ੌਕ ਹੈਗਾ, ਜੋ ਇਹਨਾਂ ਨੂੰ ਹੈ ਕਿ ਕੋਈ ਨਵੀਂ ਚੀਜ਼ ਮਿਲੇ, ਸੋ ਉਹ ਵੀ ਕਦੀ ਕਦੀ ਬਣਾ ਲਈਦੀ ਉਹਦੇ ਵਿੱਚ ਵੀ। ਬਾਕੀ ਆਪਣੇ ਕਦੀ ਕੋਈ ਮੀਟਿੰਗ ਹੈ, ਕਦੀ ਕਿਤੇ ਹੈ,
ਸੋ ਇਸ ਤਰੀਕੇ ਨਾਲ ਬਿਜ਼ੀ ਰਹੀ ਤਾਂ ਸਾਨੂੰ ਦੋਨਾਂ ਨੂੰ ਇਕੱਠਾ ਟਾਈਮ ਮਿਲ ਜਾਂਦਾ, ਸ਼ਾਮ ਨੂੰ ਕੋਈ ਫਰੈਂਡਸ ਨਾਲ ਬਿਤਾ ਲਿਆ, ਕਦੀ ਕੁਛ ਕਰ ਲਿਆ, ਸੋ ਟੱਚਵੁੱਡ ਜ਼ਿੰਦਗੀ ਸੌਖੀ ਚੱਲ ਰਹੀ ਹੈ। ਕਈ ਵਾਰ ਮੈਮ ਇਹ ਹੁੰਦਾ ਨਾ ਜਿੱਦਾਂ ਕਿ ਹੁਣ ਤੁਹਾਡੀ ਉਮਰ ਹੈ ਕਿ ਡਾਟਰ ਇਨ ਲੋ ਨੂੰ ਕੋਲ ਹੋਵੇ, ਸੇਵਾ ਕਰੇ, ਕੁਛ ਇੱਦਾਂ ਦੀ ਭਾਵਨਾ, ਪਰ ਬੱਚੇ ਹੈ, ਬੱਚਿਆਂ ਨੇ ਆਪਣਾ ਕਰੀਅਰ ਬਣਾਉਣਾ ਹੈ, ਉਹ ਤੁਹਾਡੇ ਕੋਲੋਂ ਉੜ ਕੇ ਜਾਣਗੇ, ਕਈ ਵਾਰ ਇਹ ਰੋਸ ਵੀ ਰਹਿੰਦਾ, ਕਦੇ ਉਹ ਮਲਾਲ ਹੋਇਆ ਮਨ 'ਚ? ਨਾ ਨਾ ਨਾ, ਅਸੀਂ ਜਾਂਦੇ ਹਾਂ ਉੱਥੇ, ਤਿੰਨ ਚਾਰ ਮਹੀਨੇ ਲਗਾ ਆਉਂਦੇ ਹਾਂ, ਕਈ ਵਾਰੀ ਬੱਚੇ ਵਿੱਚ ਦੇ ਮੇਕ ਇਟ ਕਿ ਉਹਨਾਂ ਨੇ ਦੋ ਤਿੰਨ ਮਹੀਨਿਆਂ ਬਾਅਦ ਚੱਕਰ ਲਗਾ ਲੈਣਾ, ਤਾਂ ਕਿ ਮੁਲਾਕਾਤ ਦੋ ਤਿੰਨ ਮਹੀਨਿਆਂ ਬਾਅਦ ਹੋ ਜਾਏ। ਅਤੇ ਜਿਹੜੀ ਇੱਕ ਤਾਂ ਮਨ ਵਿੱਚ ਇਹ ਹੈ, ਮੈਂ ਅੱਜ ਵੀ ਜਦੋਂ ਵੀ ਈਸ਼ਵਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਇਹ ਕਹਿੰਦੇ ਹਾਂ ਕਿ ਕਿਸੇ 'ਤੇ ਡਿਪੈਂਡੈਂਟ ਨਾ ਜ਼ਿੰਦਗੀ 'ਚ ਹੋਣਾ ਪਵੇ, ਆਪੇ ਕਰਦੇ ਕਰਦੇ ਚਲੇ ਜਾਈਏ ਜਦੋਂ ਵੀ ਜਾਣਾ ਹੋਏਗਾ। ਪਰ ਇਹ ਵੀ ਉੱਪਰ ਵਾਲੇ ਦੀ ਬੜੀ ਮਿਹਰ ਹੈ ਕਿ ਸਾਡੇ ਜਿਹੜੇ ਦੋ ਨਵੇਂ ਬੱਚੇ ਆਏ ਨੇ, ਸਾਡੀ ਨੂੰਹ ਰਾਣੀ ਆਈ ਹੈ ਜਾਂ ਸਾਡਾ ਜਵਾਈ ਹੈ, ਬਹੁਤ ਹੀ ਅੱਛੇ ਇਨਸਾਨ ਨੇ। ਜਿਹੜੀ ਨੂੰਹ ਹੈ ਨਾ, ਉਹ ਮਾਂ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਹੈ। ਮੈਨੂੰ ਕੋਈ ਤਕਲੀਫ ਹੋਏ ਉੱਥੇ ਜਾਈਦਾ, ਕਈ ਵਾਰੀ ਹੁੰਦਾ ਕੋਈ ਛੋਟੀ ਮੋਟੀ, ਮੈਨੂੰ ਲੱਗਦਾ ਛੋਟੀ ਮੋਟੀ ਤਕਲੀਫ ਹੈ ਤਾਂ ਠੀਕ ਹੈ, ਦੱਸਣ ਦੀ ਲੋੜ ਹੀ ਨਹੀਂ ਹੈਗੀ ਹੈ ਕਿ ਵੀ ਮੇਰੇ ਮਨ 'ਚ ਹੁੰਦਾ ਕਿ ਕਿਉਂ ਪਰੇਸ਼ਾਨ ਕੀਤਾ ਜਾਏ, ਕੋਈ ਇੰਨੀ ਕੋਈ ਪ੍ਰੋਬਲਮ ਨਹੀਂ ਹੈ, ਥੋੜ੍ਹੇ ਦਿਨਾਂ 'ਚ ਠੀਕ ਹੋ ਜਾਏਗੀ। ਉਹ ਨੋਟ ਕਰੇਗੀ ਕਿ ਮੰਮਾ ਤੁਸੀਂ ਇੰਝ ਕਿਉਂ ਚੱਲਦੇ ਪਿਓ, ਮੈਂ ਕਿਹਾ ਬੇਟਾ ਨਹੀਂ ਕੋਈ ਨਹੀਂ, ਐਵੇਂ ਥੋੜ੍ਹਾ ਜਿਹਾ ਕੀ ਹੈ, ਨਹੀਂ ਬੇਟਾ ਕੁਛ ਖਾਸ ਦਿਖਾਓ, ਤੇ ਤੁਹਾਡੀ ਇੰਨੀ ਪ੍ਰੋਬਲਮ ਹੈ ਤੁਸੀਂ ਮੈਨੂੰ ਦੱਸਦੇ ਨਹੀਂ। ਉਹਨੇ ਜੀ ਫਟਾਫਟ ਸਕਿਨ ਸਪੈਸ਼ਲਿਸਟ ਨੂੰ ਫੋਨ ਕੀਤਾ, ਮਾਈ ਮਦਰ ਇਜ਼ ਇਨ ਬੈਡ ਸਿਚੁਏਸ਼ਨ, ਉੱਥੇ ਜਲਦੀ ਤੁਹਾਨੂੰ ਪਤਾ ਅਪੁਆਇੰਟਮੈਂਟ ਨਹੀਂ ਮਿਲਦੀ, ਰਿਕੁਐਸਟ ਕਰਕੇ ਦੋ ਦਿਨਾਂ ਬਾਅਦ ਅਪੁਆਇੰਟਮੈਂਟ ਲਿੱਤੀ ਪੂਰਾ। ਉਹਦਾ ਜੋ ਮਤਲਬ ਬਹੁਤ ਖੁਸ਼ਕਿਸਮਤ ਆ ਕਿ ਉਹਨੂੰ ਹੁੰਦਾ ਕਿ ਸ਼ਾਮ ਨੂੰ ਆਏ ਹਾਂ, ਮੰਮੀ ਪਾਪਾ ਨੂੰ ਘੁਮਾਉਣਾ ਹੈ, ਇਹਨਾਂ ਨੂੰ ਥੋੜ੍ਹੀ ਸੈਰ ਕਰਾ ਕੇ ਲਿਆਵਾਂ, ਚਲੋ ਇੱਥੇ। ਇਸ ਕਰਕੇ ਕਦੀ ਉੱਥੇ ਜਾਂਦੇ ਹਾਂ, ਉੱਥੇ ਵੀ ਖੁਸ਼, ਉੱਥੇ ਵੀ ਬੜੇ ਦੋਸਤ ਮਿੱਤਰ ਬਣ ਗਏ ਨੇ, ਗਰੁੱਪਸ ਬਣ ਗਏ ਨੇ। ਇੱਥੇ ਵੀ ਅਸੀਂ ਬੜੇ ਖੁਸ਼ਕਿਸਮਤ ਆ ਕਿ ਬਹੁਤ ਅੱਛੇ ਫਰੈਂਡਸ ਬਣੇ ਹੋਏ ਨੇ, ਗਰੁੱਪ ਹੈਗੇ ਆ, ਸੋ ਇਹ ਕਦੀ ਦਿੱਕਤ ਨਹੀਂ ਆਉਂਦੀ ਕਿ ਸਾਡੀ ਕੋਈ ਸੇਵਾ ਕਰੇ। ਮੈਨੂੰ ਕੀ ਲੱਗਦਾ ਕਿ ਜਿੱਦਾਂ ਦਾ ਇਹ ਰਿਸ਼ਤਾ ਹੈ, ਨੂੰ ਸੱਸ ਦਾ ਰਿਸ਼ਤਾ ਹੈ, ਇਹਨੂੰ ਖੂਬਸੂਰਤ ਬਣਾਉਣ ਵਾਸਤੇ, ਇੱਕ ਔਰਤ ਵਾਸਤੇ ਨੂੰ ਕੀ ਚਾਹੀਦਾ ਹੁੰਦਾ, ਕੀ ਲੱਗਦਾ ਤੁਹਾਨੂੰ, ਕੀ ਚਾਹੀਦਾ ਹੁੰਦਾ? ਮੈਨੂੰ ਲੱਗਦਾ ਕਿ ਪਹਿਲਾਂ ਸਾਡਾ ਫਰਜ਼ ਹੈ, ਉਹ ਬੱਚੀ ਤਾਂ ਕੋਰਾ ਕਾਗਜ਼ ਬਣ ਕੇ ਆਉਂਦੀ ਹੈ, ਸਾਨੂੰ ਅਸੀਂ ਉਹਨੂੰ ਪਿਆਰ ਦੇਵਾਂਗੇ, ਉਹਦੀਆਂ ਜ਼ਰੂਰਤਾਂ ਨੂੰ ਸਮਝਾਂਗੇ, ਉਹਦੇ ਸੁਭਾਅ ਨੂੰ ਸਮਝਾਂਗੇ, ਉਹਦੇ ਮੁਤਾਬਕ ਕੁਛ ਕਰਾਂਗੇ, ਤੇ ਉਹਨੂੰ ਵੀ ਲੱਗੇਗਾ ਕਿ ਇਹ ਮੇਰੇ ਲਈ ਕੁਛ ਹੈਗੇ ਨੇ। ਅਗਰ ਅਸੀਂ ਪਹਿਲਾਂ ਹੀ ਐਕਸਪੈਕਟ ਕਰਕੇ ਬੈਠੇ ਹਾਂ ਕਿ ਆ ਗਈ ਜੀ ਨੂੰ, ਔਰ ਉਹਦੇ ਵਿੱਚ ਵੀ ਮੈਂ ਇੱਕ ਵਾਰੀ ਇਸ ਤਰ੍ਹਾਂ ਹੀ ਟੈਲੀਵਿਜ਼ਨ 'ਤੇ ਵੂਮੈਨਸ ਡੇ 'ਤੇ ਸੀ, ਅਤੇ ਮੈਂ ਇਹੀ ਗੱਲ ਕਹੀ ਸੀ, ਉਹਦੇ 'ਚ ਸਾਨੂੰ ਆਪਣੇ ਬੇਟਿਆਂ ਦੀ ਬ੍ਰਿੰਗਿੰਗ ਅਪ ਵਿੱਚ ਬੜਾ ਇੰਪੋਰਟੈਂਟ ਹੈ ਕਿ ਬੇਟੇ ਔਰਤ ਦੀ ਇੱਜ਼ਤ ਕਰਨ, ਆਪਣੀ ਬੀਵੀ ਦੀ ਇੱਜ਼ਤ ਕਰਨ, ਔਰ ਬੀਵੀ ਦੇ ਪੇਰੈਂਟਸ ਦੀ ਇੱਜ਼ਤ ਕਰਨ। ਇਹ ਚੀਜ਼ ਬਹੁਤ ਜ਼ਰੂਰੀ ਹੈ। ਅਗਰ ਅਸੀਂ ਉਹਨਾਂ ਨੂੰ ਆਪਣੇ ਬਰਾਬਰ ਕਿ ਵੀ ਅਗਰ ਕਰ ਰਹੇ ਹਾਂ, ਤਾਂ ਬੇਟੇ ਦਾ ਵੀ ਫਰਜ਼ ਬਣਦਾ ਉਹਨਾਂ ਨੂੰ ਲੁੱਕ ਆਫਟਰ ਕਰ, ਤਦੇ ਬੱਚੀ ਦੇ ਦਿਲ ਵਿੱਚ ਸਾਡੇ ਵਾਸਤੇ ਕੋਈ ਭਾਵਨਾ ਆਏਗੀ। ਬਿਲਕੁਲ ਸਹੀ ਗੱਲ ਕਹੀ ਮੈਮ, ਇਹ ਤਾਂ ਇੱਕ ਹੱਥ ਨੂੰ ਇੱਕ ਹੱਥ ਹੈ, ਕਹਿ ਸਕਦੇ ਹੋ ਤੁਸੀਂ ਕਿ ਜੇ ਇੱਜ਼ਤ ਦੋਗੇ ਤਾਂ ਅੱਗੋਂ ਇੱਜ਼ਤ ਮਿਲੇਗੀ। ਬੱਚਾ ਆਇਆ ਤੁਹਾਡੇ ਘਰ, ਉਹ ਤੁਹਾਨੂੰ ਦੇਖ ਕੇ ਉੱਦਾਂ ਦਾ ਹੀ ਢਲ ਜਾਏਗਾ ਜਿੱਦਾਂ ਦੇ ਤੁਸੀਂ ਹੋ। ਬਹੁਤ ਪਿਆਰੀ ਗੱਲ ਕਹੀ। ਡਾਕਟਰ ਸਾਹਿਬ, ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ, ਕਿਹਾ ਜਾਂਦਾ ਕਿ ਧੀਆਂ ਵਿਦਾ ਹੋ ਜਾਂਦੀਆਂ ਨੇ, ਪੁੱਤਰ ਵਿਦਾ ਨਹੀਂ ਹੁੰਦੇ, ਪਰ ਕਿਤੇ ਨਾ ਕਿਤੇ ਜਦੋਂ ਜ਼ਿੰਮੇਵਾਰੀਆਂ ਆਉਂਦੀਆਂ ਨਾ, ਤਾਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਕੋਲੋਂ ਵਿਦਾ ਹੋ ਜਾਂਦੀਆਂ ਨੇ। ਹੁਣ ਜਿੱਦਾਂ ਪੇਸ਼ੇ ਤੋਂ ਤੁਸੀਂ ਡਾਕਟਰ ਰਹੇ ਹੋ, ਬਹੁਤ ਵੱਡੀ ਜ਼ਿੰਮੇਦਾਰੀ ਰਹੀ ਹੈ, ਕਿਉਂਕਿ ਤੁਹਾਡੇ ਕੋਲ ਪਰਿਵਾਰ ਪਾਲਣਾ ਸੀਗਾ, ਪਰਿਵਾਰ ਨੂੰ ਅੱਛੀ ਪਰਵਰਿਸ਼ ਕਹਿ ਲਓ ਤੁਸੀਂ, ਬੱਚਿਆਂ ਨੂੰ ਦੇਣੀ ਸੀਗੀ, ਤਾਂ ਇਸ ਵਾਸਤੇ ਤੁਸੀਂ ਬੜੀ ਮਿਹਨਤ ਕੀਤੀ ਹੈ। ਪਰ ਕਈ ਨੌਜਵਾਨ ਨਾ ਅੱਕ ਥੱਕ ਜਾਂਦੇ ਨੇ, ਉਹ ਆਪਣੀ ਵਾਈਫ ਨੂੰ ਕਹਿਣਗੇ ਮੈਂ ਇੰਨਾ ਕੰਮ ਕਰਦਾ, ਤੂੰ ਕੀ ਕਰਦੀ ਹੈ ਘਰ ਬੈਠੀ ਹੋਈ, ਤਾਂ ਇੱਦਾਂ ਦੀ ਸੋਚ ਵੀ ਕਿਤੇ ਨਾ ਕਿਤੇ ਰਿਸ਼ਤੇ ਨੂੰ ਦਰਾਰਾ ਪਾ ਦਿੰਦੀ ਹੈ।
ਤੋੜ ਦਿੰਦੀ। ਕੀ ਕਹਿਣਾ ਚਾਹੋਗੇ ਤੁਸੀਂ? ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਇੱਦਾਂ ਦੀ ਗੱਲ, ਜਦੋਂ ਬੰਦੇ ਦੇ ਦਿਮਾਗ ਦੀ ਸੋਚ ਖਰਾਬ ਹੋਵੇ ਤਾਂ ਇੱਦਾਂ ਦੀ ਗੱਲ ਹੀ ਕਰਦੇ ਨੇ ਕਿ ਜੀ ਮੈਂ ਤਾਂ ਇੰਨਾ ਕੰਮ ਕਰਨਾ, ਤੁਸੀਂ ਕੁਛ ਨਹੀਂ ਕਰਦੇ ਹੈਗੇ। ਮੇਰਾ ਇਹਦਾ ਸੋਚਣ ਦਾ ਤਰੀਕਾ ਥੋੜ੍ਹਾ ਜਿਹਾ ਫਰਕ ਹੈਗਾ। ਉਹ ਫਰਕ ਇਹ ਹੈ ਕਿ ਜਿਹੜੀ ਲੇਡੀ ਹੈ ਉਹਦੀਆਂ ਚਾਰ ਜ਼ਿੰਮੇਵਾਰੀਆਂ ਨੇ, ਆਦਮੀ ਦੀ ਇੱਕੋ ਹੀ ਹੈ, ਜੈਂਟਸ ਦੀ ਇੱਕੋ ਹੀ ਹੈ ਕਿ ਅਰਨ ਕਰਕੇ ਲਿਆਏ। ਪਰ ਉਹ ਅਰਨ ਕਰਦਾ ਉਸੇ 'ਚ ਲੱਗਿਆ ਰਹਿੰਦਾ, ਮੈਂ ਅਰਨ ਕਰਨਾ, ਮੈਂ ਅਰਨ ਕਰਨੇ ਪੈਂਦੇ, ਹੋਰ ਦਾ ਕੀ ਕੰਮ ਹੈ। ਉਹਨੇ ਪਹਿਲੇ ਤਾਂ ਬੱਚੇ ਨੂੰ ਪੇਟ 'ਚ ਰੱਖਣਾ, 9 ਮਹੀਨੇ ਰੱਖਣਾ, ਕੋਈ ਆਸਾਨ ਕੰਮ ਨਹੀਂ ਹੈਗਾ। ਉਸ ਤੋਂ ਬਾਅਦ ਬੱਚੇ ਮੇਰੇ ਵੱਡੇ ਪੈਦਾ ਹੋ ਗਏ, ਉਹਨਾਂ ਨੂੰ ਖਾਣਾ ਪੀਣਾ, ਡਾਇਟ, ਨਿਊਟ੍ਰੀਸ਼ਨ, ਉਸ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਲਿਖਾਈ, ਇਹ ਦੇਖ ਲਓ। ਫਿਰ ਉਹਨੇ ਆਪਣੇ ਹੋਮ ਨੂੰ ਦੇ ਖਿਆਲ ਕਰਨਾ, ਜੇ ਉਹ ਕਿਤੇ ਜੋਬ ਕਰਦੀ ਹੈ ਤਾਂ ਔਰ ਐਕਸਟਰਾ ਜ਼ਿੰਮੇਵਾਰੀ ਆ ਗਈ। ਸੋ ਇਹ ਸਾਰੇ ਚਾਰ ਕੰਮ ਨੇ ਜਿਹੜੀ ਉਹ ਲੇਡੀ ਕਰਦੀ ਹੈ, ਜੈਂਟਸ ਇੱਕੋ ਕੰਮ ਕਰਦਾ ਕਿ ਅਰਨ ਕਰਦਾ। ਸੋ ਇਹ ਜਿਹੜਾ ਕਹਿ ਦੇਣਾ ਕਿ ਮੈਂ ਤਾਂ ਜੇ, ਕਿਉਂਕਿ ਸਾਡੇ ਸਮਾਜ ਵਿੱਚ ਇੱਕ ਪ੍ਰਥਾ ਚੱਲ ਪਈ ਹੈ ਪੈਸਾ ਮਹਾਨ ਹੈ, ਉਹ ਪੈਸੇ ਮਹਾਨ ਦੇ ਚੱਕਰ ਵਿੱਚ ਉਹ ਆਦਮੀ ਹਸਬੈਂਡ ਵਾਈਫ ਦਾ ਰਿਲੇਸ਼ਨ ਵੀ ਖਰਾਬ ਹੋ ਜਾਂਦਾ। ਜੇ ਉਹ ਬੰਦਾ ਇਹ ਖਿਆਲ ਰੱਖੇ ਅੰਦਰੋਂ ਵੀ ਬਾਹਰੋਂ ਵੀ ਕਿ ਵੀ ਪੈਸਾ ਇੰਨਾ ਇੰਪੋਰਟੈਂਟ ਨਹੀਂ ਹੈਗਾ, ਰਿਲੇਸ਼ਨਸ਼ਿਪ ਜ਼ਿਆਦਾ ਇੰਪੋਰਟੈਂਟ ਹੈ, ਬਸ ਫਿਰ ਸੌਖਾ ਹੀ ਸੌਖਾ, ਬਿਲਕੁਲ ਮੁਸ਼ਕਲ ਨਹੀਂ ਹੁੰਦਾ। ਕਈ ਆਦਮੀ ਦੀ ਨਾ ਮੈਂਟੈਲਿਟੀ ਹੁੰਦੀ ਹੈ ਕਿ ਤੁਸੀਂ ਜੇ ਕੰਮ ਤੇ ਜਾ ਰਹੇ ਹੋ ਨਾ ਤਾਂ ਮੇਰਾ ਕੰਮ ਪੂਰਾ ਕਰਕੇ ਜਾਓ। ਦੇਖਿਆ ਹੋਣਾ ਤੁਸੀਂ, ਕਈ ਹੁੰਦੇ ਨੇ ਕਿ ਮੈਂ ਕੰਮ ਤੇ ਆਇਆ ਤੇ ਮੇਰਾ ਕੰਮ ਤੇ ਆਉਣਾ ਕੰਮ ਹੈ, ਪਰ ਤੇਰਾ ਕੰਮ ਤੋਂ ਜਾ ਕੇ ਵੀ ਕੰਮ ਹੈ, ਕੰਮ ਤੋਂ ਆਉਣ ਤੋਂ ਪਹਿਲੇ ਵੀ ਕੰਮ ਹੈ। ਇਹ ਵੀ ਕਿਤੇ ਨਾ ਕਿਤੇ ਰਿਸ਼ਤੇ ਤੋੜਦਾ ਹੈ। ਬਿਲਕੁਲ ਤੋੜਦਾ ਹੈ, ਬਿਲਕੁਲ, ਕਿਉਂਕਿ ਜਿੰਨੀ ਜੈਂਟਸ ਐਕਸਪੈਕਟੇਸ਼ਨ ਕਰਦੇ ਨੇ ਤੇ ਲੇਡੀ ਕਾਫੀ ਕੋਸ਼ਿਸ਼ ਕਰਦੀ ਹੈ ਉੱਥੇ ਅਪੜਿਆ ਜਾਏ, ਜੇ ਕਿਸੇ ਵਜ੍ਹਾ ਕਰਕੇ ਥੋੜ੍ਹੀ ਬਹੁਤ ਕਮੀ ਰਹਿ ਗਈ ਤਾਂ ਉਹਦਾ ਤਾਂ ਬੰਦੇ ਦਾ ਪਾਰਾ ਅਪਰਿਆ ਹੀ ਜਾਂਦਾ, ਅਤੇ ਉਹਦੇ ਨਾਲ ਇੱਕ ਵਾਰੀ ਪਾਰਾ ਹੋਇਆ ਉਹਦਾ ਇਫੈਕਟ ਮਹੀਨਾ ਪਰ ਚੱਲਦਾ, ਉਹ ਫਿਰ ਉਦੋਂ ਬਾਅਦ ਰਿਲੇਸ਼ਨ ਡਿਸਟਰਬ ਵੀ ਹੋ ਜਾਂਦੇ ਨੇ। ਉਹ ਕਿਉਂਕਿ ਫ੍ਰਿਕਸ਼ਨ ਹੋ ਗਈ ਨਾ, ਅਤੇ ਉਹਨੇ ਉਹਦੇ ਮਾਂ ਬਾਪ ਕੋਲ ਫੋਰ ਪਹੁੰਚ ਗਈ, ਉਹਦੇ ਮਾਂ ਬਾਪ ਪਹੁੰਚ ਗਈ, ਇੱਕ ਜੇ ਜੁਆਇੰਟ ਫੈਮਿਲੀ ਹੈ ਹੋਰ ਜ਼ਿਆਦਾ ਪ੍ਰੋਬਲਮ ਆ ਗਈ। ਜੁਆਇੰਟ ਫੈਮਿਲੀ ਨੂੰ ਲੜਕੇ ਨੇ ਆਪਣੀ ਮਦਰ ਨੂੰ ਕਹਿਤਾ, ਉਹ ਮਦਰ ਨੇ ਡਾਕਟਰਾਂ ਨੂੰ ਕਿ ਤੂੰ ਇਹ ਨਹੀਂ ਕੀਤਾ, ਨਹੀਂ ਕੀਤਾ, ਮਤਲਬ ਕੋਈ ਪੋਜ਼ੀਟਿਵ ਕੰਮ ਨਾ ਕਰਨਾ, ਲੇਕਿਨ ਉਹਨੇ 'ਚ ਅੜਚਨ ਪਾਈ ਜਾਣੀ ਕਿ ਸਾਰੀਆਂ ਇੱਥੋਂ ਇੱਕ ਫੈਮਿਲੀ 'ਚ ਡਿਸਟਰਬੈਂਸ ਕਰਦੀਆਂ ਨੇ। ਦੇਖੋ ਆਜ਼ਾਦੀ ਬਹੁਤ ਜ਼ਰੂਰਤ ਹੈ ਅੱਜ ਦੀ, ਕਹਿ ਲਓ ਕਿ ਤੁਸੀਂ ਕਿ ਔਰਤ ਨੂੰ ਜੇ ਆਜ਼ਾਦੀ ਨਹੀਂ ਨਾ ਮਿਲੇਗੀ ਤਾਂ ਫਿਰ ਕਿਤੇ ਨਾ ਕਿਤੇ ਘੁੱਟ ਜਾਏਗੀ ਉਹ, ਹੈ ਨਾ। ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਤਰਾਸਦੀ ਹੈ ਕਿ ਔਰਤ ਨੂੰ ਆਜ਼ਾਦੀ ਨਹੀਂ ਹੈ। ਜੇ ਕੰਮ ਦੀ ਆਜ਼ਾਦੀ ਕਹੋ ਕਿ ਨਹੀਂ, ਉਹਦੇ 'ਤੇ 100 ਜ਼ਿੰਮੇਦਾਰੀਆਂ ਕਿ ਸੱਸ ਸਹੁਰੇ ਦੀ ਸੇਵਾ ਕੌਣ ਕਰੇਗਾ ਪਿੱਛੋਂ, ਤੂੰ ਕੰਮ 'ਤੇ ਚਲੇਗੀ, ਹੈ ਨਾ। ਇਹ ਵੀ ਦਿੱਕਤਾਂ ਆਉਂਦੀਆਂ ਨੇ ਪਰਿਵਾਰ ਦੇ ਵਿੱਚ। ਸੋ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੋਚਦੀ ਹਾਂ, ਵਿਚਾਰਦੀ ਹਾਂ। ਅੱਛਾ ਡਾਕਟਰ, ਤੁਹਾਡੇ ਕੋਲ ਬੜੇ ਕੇਸ ਆਉਂਦੇ ਹੋਣਗੇ ਇੱਦਾਂ ਦੇ, ਕੋਈ ਅਜਿਹਾ ਕੇਸ ਹੈ ਜਿਹੜਾ ਐਡਵਾਈਸ ਦੇਣ 'ਤੇ ਸਹੀ ਹੋ ਗਿਆ ਹੋਵੇ? ਹਾਂ, ਇੱਕ ਨਹੀਂ, ਦੋ ਨਹੀਂ, ਕਈ ਹੋਏ ਨੇ, ਜੇ ਇਹਨੂੰ ਅਸੀਂ ਕਹਿੰਦੇ ਹਾਂ ਕੌਂਸਲਿੰਗ, ਇਹਨਾਂ ਨੂੰ ਅਸੀਂ ਬਿਨਾਂ ਦਵਾਈ, ਕਈ ਪੇਰੈਂਟਸ ਸਾਡੇ ਕੋਲ ਇਹ ਆਉਂਦੇ ਨੇ ਅਤੇ ਕਿ ਵੀ ਇਹ ਬੱਚਾ ਪੜ੍ਹਦਾ ਨਹੀਂ, ਫਾਰ ਇਗਜ਼ਾਮਪਲ, ਹੁਣ ਪੜ੍ਹਨ ਦੇ ਸੀ ਕੀ ਦਵਾਈ ਦੇਈਏ, ਲੇਕਿਨ ਅਸੀਂ ਉਹਨਾਂ ਦੀ ਹਿਸਟਰੀ ਲੈਣੀ ਆ ਡਿਟੇਲ, ਪਰ ਉਹ ਪਤਾ 'ਚ ਹਿਸਟਰੀ ਡਿਟੇਲ ਪਤਾ ਲੱਗਦਾ ਕਿ ਬੱਚਾ ਉਹਨਾਂ ਦੀ ਪੜ੍ਹਾਈ 'ਚ ਕਿਉਂ ਨਹੀਂ ਇੰਟਰਸਟ ਲੈਂਦਾ, ਮਾਂ ਬਾਪ ਦਾ ਕਿੱਥੇ ਲੈਕਨਾ ਹੈਗਾ, ਉਹਦੇ ਬ੍ਰਦਰ ਭਾਈ ਭਾਬੀ ਦਾ ਲੈਕਨਾ ਕਿੱਥੇ ਹੈਗਾ, ਉਹਦੀ ਵੱਡੀ ਸਿਸਟਰ ਦਾ ਲੈਕਨਾ ਕਿੱਥੇ ਹੈ, ਉਹ ਲੈਕਨਾ ਨੂੰ ਫਿਰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਕੌਂਸਲਿੰਗ ਕਰਕੇ, ਅਤੇ ਉਹ ਫਿਰ ਦਵਾਈ ਦਾ ਕੰਮ ਕੋਈ ਨਹੀਂ ਕਰਦੀ, ਉਹ ਅਜਿਹੇ ਬੱਚੇ ਫਿਰ ਲਾਈਨ 'ਤੇ ਆ ਕੇ ਆਪਣਾ ਕੰਮ ਠੀਕ ਕਰ ਲਓ। ਇੱਦਾਂ ਹੀ ਕਈ ਮਾਂ ਬਾਪ ਆਉਂਦੇ ਨੇ ਕਿ ਵੀ ਮੁੰਡਾ ਸਾਡਾ ਹੁਣ ਵੱਡਾ ਹੋ ਗਿਆ, ਦੁਕਾਨ 'ਤੇ ਨਹੀਂ ਆਉਂਦਾ, ਸਾਡੇ ਨਾਲ ਕੰਮ ਨਹੀਂ ਕਰਦਾ,
ਸੋ ਉੱਥੇ ਵੀ ਇਹ ਚੀਜ਼ ਹੈ। ਹੁਣ ਉੱਥੇ ਬੱਚਾ ਜਾਂਦਾ ਸੀਗਾ, ਫੋਰ ਐਗਜ਼ਾਮਪਲ ਦੱਸਣਾ, ਬੱਚਾ ਜਾਂਦਾ ਸੀ, ਬਾਪ ਨੇ ਕਹਿਣਾ ਮੈਂ ਹੁਣ ਬਜ਼ੁਰਗ ਹੋ ਗਿਆ 60 ਸਾਲ ਦਾ, ਮੈਂ 8 ਵਜੇ ਨਹੀਂ ਜਾ ਸਕਦਾ, ਤੂੰ ਜਵਾਨ ਹੀ ਜਾਇਆ ਕਰ 8 ਵਜੇ। ਹੁਣ ਬੱਚੇ ਨੂੰ ਤਾਂ 8 ਵਜੇ ਜਾ ਕੇ ਤਾਂ ਖੁਲਣੀ ਹੈ, ਬਜ਼ੁਰਗ 4 ਵਜੇ ਉੱਠਿਆ ਹੁੰਦਾ, ਤੂੰ ਕਹਿੰਦਾ ਮੈਂ ਐਕਸਪੈਕਟ ਕਰਦਾ ਕਿ ਮੁੰਡਾ ਜਾਵੇ 8 ਵਜੇ ਤੇ 6 ਵਜੇ ਉੱਠੇ ਕਰੇ, ਤੂੰ ਗਲਤ ਹੈ ਨਾ। ਜੇ ਉਹ ਯੰਗ ਏਜ ਵਿੱਚ ਥੋੜ੍ਹਾ ਮੁਸ਼ਕਿਲ ਹੈ, ਜੇ ਤੂੰ ਜਾ ਕਰ ਰਿਹਾ ਕੰਮ ਤੇ ਹੌਲੀ ਹੌਲੀ ਬੱਚੇ ਨੂੰ ਲਾਈਨ ਤੇ ਲਿਆ, ਇੱਕਦਮ ਕਹਿੰਦਾ ਮੈਂ ਅੱਜ ਨਹੀਂ ਜਾਣਾ ਤੂੰ ਜਾ ਕਰ, ਜ਼ਿੰਮੇਵਾਰੀ ਥੋਪ ਦੇਣਾ ਇਹ ਵੀ ਗਲਤ ਹੈ। ਉਹ ਬੱਚਾ ਕੀ ਹੁੰਦਾ, ਇਰੀਟੇਬਲ ਹੋ ਜਾਂਦਾ, ਉਹਦੀ ਅਪਰੋਚ ਨੈਗੇਟਿਵ ਹੋ ਜਾਂਦੀ ਹੈ, ਉਹ ਫਿਰ ਮਾਂ ਬਾਪ ਨੂੰ ਗਾਲਾਂ ਕੱਢਣ ਲੱਗ ਪੈਂਦਾ, ਅਤੇ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਕਰਨ ਲੱਗ ਪੈਂਦਾ, ਫਿਰ ਸਾਡੇ ਕੋਲ ਆਉਂਦੇ ਇਹ ਬੱਚਾ ਗੁੱਸਾ ਬੜਾ ਕਰਦਾ, ਕਿਉਂ ਉਹਨੂੰ ਗੁੱਸੇ ਦਾ ਜਿਹੜੀ ਹੈਬਿਟ ਡਾਲੀ ਹੈ ਉਹ ਤੁਹਾਡੇ ਐਕਸ਼ਨ ਡਾਲੀ, ਤੁਹਾਡੇ ਐਕਸ਼ਨ ਠੀਕ ਹੁੰਦੇ ਅਤੇ ਬੱਚੇ ਨੂੰ ਗੁੱਸੇ ਦੀ ਆਦਤ ਨਹੀਂ ਹੋਣੀ ਸੀਗੀ। ਐਵੇਂ ਚੋਰੀ ਦੀ ਆਦਤ, ਜੂਆ ਖੇਡਣ ਦੀ ਆਦਤ, ਨਸ਼ੇ ਕਰਨ ਦੀ ਆਦਤ, ਇਹ ਜਿਵੇਂ ਜਿਵੇਂ ਨਿਗਲੈਕਟ ਹੁੰਦੇ ਨੇ ਉਵੇਂ ਬੰਦੇ ਨੂੰ ਪੈਂਦੇ ਨੇ। ਅੱਜ ਕੱਲ੍ਹ ਸਾਡੇ ਡਰੱਗਸ ਦੀ ਬੜੀ ਆਦਤ ਹੈ, ਸਾਰੇ ਪੰਜਾਬ 'ਚ ਖਾਲੀ ਹੋਈ ਡਰੱਗ, ਇੱਥੋਂ ਸ਼ੁਰੂ ਹੋਈ ਹੈ। ਖਾਲੀ ਦਿਮਾਗ ਹੀ ਰਹਿ, ਉਹ ਲੜਾਈ ਦਾ ਘਰ ਹੈ, ਉਹ ਗਰੁੱਪ ਸ਼ਾਮ ਬੈਠ ਕੇ ਹੋ ਕੇ ਕਰ, ਸ਼ਰਾਬ ਪੀ ਲੈਣ, ਨਸ਼ਾ ਕਰ ਲੈਣ, ਕਰ। ਸੋ ਕਸੂਰ ਸਾਡੇ ਆਪਣੇ ਵੀ ਹੈਗੇ ਨੇ, ਬੱਚਿਆਂ 'ਚ ਵੀ ਹੈਗੇ ਨੇ, ਲੇਕਿਨ ਪ੍ਰੋਪਰ ਗਾਈਡੈਂਸ ਕੋਈ ਦੇਣ ਵਾਲਾ ਮਿਲ ਜਾਏ ਤਾਂ ਕੰਮ ਠੀਕ ਹੋ ਜਾਂਦਾ। ਇੱਕ ਚੀਜ਼ ਮੈਂ ਜ਼ਰੂਰ ਕਹਾਂਗੀ ਕਿ ਬਾਪ ਬੇਟੇ ਦਾ, ਮਾਂ ਬੇਟੇ ਦਾ, ਮਾਂ ਬੇਟੀ ਦਾ ਫਰੈਂਡਲੀ ਰਿਲੇਸ਼ਨ ਹੋਣਾ ਬੜਾ ਜ਼ਰੂਰੀ ਹੈ। ਇਹੋ ਜਿਹਾ ਹੋਣਾ ਚਾਹੀਦਾ ਕਿ ਬੇਟੀ ਵੀ ਆ ਕੇ ਹਰ ਗੱਲ ਮਾਂ ਨਾਲ ਕਰੇ ਅਤੇ ਪੁੱਤਰ ਵੀ ਆ ਕੇ ਕਰੇ ਪਿਓ ਨਾਲ ਵੀ। ਉਹ ਹੋਏ ਤਾਂ, ਕਿਉਂਕਿ ਮਾਂ ਬਾਪ ਤੋਂ ਵੱਧ ਕੇ ਕੋਈ ਵੀ ਅੱਛਾ ਦੋਸਤ ਨਹੀਂ ਹੋ ਸਕਦਾ। ਅਤੇ ਜੇ ਬੱਚੇ ਇਸ ਚੀਜ਼ ਦੇ ਲਈ ਖੁੱਲ੍ਹ ਜਾਣ, ਇਹ ਨਹੀਂ ਕਿ ਜਦੋਂ ਵੀ ਗੱਲ ਕਰਨ ਅਸੀਂ ਉਹਨੂੰ ਕਹੀਏ ਨਹੀਂ ਇਹ ਤਾਂ ਗਲਤ ਹੈ, ਸੁਣੀਏ ਆਰਾਮ ਨਾਲ, ਫਿਰ ਸਲਾਹ ਪਿਆਰ ਨਾਲ ਦਈਏ, ਅਤੇ ਫਿਰ ਉਹ ਮੈਨੂੰ ਲੱਗਦਾ ਕਿ ਬੱਚੇ ਗਲਤ ਰਾਹ 'ਤੇ ਨਹੀਂ ਚੱਲਦੇ। ਇਹ ਬਹੁਤ ਜ਼ਰੂਰੀ ਚੀਜ਼ ਹੈ। ਬਿਲਕੁਲ ਸਹੀ ਕਿਹਾ ਮੈਮ ਤੁਸੀਂ ਕਿ ਇਹ ਫਰੈਂਡਲੀ ਰਿਸ਼ਤਾ ਕਿਉਂ ਨਹੀਂ ਬਣ ਪਾਉਂਦਾ। ਤੁਹਾਨੂੰ ਲੱਗਦਾ ਹੈ ਕਿ ਕੋਈ ਕਾਰਨ ਮਾਂ ਪਿਓ ਦੇ ਅੰਦਰ ਹੀ ਹੁੰਦਾ, ਕਿਆ ਦਿੱਕਤਾਂ ਆਉਂਦੀਆਂ ਨੇ? ਮਾਂ ਪਿਓ ਦੇ ਵਿੱਚ ਹੀ ਹੁੰਦਾ, ਔਰ ਉੱਥੇ ਵੀ ਈਗੋ ਹੀ ਆਉਂਦੀ ਹੈ ਨਾ ਕਿ ਮੈਂ ਪਿਓ, ਮੈਂ ਮਾਂ, ਜੋ ਮੈਂ ਕਹਿਤਾ ਉਹੀ ਠੀਕ ਹੈ। ਇੱਥੇ ਹੀ ਗਲਤੀ ਹੋ ਜਾਂਦੀ ਹੈ, ਅੱਗੇ ਦੀ ਪਹਿਲਾਂ ਸੁਣੋ। ਇਹ ਸਾਰਾ ਪਿਛਲੇ ਇੰਨੇ ਸਾਲਾਂ ਤੋਂ ਕਲਚਰ ਚੱਲਿਆ ਆਉਂਦਾ ਇੰਡੀਆ 'ਚ, ਇਹ ਵੈਸਟਰਨ ਕੰਟਰੀ ਕਲਚਰ ਥੋੜ੍ਹਾ ਇਹ ਹੈ ਨਹੀਂ, ਸਾਡੇ ਹੱਥ ਬਹੁਤ ਜ਼ਿਆਦਾ ਅਥਾਰਟੀ ਜਿਹੜਾ ਕਲਚਰ ਹੈ ਨਾ, ਕਿ ਉੱਪਰ ਥੱਲੇ ਫਿਰ ਥੱਲੇ ਫਿਰ ਚੌਥੇ, ਤੀਜੇ ਨੰਬਰ ਨੂੰ ਕਹਿੰਦੇ ਤਾਂ ਪਤਾ ਹੀ ਕੁਛ ਨਹੀਂ ਹੈਗਾ। ਸੋ ਅਗਾਂ ਜਿਹੜੀ ਇੰਨੇ ਪਾਵਰ ਅਥਾਰਟੀ ਅਗਾਂ ਦਿੰਦੇ ਨਹੀਂ, ਅਸੀਂ ਨਾ ਦੇਣ ਕਰਕੇ ਇਹ ਸਾਰਾ ਪ੍ਰੋਬਲਮ ਆਈ ਜਾਂਦੀ ਹੈਗੀ। ਮੈਮ ਈਗੋ ਦੀ ਗੱਲ ਤੁਸੀਂ ਕੀਤੀ ਹੈ ਕਿ ਈਗੋ ਹਰ ਰਿਸ਼ਤੇ ਦੇ ਅੰਦਰ ਨਾ ਦਰਾਰ ਬਣ ਜਾਂਦੀ ਹੈ, ਹਸਬੈਂਡ ਵਾਈਫ ਦੇ ਵਿੱਚ ਵੀ ਇੱਦਾਂ ਹੁੰਦਾ ਹੈ, ਬਹੁਤ ਸਾਰੇ ਰਿਸ਼ਤੇ ਟੁੱਟਦੇ ਦੇਖੇ ਹੈ ਈਗੋ ਕਰਕੇ। ਕਿੱਥੇ ਲੱਗਦਾ, ਕਿੱਥੇ ਕਮੀ ਰਹਿ ਜਾਂਦੀ ਹੈ? ਇੱਕ ਤਾਂ ਮੈਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਵੀ ਅਗਰ ਕੋਈ ਪ੍ਰੋਬਲਮ ਹੈ ਹਸਬੈਂਡ ਵਾਈਫ ਦੀ ਆਪਸ ਵਿੱਚ, ਤਾਂ ਆਪਣੇ ਮਾਂ ਬਾਪ ਨੂੰ ਜਾਂ ਕਿਸੇ ਨਾਲ ਜਾ ਕੇ ਨਹੀਂ ਗੱਲ ਕਰਨੀ ਚਾਹੀਦੀ, ਕਿਉਂਕਿ ਆਪਸ ਵਿੱਚ ਤਾਂ ਅਗਰ ਕੋਈ ਹੋਈ ਹੈ ਤਾਂ ਸ਼ਾਮ ਤੱਕ ਅਗਲੇ ਦਿਨ ਤੱਕ ਤੁਹਾਡੀ ਆਪਸ 'ਚ ਹੋ ਜਾਏਗੀ। ਜੇ ਤੁਸੀਂ ਇੱਕ ਦੂਜੇ ਦੇ ਇਲਾਵਾ ਤੀਸਰੇ ਬੰਦੇ ਨਾਲ ਗੱਲ ਕਰ ਲਓ ਨਾ, ਉਹ ਗੱਲ ਖਰਾਬ ਹੋ ਜਾਂਦੀ। ਜੇ ਕਿਤੇ ਸਹੇਲੀ ਸੁਹੇਲੀ ਕਿਸੇ ਹੋਰ ਨਾਲ ਕਰਤਾ ਤਾਂ ਉਹ ਤਾਂ ਮਸਾਲਾ ਲੱਗ ਕੇ ਹੋਰ ਹੀ ਕੁਛ ਨਾ ਕੁਛ ਬਣ ਜਾਏਗਾ, ਔਰ ਜਦੋਂ ਫਿਰ ਤੁਹਾਡੇ ਪਾਰਟਨਰ ਨੂੰ ਪਤਾ ਲੱਗੇਗਾ ਕਿ ਇਹ ਹੋਇਆ ਤਾਂ ਗੱਲ ਵਿਗੜਦੀ ਵਿਗੜਦੀ ਵਿਗੜ ਜਾਂਦੀ ਹੈ। ਸੋ ਉਸ ਤੋਂ ਬੈਸਟ ਹੈ ਚੁੱਪ ਕਰ ਜਾਓ, ਆਪਸ 'ਚ ਹੀ ਸੋਲਵ ਕਰ ਲਓ, ਲੇਕਿਨ ਉਹਨੂੰ ਪਬਲਿਕ ਨਾ ਕਰੋ। ਇੱਕ ਬੜਾ ਵੱਡਾ ਨੁਸਖਾ ਹੈ ਸ਼ਾਦੀ ਨੂੰ ਅੱਛੀ ਤਰ੍ਹਾਂ ਮੇਨਟੇਨ ਕਰਨ, ਕਿਉਂਕਿ ਮੀਆਂ ਬੀਬੀ ਨਾਲ ਕਈ ਵਾਰੀ ਵਿਊਜ਼ ਡਿਫਰੈਂਟ ਹੋ ਸਕਦੇ ਨੇ, ਬਟ ਆਪਸ 'ਚ ਹੀ ਵਿਊਜ਼ ਨੂੰ ਕੀਤਾ ਜਾਏ ਤਾਂ ਉਹੀ ਬੈਸਟ ਹੈ। ਈਗੋ ਨੂੰ ਗੱਲ ਕੀਤੀ ਤੁਸੀਂ, ਈਗੋ ਦੀ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਹੈ ਜਦੋਂ
ਬੰਦੇ ਕੋਲ ਹੈ ਨਹੀਂ, ਉਸੋਂ ਜੇ ਮੈਂ ਉਹ ਹੈਗਾ ਬੰਦਾ ਕਹੇ ਜੀ ਮੈਂ ਤਾਂ 16 ਜਮਾਤਾਂ ਪੜ੍ਹ ਲਈਆਂ, ਮੈਂ ਇਹਦੇ ਨਾਲ ਡਿਪਟੀ ਕਮਿਸ਼ਨਰ ਹੈਗਾ, ਠੀਕ ਹੈ ਨਾ, ਜਦ ਉਹ ਸਾਡੀ ਕੋਲ ਹੈ ਨਹੀਂ, ਲੇਕਿਨ ਸੋਚ ਉਹ ਡਿਪਟੀ ਕਮਿਸ਼ਨਰ ਵਾਲੀ, ਇੱਥੇ ਰੋਲਾ ਪਿਆ, ਇਹਨੂੰ ਕਹਿੰਦੇ ਨੇ ਈਗੋ, ਕਿ ਉਹ ਤੁਹਾਡਾ ਹੈ ਨਹੀਂ, ਤੁਸੀਂ ਆਪਣੇ ਆਪ ਨੂੰ ਉਹ ਸਮਝਣ ਲੱਗ ਪਓ, ਤੁਹਾਡੇ ਕੋਲ ਚੀਜ਼ ਹੈ ਨਹੀਂ, ਤੁਸੀਂ ਉਹ ਮੇਰੇ ਕੋਲ ਹੈਗੀ ਹੈ। ਜਦੋਂ ਤੁਹਾਡੀ ਇਹ ਪ੍ਰੋਬਲਮ ਆਉਂਦੀ ਇੱਥੇ ਵੀ, ਉੱਥੇ ਇਹ ਇਸ਼ੂ ਈਗੋ ਦਾ ਆ ਜਾਂਦਾ। ਜਦੋਂ ਬੰਦਾ ਇਹ ਸਮਝ ਆਏ ਕਿ ਮੈਂ ਜੋ ਹੈਗਾ ਇਹ ਹੈਗਾ, ਮੈਂ ਇਸ ਤੋਂ ਬਾਬ ਨਹੀਂ ਹੈਗਾ, ਆਪਣੇ ਆਪ ਮਨ ਦੇ ਅੰਦਰ ਦੀ ਵਿਚਾਰ ਇੱਦਾਂ ਦੀ ਬਣ ਜਾਏ, ਫਿਰ ਝਗੜਾ ਨਹੀਂ ਹੁੰਦੇ। ਵਿਆਹ ਦਾ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਨੀਂਹ ਪੱਥਰ ਸਤਿਕਾਰ ਹੈ, ਇੱਕ ਦੂਜੇ ਨੂੰ ਰਿਸਪੈਕਟ ਦੇਣਾ। ਉਹ ਕਿਤੇ ਨਾ ਕਿਤੇ ਔਰਤ ਜ਼ਰੂਰ ਕਰਦੀ ਹੈ, ਪਰ ਆਦਮੀ ਕਿਤੇ ਨਾ ਕਿਤੇ ਮਿਸ ਕਰ ਦਿੰਦਾ। ਉਹਨੂੰ ਲੱਗਦਾ ਕਿ ਨਹੀਂ, ਜੇ ਇਹਦਾ ਨਾਮ ਲੈ ਕੇ ਬੁਲਾਇਆ ਜੀ ਤਾਂ ਨਹੀਂ ਬੋਲ ਸਕਦਾ ਮੈਂ। ਮੈਂ ਬਹੁਤ ਸਾਰੇ ਘਰਾਂ 'ਚ ਦੇਖਿਆ ਇਹ ਚੀਜ਼ ਕਿ ਮਤਲਬ ਰਿਸਪੈਕਟ ਨਹੀਂ ਦੇਣਾ ਚਾਹੁੰਦੇ, ਔਰ ਇੱਥੇ ਇਸ਼ੂ ਕ੍ਰੀਏਟ ਹੋ ਜਾਂਦਾ। ਕਿਤੇ ਕਿਤੇ ਤਾਂ ਰੋਟੀ ਖਾਣ ਪਿੱਛੇ ਜਾਂ ਬਣਾਉਣ ਪਿੱਛੇ ਕਲੇਸ਼ ਪਿਆ ਹੁੰਦਾ, ਤਾਂ ਉਹ ਗੱਲ ਡਿਵੋਰਸ ਤੱਕ ਪਹੁੰਚ ਜਾਂਦੀ ਹੈ। ਮੰਨ ਲਓ ਕਿ ਨਮਕ ਘੱਟ ਪੈ ਗਿਆ, ਇਹ ਚੀਜ਼ਾਂ ਵੀ ਰਿਸ਼ਤੇ ਨੂੰ ਖਰਾਬ ਕਰਦੀਆਂ ਨੇ। ਜਿੱਥੇ ਵੀ ਆਦਮੀ ਜਾਂ ਉਹਨਾਂ ਦੇ ਕਹਿ ਮਾਂ ਬਾਪ ਦੇ ਕਹਿਣ ਕਰਕੇ ਕਿ ਬੇਟਾ ਤੂੰ ਸਾਡੇ ਨਾਲ ਰਹਿਣਾ, ਜੋ ਅਸੀਂ ਕਹੀਏ, ਤੂੰ ਵਾਈਫ ਦੀ ਗੱਲ ਘੱਟ ਸੁਣਨੀ ਹੈ, ਸਾਡੀ ਗੱਲ ਜ਼ਿਆਦਾ ਸੁਣਨੀ। ਜਿਹੜਾ ਮਾਂ ਦੇ ਨਾਲ ਹੁੰਦਾ ਪਹਿਲਾਂ ਸ਼ਾਦੀ ਤੋਂ ਪਹਿਲੇ ਲਿੰਕ ਬਣਿਆ ਹੁੰਦਾ ਨਾ, ਮਾਂ ਵੀ ਉਹਨੂੰ ਛੱਡਣਾ ਨਹੀਂ ਚਾਹੁੰਦੀ, ਬੇਟਾ ਵੀ ਛੱਡਣਾ ਨਹੀਂ ਚਾਹੁੰਦਾ। ਚਾਹੀਦਾ ਹੈ ਕਿ ਉਹ ਆਪਣਾ ਲਿੰਕ ਉਦੋਂ ਤੋੜੇ ਅਤੇ ਇੱਥੇ ਡਿਵੈਲਪ ਕਰੇ। ਉਹ ਮਾਂ ਹੁਣ ਨਹੀਂ ਦਿੰਦੀ, ਤੇ ਉਹ ਇਹ ਸਾਰੀ ਨਮਕ ਘੱਟ ਹੈ, ਫਲਾਣਾ ਕੰਮ ਹੈ, ਝਗੜਾ ਇੱਥੋਂ ਸ਼ੁਰੂ ਹੁੰਦਾ। ਰੂਟ ਕਾਜ਼ ਇਹ ਹੁੰਦਾ, ਜਦੋਂ ਮਦਰ ਹੁੰਦੀ ਲੜਕੇ ਦੀ ਆਪਣਾ ਲਿੰਕ ਰਿਡਿਊਸ ਕਰੇ ਜਾਂ ਖਤਮ ਕਰੇ, ਅਤੇ ਸਾਰੀ ਪਾਵਰ ਲੜਕੇ ਦੀ ਐਨਰਜੀ ਉੱਧਰ ਲਗਾਵੇ, ਉਹਨੂੰ ਕਹੇ ਬੇਟਾ ਤੂੰ ਉਹਨੂੰ ਆਪਣਾ ਕਰਦਾ ਆਪ, ਫਿਰ ਮੈਟਰ ਠੀਕ ਹੁੰਦਾ। ਦੇਖੋ ਜੀ, ਮਾਂ ਨੂੰ ਆਪਣੇ ਪੁੱਤਰ ਨਾਲ ਵਿਆਹ ਤੋਂ ਬਾਅਦ ਆਪਣਾ ਅੰਪਲਾਈਕਲ ਕਾਰਡ ਕੱਟ ਦੇਣਾ ਚਾਹੀਦਾ। ਉਹਨੂੰ ਇੰਨੀ ਕੁ ਮੈਂ ਕਹਿੰਦੀ ਹਾਂ ਸਮਝ ਹੋਣੀ ਚਾਹੀਦੀ ਹੈ ਕਿ ਜੇ ਮੈਂ ਆਪਣੀ ਨੂੰਹ ਦੇ ਨਾਲ ਕੁਛ ਮੈਨੂੰ ਨਹੀਂ ਠੀਕ ਲੱਗਾ ਜਾਂ ਕੁਛ ਵੀ, ਔਰ ਮੈਂ ਆਪਣੇ ਪੁੱਤਰ ਨੂੰ ਦੱਸਾਂਗੀ, ਪੁੱਤਰ ਫਿਰ ਨੂੰਹ ਨਾਲ ਆਪਣੀ ਬੀਵੀ ਨਾਲ ਗੱਲ ਕਰੇਗਾ, ਅਤੇ ਬੀਵੀ ਕਹੇਗੀ ਮੇਰੀ ਸੱਸ ਨੇ ਇਹ ਗੱਲ ਮੇਰੀ ਕੀਤੀ ਅਤੇ ਸਾਡੀ ਲੜਾਈ ਹੋਈ। ਉਹ ਕਿਉਂ ਨਹੀਂ ਸੋਚਦੀ ਕਿ ਮੈਂ ਆਪਣੇ ਬੇਟੇ ਦਾ ਸੈਂਡਵਿਚ ਨਹੀਂ ਬਣਾਉਣਾ, ਕਿ ਮੇਰਾ ਬੇਟਾ ਖੁਸ਼ ਰਹੇ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਹਾਡੀ ਨੂੰ ਖੁਸ਼ ਰਹਿਣੀ ਚਾਹੀਦੀ ਹੈ, ਤੁਹਾਨੂੰ ਪੁੱਤਰ ਕੋਲ ਉਹਦੀਆਂ ਕੋਈ ਜਿਹਨੂੰ ਕਹਿੰਦੇ ਚੁਗਲੀ ਪੰਜਾਬੀ 'ਚ, ਉਹ ਕੰਮ ਨਹੀਂ ਕਰਨਾ, ਫਿਰ ਤੁਹਾਨੂੰ ਲੋੜ ਹੀ ਨਹੀਂ ਪੈਂਦੀ, ਫਿਰ ਰਿਸ਼ਤੇ ਖੁਸ਼ੀ ਭਰੇ ਰਹਿੰਦੇ ਨੇ। ਮੈਂ ਬੜੀ ਪਿਆਰੀਆਂ ਗੱਲਾਂ ਤੁਸੀਂ ਕੀਤੀਆਂ ਨੇ, ਜਿਵੇਂ ਕਿ ਤੁਹਾਡਾ ਰਿਸ਼ਤਾ ਨਿਭਿਆ ਹੈ, ਬੜੇ ਪਿਆਰ ਦੇ ਨਾਲ ਨਿਭਿਆ ਹੈ, ਕੋਈ ਤੁਹਾਨੂੰ ਪ੍ਰੋਬਲਮ ਨਹੀਂ, ਕੋਈ ਰੋਸ ਨਹੀਂ, ਕੋਈ ਗਿਲਾ ਨਹੀਂ। ਮੈਨੂੰ ਦੱਸੋ ਕਿ ਡਾਕਟਰ ਸਾਹਿਬ ਦੇ ਅੰਦਰ ਅਜੇ ਕਿਹੜੀ ਖਾਸ ਗੱਲ ਲੱਗੀ ਤੁਹਾਨੂੰ, ਜੋ ਬੜੀ ਪਿਆਰੀ ਹੁਣ ਤੱਕ ਤੁਹਾਨੂੰ ਲੱਗਦਾ ਕਿ ਵਾਕਈ ਮੈਂ ਖੁਸ਼ਕਿਸਮਤ ਹਾਂ? ਦੇਖੋ, ਮੈਨੂੰ ਥੋੜ੍ਹੀ ਜਿਹੀ ਵੀ ਤਕਲੀਫ ਹੋਏ ਅਤੇ ਮਤਲਬ ਇਹ ਜੋ ਇਹਨਾਂ ਦਾ ਹਾਲ ਹੁੰਦਾ ਹੈ, ਉਹਦੇ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਦਿਲ ਵਿੱਚ ਕਿੰਨੀ ਮੇਰੀ ਜ਼ਰੂਰਤ ਹੈ, ਕਿੰਨੀ ਪਿਆਰ ਹੈ, ਔਰ ਕਿਸ ਤਰ੍ਹਾਂ ਸਭ ਕੁਛ ਛੋੜ ਛੜਾ ਕੇ ਕਰ ਸਕਦੇ ਨੇ। ਇੱਕ ਛੋਟਾ ਜਿਹਾ ਐਗਜ਼ਾਮਪਲ, ਦੋ ਐਗਜ਼ਾਮਪਲ ਦੇਣੀ ਆ ਕਿ ਜਦੋਂ ਮੇਰਾ ਵਿਆਹ ਹਾਲੇ ਹੋਇਆ ਸੀ, ਆਈ ਵਾਜ਼ ਐਕਸਪੈਕਟਿੰਗ ਮਾਈ ਫਸਟ ਚਾਈਲਡ, ਪਹਿਲਾ ਬੱਚਾ ਐਕਸਪੈਕਟ ਕਰ ਰਹੀ ਸੀ ਅਤੇ ਜੋਬ ਵੀ ਕਰਦੀ ਸੀ, ਅਤੇ ਇਹ ਮੇਰੇ ਤੋਂ ਕੋਈ 15-20 ਮਿੰਟ ਪਹਿਲਾਂ ਹੋਸਪਿਟਲ ਤੋਂ ਆ ਜਾਂਦੇ ਸੀ ਛੁੱਟੀ ਤੋਂ, ਮੇਰਾ ਥੋੜ੍ਹਾ ਜਿਹਾ ਤੁਸੀਂ ਇਹ ਦੇਖੋ, ਅਗਰ ਮੈਂ ਸੁਬਹਾ ਸਬਜ਼ੀ ਬਣਾ ਕੇ ਆਉਂਦੀ ਸੀ ਨਾ, ਅਤੇ ਜਦ ਮੈਂ ਮੈਨੂੰ ਇਹ ਸਕੂਟਰ 'ਤੇ ਲੈਣ ਆਉਂਦੇ ਸੀ ਕਾਲਜ ਤੋਂ,
ਤੇ ਤੰਦੂਰ ਤੋਂ ਚਾਰ ਫੁਲਕੇ ਲੈ ਕੇ ਆਉਂਦੇ ਸੀ ਕਿ ਮੇਰੀ ਬੀਵੀ ਨੂੰ ਬਣਾਉਣੇ ਨਾ ਪੈਣ। ਦੇਖੋ ਨਾ, ਛੋਟੀ ਜਿਹੀ ਚੀਜ਼ ਹੈ ਜਿਹੜੀ ਕਿ ਮੈਂ ਅਜੇ ਤੱਕ ਨਹੀਂ ਭੁੱਲੀ। ਇਸੇ ਤਰੀਕੇ ਨਾਲ ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਹੈ, ਮੇਰੇ ਫ੍ਰੈਕਚਰ ਹੋ ਗਿਆ ਸੀ, ਹੋਸਪਿਟਲ ਜਾਣਾ ਪਿਆ, ਦਾਖਲ ਹੋ ਗਏ। ਉਹਨਾਂ ਨੇ ਕਿਹਾ ਜੀ ਸਵੇਰੇ ਦੇਖ ਕੇ ਸੋਜ ਕੱਟੇਗੀ, ਫਿਰ ਪਲਾਸਟਰ ਲਗਾਵਾਂਗੇ। ਤੇ ਮੇਰੀ ਸਿਸਟਰ ਲਾ ਸੀ, ਉਹ ਮੇਰੇ ਕੋਲ ਸੀ, ਇਹ ਥੋੜ੍ਹੀ ਦੇਰ ਲਈ ਘਰ ਚਲੇ ਗਏ ਸੀ ਘਰੋਂ। ਜਦੋਂ ਵਾਪਿਸ ਆਏ ਤੇ ਉਹਨਾਂ ਨੇ ਪ੍ਰੋਸੈਸ ਸ਼ੁਰੂ ਕਰਤਾ ਹੋਇਆ ਸੀ ਕਿ ਉਹ ਪੱਟੀ ਲੰਬੀ ਖਿੱਚ ਕੇ ਤੇ ਕਰਨਾ ਸ਼ੁਰੂ ਕਰਤਾ ਸੀ ਬੰਨਾ। ਤੇ ਉਹ ਕਰਦੇ ਕਰਦੇ ਨੈਚੁਰਲੀ ਉਹਨਾਂ ਨੇ ਜਦੋਂ ਲਗਾਉਣਾ ਹੁੰਦਾ ਹੈ, ਇੱਕਦਮ ਬੜਾ ਪੇਨਫੁਲ ਹੁੰਦਾ ਹੈ, ਮੇਰੀ ਚੀਕ ਹੀ ਨਿਕਲ ਗਈ। ਹੀ ਵਾਸ ਫਿਊਰੀਅਸ, ਡਾਕਟਰ ਸਾਹਿਬ ਨੂੰ ਇੰਨਾ ਗੁੱਸਾ ਆਇਆ ਕਿ ਤੁਸੀਂ ਉਹਨੂੰ ਕੋਈ ਇੰਜੈਕਸ਼ਨ ਦੇ ਦਿੰਦੇ, ਕੋਈ ਉਹ ਕਰ ਦਿੰਦੇ ਕਿ ਇੰਨੀ ਦਰਦ ਕਿਉਂ ਕੀਤੀ ਹੈ। ਸੋ ਤੁਸੀਂ ਇਹ ਦੇਖੋ, ਛੋਟੀਆਂ ਛੋਟੀਆਂ ਚੀਜ਼ਾਂ ਤੁਹਾਨੂੰ ਜ਼ਿੰਦਗੀ ਭਰ ਨਹੀਂ ਪਾਉਂਦੀਆਂ। ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਲੱਗਦਾ ਤੁਸੀਂ ਤਾਂ ਉਹਨਾਂ ਨੇ ਮਤਲਬ ਤੁਹਾਡੇ ਕੋਲ ਕੋਈ ਸ਼ਬਦ ਨਹੀਂ ਹੁੰਦੇ ਕਿ ਤੁਸੀਂ ਤਾਂ ਵਿਕ ਗਏ ਹੋਏ ਹੋ ਪਿਆਰ ਵਿੱਚ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਕੇਅਰਿੰਗ ਔਰ ਸਤਿਕਾਰ, ਇਹ ਦੋ ਚੀਜ਼ਾਂ ਨੀਂਹ ਪੱਥਰ ਨੇ, ਔਰ ਮੈਨੂੰ ਲੱਗਦਾ ਕਿ ਉਹ ਬਿਲਡਿੰਗ ਬੜੀ ਮਜ਼ਬੂਤ ਹੁੰਦੀ ਹੈ ਰਿਸ਼ਤੇ ਦੀ ਜਦੋਂ ਇੱਥੇ। ਦੱਸੋ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਦੇ ਬਾਰੇ, ਇਹਨਾਂ ਦੇ ਵਿੱਚ ਕਿਹੜੀ ਖਾਸੀਅਤ ਲੱਗੀ ਤੁਹਾਨੂੰ ਕਿ ਹੁਣ ਤੱਕ ਤੁਹਾਨੂੰ ਮਤਲਬ ਅਟੈਚ? ਇੱਕੋ ਹੀ ਗੱਲ ਹੈ ਜੋ ਇਹਨਾਂ ਨੇ ਕਿਹਾ, ਕੇਅਰਿੰਗ, ਇਹ ਰੈਸੀਪ੍ਰੋਕਲ ਹੈ। ਇਹ ਵੀ ਉਨੇ ਜ਼ਿਆਦਾ ਕੇਅਰਫੁਲ ਨੇ ਮੇਰੇ ਖਿਆਲ ਕਰਨ 'ਚ, ਮੇਰਾ ਵਿਚਾਰ ਕਰਨ 'ਚ। ਤੁਸੀਂ ਬੜੇ ਸਿੰਪਲ ਜਿਹੀ ਇਗਜ਼ਾਮਪਲ ਤੁਹਾਨੂੰ ਫਿਰ ਦੇ ਦਿੰਦੇ ਹਾਂ ਕਿ 86 ਵਿੱਚ ਨਾ ਜਦੋਂ ਟੈਰਰਿਜ਼ਮ ਸੀ ਇੱਥੇ ਬੜਾ ਪੰਜਾਬ 'ਚ, ਅਸੀਂ ਆ ਰਹੇ ਸੀ ਫਾਜ਼ਿਲਕਾ ਤੋਂ ਲੁਧਿਆਣਾ, ਮੋਗਾ ਦੇ ਕੋਲ ਉਹ ਰੇਲਵੇ ਕ੍ਰਾਸਿੰਗ ਸੀਗੀ ਅਤੇ ਉੱਥੇ ਪੁਲ ਬੰਦ ਸੀਗਾ, ਕਾਰ ਅਸੀਂ ਖੜੀ ਕੀਤੀ, ਟੈਰਰਿਸਟ ਆਏ, ਠਾ 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 ਕਰਕੇ ਮੇਰੇ ਇੱਥੇ ਗੋਲੀਆਂ ਲੱਗੀਆਂ। ਅੱਛਾ। ਅਤੇ ਪੁਲਿਸ ਵੇਲੇ ਖੁੱਲ੍ਹ ਗਿਆ, ਮੋਗੇ ਦੇ ਕੋਲ ਇਮੀਡੀਏਟਲੀ ਜਿਹੜਾ ਨਰਸਿੰਗ ਹੋਮ ਸੀਗਾ ਉੱਥੇ ਲੈ ਗਿਆ ਉਹਨਾਂ ਨੇ, ਜੋ ਕਰਨਾ ਥੋੜ੍ਹਾ ਬਹੁਤ ਕਰਤਾ ਅਤੇ ਡੀ ਐਮ ਸੀ ਲੈ ਜਾਓ। ਹੁਣ ਇਹਨਾਂ ਦੀ ਇਕਿਊਪਮੈਂਟ ਕਹਿ ਲਓ, ਅਲਰਟਨੈਸ ਕਹਿ ਲਓ, ਉੱਥੋਂ ਹੀ ਇਹਨਾਂ ਨੇ ਡੀ ਐਮ ਸੀ ਦੇ ਜਿਹੜੇ ਮੇਰੇ ਵਾਕਫ ਸੀਗੇ ਇਹਨਾਂ ਨੇ ਲਾਈਫ ਲਾਈਨ ਕਾਲ ਕਰਤੀ ਕਿ ਇਹ ਗੱਲ ਹੋ ਗਈ, ਅਸੀਂ ਆ ਰਹੇ ਹਾਂ, ਤੁਸੀਂ ਸਾਰਾ ਉੱਥੇ ਉਹਨਾਂ ਦਾ ਅਰੇਂਜਮੈਂਟ ਕਰ ਰੱਖੋ ਤਾਂ ਕਿ ਟਾਈਮ ਨਾ ਵੇਸਟ ਹੋਵੇ। ਸੋ ਸੇਮ ਹੈਪਨ, ਅਸੀਂ ਤੋਂ ਆਏ ਜਿਸੇ ਪਹੁੰਚੇ ਹਸਪਤਾਲ ਅਤੇ ਗੇਟ 'ਤੇ ਸਾਨੂੰ ਰਿਸੀਵ ਕਰਨ ਵਾਲੇ ਸਾਰਾ ਸਟਾਫ ਡਾਕਟਰ ਖੜ੍ਹੇ ਸੀਗੇ, ਫਟਾਫਟ ਸਾਨੂੰ ਅੰਦਰ ਲੈ ਗਿਆ, ਜੋ ਟ੍ਰੀਟਮੈਂਟ ਕਰਨਾ ਸੀਗਾ ਇਮੀਡੀਏਟ ਹੋਣਾ ਸ਼ੁਰੂ ਹੋ ਗਿਆ। ਜੇ ਬੰਦਾ ਨਾ ਕੀਤਾ ਹੁੰਦਾ ਇਨਫੋਰਮ, ਅਤੇ ਆਏ ਹਾਂ ਠੀਕ ਹੈ ਜੀ ਤਿਆਰ ਕਰਦੇ ਹਾਂ, ਲੱਭਦੇ ਹਾਂ ਡਾਕਟਰ ਆਉਂਦਾ, ਟਾਈਮ ਅੱਧਾ ਘੰਟਾ ਵੇ, ਉਦੈਰ ਬਾਅਦ ਮੋਰ ਵੈਲਿਊਬਲ, ਉਹ ਇਹਨਾਂ ਦੀ ਅਲਰਟਨੈਸ ਕਰਕੇ ਹੋਇਆ। ਦੈਟ ਮੀਨਸ ਅਲਰਟਨੈਸ ਕਿੱਥੋਂ ਆਈ? ਕੇਅਰਿੰਗ, ਕੇਅਰਿੰਗ। ਸੋ ਦੈਟ ਇਜ਼ ਰੈਸੀਪ੍ਰੋਕਲ, ਸ਼ੀ ਇਜ਼ ਆਲਸੋ ਕੇਅਰਿੰਗ ਐਂਡ ਸ਼ੀ ਹੈਜ਼ ਟੋਲਡ ਅਬਾਊਟ ਮੀ ਆਲਸੋ ਐਂਡ ਆਈ ਐਮ ਟੈਲਿੰਗ ਅਬਾਊਟ ਹਰ ਆਲਸੋ। ਡਾਕਟਰ ਸਾਹਿਬ, ਸਮਾਂ ਥੋੜ੍ਹਾ ਜਿਹਾ ਹੋਰ ਲਊਂਗੀ ਤੁਹਾਡਾ ਮੈਂ, ਜਿੱਦਾਂ ਕਿ ਤੁਸੀਂ ਕਾਫੀ ਬਿਜ਼ੀ ਹੋ, ਡੀ ਐਮ ਸੀ ਦੇ ਵਿੱਚ ਵੀ ਕਾਫੀ ਬਿਜ਼ੀ ਰਹੇ, ਇੱਥੇ ਵੀ ਤੁਸੀਂ ਆਪਣਾ ਪ੍ਰਾਈਵੇਟ ਥੋੜ੍ਹਾ ਬਹੁਤਾ ਕਰ ਰਹੇ ਹੋ, ਇੱਕ ਦੂਜੇ ਦੇ ਰਿਸ਼ਤੇ ਨੂੰ ਖੂਬਸੂਰਤ ਬਣਾਉਣ ਵਾਸਤੇ ਆਊਟਿੰਗ ਕਰਨਾ, ਬਾਹਰ ਘੁੰਮਣ ਫਿਰਨ ਜਾਣਾ ਕਿੰਨਾ ਕੁ ਜ਼ਰੂਰੀ ਹੁੰਦਾ ਹੈ? ਇਹ ਬਹੁਤ ਜ਼ਰੂਰੀ ਹੁੰਦਾ, ਪਰਟੀਕੁਲਰਲੀ ਐਟ ਦਿਸ ਏਜ, ਯੰਗ ਏਜ ਤਾਂ ਹੁੰਦਾ ਹੀ ਹੈ, ਓਲਡ ਏਜ ਆ ਕੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜਿਹੜੀ ਆਈਸੋਲੇਸ਼ਨ ਹੈ ਨਾ, ਇਹ ਬੰਦੇ ਅੰਦਰ ਡਿਮੈਂਸ਼ੀਆ, ਅਲਜ਼ਾਈਮਰ ਇਹ ਪੈਦਾ ਕਰਦੀਆਂ ਨੇ। ਜੇ ਬੰਦਾ ਓਲਡ ਏਜ ਰਿਟਾਇਰ ਹੋ ਗਿਆ, ਘਰ ਬੈਠਾ ਇਕੱਲਾ, ਅਤੇ ਉਹ ਫਿਰ ਮੈਂਟਲ ਫੈਕਲਟੀਆਂ ਜੰਗ ਰੱਖਣਾ ਸ਼ੁਰੂ ਹੋ ਜਾਂਦਾ। ਜੇ ਇਹਨਾਂ ਨੂੰ ਐਕਟਿਵ ਰੱਖਣਾ ਤਾਂ ਤੁਸੀਂ ਇਹਨੂੰ ਚਾਰ ਪੰਜ ਗੱਲਾਂ ਰੱਖਣੀ ਪੈਣੀਆਂ, ਤੁਸੀਂ ਮਿਲਦੇ ਰਹੋ, ਆਈਸੋਲੇਟ ਨਾ ਹੋ, ਗੱਲਾਂ ਕਰਦੇ ਰਹੋ, ਮਿਕਸਅਪ ਹੁੰਦੇ ਰਹੋ, ਲੋਕਾਂ ਨੂੰ ਬੁਲਾਉਂਦੇ ਰਹੋ, ਲੋਕਾਂ ਨੂੰ ਜਾ ਆਓ, ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਸੋ ਉਸ ਵਿੱਚ ਅਸੀਂ ਦੋਨੋਂ ਜਣੇ ਬਿਲੀਵ ਕਰਦੇ ਹਾਂ, ਅਤੇ ਜਿਸ ਮੌਕਾ ਮਿਲਦਾ
ਅਸੀਂ ਫਾਇਦਾ ਉਠਾਉਂਦੇ ਹਾਂ। ਈਵਨ ਐਟ ਦੀ ਸਟੇਜ ਚਲੇ ਜਾਂਦੇ ਹਾਂ ਬੱਚਿਆਂ ਕੋਲ ਅਤੇ ਪ੍ਰੈਕਟਿਸ ਵੀ ਛੱਡ ਜਾਂਦੇ ਹਾਂ, ਬਾਕੀ ਵੀ ਛੱਡ ਜਾਂਦੇ। 3 ਮਹੀਨੇ ਉੱਥੇ ਆਏ ਹਾਂ, ਉੱਥੇ ਸਾਨੂੰ ਕੋਈ ਕੰਮ ਨਹੀਂ ਹੁੰਦਾ, ਉੱਥੇ ਸਾਨੂੰ ਪੇਸ਼ੈਂਟ ਨਹੀਂ ਦੇਖਣੇ, ਕੋਈ ਪ੍ਰੈਕਟਿਸ ਨਹੀਂ ਕਰਨੀ, ਵੀ ਆਰ ਨਾਟ ਅਲਾਊਡ ਦੇਅਰ। ਸਵੇਰ ਤੋਂ ਸ਼ਾਮ ਤੱਕ ਪੂਰਾ ਰਿਲੈਕਸ ਹੋਣੇ ਹਾਂ, ਘੁੰਮ ਫਿਰ ਆਏ, ਬੱਚਿਆਂ ਚਲੇ ਗਏ ਚਲੇ ਗਏ, ਫਿਰ ਕਦੇ ਇੱਕ ਸ਼ਹਿਰ ਚੰਗਾ, ਫਿਰ ਦੂਜੇ ਸ਼ਹਿਰ ਕੋਈ ਰਿਸ਼ਤੇਦਾਰ ਹੈਗਾ ਉਹਨੂੰ ਚਲੇ ਗਏ, ਫਿਰ ਤੀਜੇ ਸ਼ਹਿਰ ਚਲੇ ਗਏ, ਫਿਰ ਵਾਪਸ ਆ ਗਏ, ਫਿਰ ਚਲੇ ਗਏ। ਸੋ ਦੈਟ ਇਜ ਦੀ ਆਈਡੀਆ ਛੁੱਟੀ ਦਾ। ਇਨ ਬਿਟਵੀਨ ਜਿਹਨਾਂ ਇੱਥੇ ਹੁੰਦੇ ਹਾਂ ਅਸੀਂ ਕੋਈ ਰਫਲੀ ਕੋਈ 2 ਮਹੀਨੇ ਬਾਅਦ, 3 ਮਹੀਨੇ ਬਾਅਦ, 3-4 ਦਿਨ ਦੀ ਛੁੱਟੀ ਕਰ ਲੈਂਦੇ ਹਾਂ। ਕਈ ਜੋੜੇ ਨੇ ਤੁਹਾਨੂੰ ਅਜੇ ਵੀ ਦੇਖ ਰਹੇ ਹੋਣਗੇ ਜਿਹੜੇ ਕਹਿੰਦੇ ਆ ਕਿ ਨਹੀਂ ਘੁੰਮ ਲਾਂਗੇ ਅੱਗੇ, ਬਸ ਥੋੜ੍ਹੇ ਜਿਹੇ ਕੰਮ ਕਰ ਲਈਏ ਜਾਂ ਥੋੜ੍ਹੇ ਜਿਹੇ ਪੈਸੇ ਜੋੜ ਲਈਏ ਅੱਗੇ ਚੱਲ ਜਾਏ, ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਇਹਦਾ ਅਸੀਂ ਨਹੀਂ ਸੋਚਿਆ ਹੈਗਾ, ਉਹਦੇ ਨਾਲ ਅਸੀਂ ਅੱਗੇ ਸੋਚ ਲਾਂਗੇ, ਪੈਸੇ ਇਕੱਠੇ ਕਰ ਲਈ। ਅਸੀਂ ਸਾਡੀ ਸੋਚ ਹੈ ਕਿ ਜਿਵੇਂ ਥੋੜ੍ਹਾ 5-star ਠਹਿਰਨਾ, ਤੁਸੀਂ 2-star ਠਹਿਰ ਜਾਓ, ਤੁਸੀਂ ਖਾਣਾ ਖਾ ਲਓ, ਤੁਹਾਡਾ ਉਹਨੇ ਖਰਚੇ 'ਚ ਕੰਮ ਚੱਲ ਜਾਏਗਾ। ਤੁਸੀਂ ਕਾਰ ਲੈ ਕੇ ਨਾ ਜਾਓ, ਤੁਸੀਂ ਟ੍ਰੇਨ 'ਚ ਲੈ ਜਾਓ, ਟ੍ਰੇਨ 'ਚ ਜਿਵੇਂ ਥੋੜ੍ਹਾ 1st class ਬੈਠਣਾ, ਮਿਡਲ ਕਲਾਸ 'ਚ ਬੈਠ ਜਾਓ। ਸੋ ਤੁਸੀਂ ਆਪਣੇ ਖਰਚੇ ਨੂੰ ਉਹਦੇ ਮੁਤਾਬਕ ਆਪਣੇ ਨਾਲ ਐਡਜਸਟ ਕਰ ਲਓ, ਫਿਰ ਆਪਣੀ ਛੁੱਟੀ ਮਨਾਇਓ। ਕੁਆਲਿਟੀ ਟਾਈਮ ਬਹੁਤ ਜ਼ਰੂਰੀ ਹੈ। ਹਾਂ, ਕੁਆਲਿਟੀ ਜ਼ਰੂਰੀ ਹੈ ਜੀ। ਖਰਚੇ ਨਾਲ ਤਾਂ ਬੰਦਾ ਦੇਖੋ, ਹਰ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਢਾਬੇ ਹੈਗੇ ਨੇ, ਹਰ ਤਰ੍ਹਾਂ ਦੇ ਹੋਟਲ ਹੈਗੇ ਨੇ, ਭਾਵੇਂ ਤੁਸੀਂ ਜਿੱਦਾਂ ਇੱਥੇ ਮਰਜ਼ੀ ਖਰਚ ਕਰ ਲਓ, ਜਿੰਨਾ ਮਰਜ਼ੀ ਦੇ ਜੀ, ਦੇਨੋ ਐਂਡ ਕੱਪੜਾ ਵੀ ਜਿੰਨਾ ਮਰਜ਼ੀ ਵਧੀਆ ਪਾ ਲਓ, ਘਟੀਆ ਪਾ ਲਓ, ਹਰ ਤਰ੍ਹਾਂ ਮਨ ਖੁਸ਼ ਹੋਣਾ ਚਾਹੀਦਾ। ਕੱਪੜਿਆਂ ਵਿੱਚ ਹਰ ਚੀਜ਼ ਕੁਝ ਨਹੀਂ ਪਿਆ ਹੋਇਆ। ਬੜੀ ਖੂਬਸੂਰਤ ਗੱਲ ਕਹੀ। ਹਾਂ, ਸੱਚਾਈ ਗੱਲ ਹੈ ਕਿ ਜੇ ਤੁਹਾਡਾ ਮਨ ਖੁਸ਼ ਹੈ ਤੇ ਕੱਪੜੇ ਸਾਫ ਸੁਥਰੇ ਕੋਈ ਵੀ ਪਾਏ ਹੋਣ, ਚਾਹੇ ਉਹ ਸਸਤਾ ਕੱਪੜਾ, ਬੜਾ ਸੋਹਣਾ ਲੱਗਦਾ, ਖੂਬਸੂਰਤ ਲੱਗਦਾ। ਇਸੇ ਤਰ੍ਹਾਂ ਕਿਸੇ ਦੀ ਵੀ ਤੁਸੀਂ ਕਹਿੰਦੇ ਹੋ ਨਾ ਕਿ ਵੀ ਉਹ ਖੂਬਸੂਰਤ ਹੈ, ਮੈਂ ਤੇ ਇਹ ਦੇਖਿਆ ਕਿ ਕਈ ਵਾਰੀ ਜਦੋਂ ਵਿਆਹ ਹੁੰਦਾ ਜਾਂ ਕੁਛ ਹੁੰਦਾ ਕਿਸੇ ਦਾ, ਤੇ ਕਹਿੰਦੇ ਨੇ ਯਾਰ ਕੁੜੀ ਕੋਈ ਬਹੁਤੀ ਸੋਹਣੀ ਨਹੀਂ ਹੈ, ਤੇ ਕਿਸੇ ਨੂੰ ਕਹਿਣਗੇ ਬੜੀ ਸੋਹਣੀ ਹੈਗੀ ਹੈ। ਪਰ ਜਦੋਂ ਉਹਦੇ ਨਾਲ ਵਰਤਦੇ ਨੇ, ਜਦੋਂ ਉਹਨੂੰ ਦੇਖਦੇ ਨੇ, ਉਹਦੀਆਂ ਕੁਆਲਿਟੀਜ਼ ਦੇਖਦੇ ਨੇ, ਉਹ ਜਿਹੜੀ ਸੱਚਾਈ ਗੱਲ ਹੈ ਕਿ ਜਿਹੜੀ ਕੋਈ ਪਹਿਲਾਂ ਖੂਬਸੂਰਤ ਨਹੀਂ ਲੱਗ ਰਹੀ ਹੁੰਦੀ, ਉਹ ਤੁਹਾਨੂੰ ਬੜੀ ਸੋਹਣੀ ਲੱਗਦੀ ਹੈ। ਔਰ ਜਿਹੜੀ ਖੂਬਸੂਰਤ ਤੁਸੀਂ ਸੋਚਦੇ ਹੋ, ਅਗਰ ਉਹਦਾ ਸੁਭਾਅ ਨਹੀਂ ਠੀਕ, ਉਹਦਾ ਟੈਂਪਰਾਮੈਂਟ ਨਹੀਂ ਠੀਕ, ਆਪਣੇ ਹਸਬੈਂਡ ਨਾਲ ਨਹੀਂ ਐਡਜਸਟ ਕਰ ਰਹੀ, ਤੇ ਉਹ ਕਦੀ ਵੀ ਸੋਹਣੀ ਨਹੀਂ ਲੱਗੇਗੀ ਤੁਹਾਨੂੰ। ਖੂਬਸੂਰਤੀ ਅੰਦਰ, ਖੂਬਸੂਰਤੀ ਅੰਦਰ ਦੀ ਹੋਣੀ ਬੜੀ ਜ਼ਰੂਰੀ ਹੈ। ਬਾਹਰ ਦੀ ਤਾਂ ਗੁਜ਼ਾਰਾ ਚੱਲ ਜਾਂਦਾ ਹੈ, ਕਿਉਂਕਿ ਅੰਦਰ ਖੂਬਸੂਰਤ ਹੋ ਤਾਂ ਤੁਸੀਂ ਬਾਹਰੋਂ ਵੀ ਖੂਬਸੂਰਤ ਨਜ਼ਰ ਆਓਗੇ। ਕਈਆਂ ਨੂੰ ਅਸੀਂ ਕਹਿੰਦੇ ਹਾਂ ਨਾ, ਇਹ ਤਾਂ ਇਨਸਾਈਡ ਆਊਟਸਾਈਡ ਬਿਊਟੀਫੁਲ ਨੇ, ਇਹੀ ਗੱਲ ਹੈ। ਬਾਹਰ ਦੀ ਖੂਬਸੂਰਤੀ ਮੈਨੂੰ ਲੱਗਦਾ ਉਨੀ ਇੰਪੋਰਟੈਂਟ ਨਹੀਂ ਹੈ। ਬੜੀ ਦੂਜੀ ਜਿਹੜੀ ਤੁਸੀਂ ਗੱਲ ਕਹੀ ਕਿ ਜਾਣਾ ਆਉਣਾ ਰਹਿੰਦਾ, ਉਹ ਇੱਕ ਛੋਟਾ ਜਿਹਾ ਐਗਜ਼ਾਮਪਲ ਆਇਆ ਸੀ, ਕਿਉਂਕਿ ਫਕੀਰ ਬੈਠਾ ਹੋਇਆ ਨਦੀ ਦੇ ਕਿਨਾਰੇ ਜੀ, ਤੇ ਕਹਿੰਦਾ ਮੈਂ ਕ੍ਰੋਸ ਕਰਨੀ ਹੈ ਨਦੀ, ਤਾਂ ਕੋਈ ਪੁੱਛਦਾ ਹੈ ਤੂੰ ਕਰ ਕਿਉਂ ਨਹੀਂ ਰਿਹਾ? ਕਹਿੰਦਾ ਮੈਂ ਵੇਟ ਕਰ ਰਿਹਾ ਕਿ ਪਾਣੀ ਬਿਲਕੁਲ ਖਤਮ ਹੋ ਜਾਏ, ਸੁੱਕਾ ਹੋ ਜਾਏ, ਫਿਰ ਮੈਂ ਕਰਾਂਗਾ। ਕਹਿੰਦਾ ਪਾਣੀ ਤੇ ਇਹਦੇ 'ਚ ਕਦੀ ਵੀ ਨਹੀਂ ਸੁੱਕਦਾ ਹੈਗਾ। ਕਹਿੰਦਾ ਨਹੀਂ, ਮੈਂ ਤਾਂ ਇੰਤਜ਼ਾਰ ਕਰ ਰਿਹਾ। ਕਹਿੰਦਾ ਇਹ ਹੀ ਜ਼ਿੰਦਗੀ ਹੈ, ਅਸੀਂ ਉਹੀ ਵੇਟ ਕਰਦੇ ਰਹਿੰਦੇ, ਇਹ ਹੋਏਗਾ ਤੇ ਇਹ ਕਰਾਂਗੇ, ਇਹ ਹੋਏਗਾ ਤੇ ਕਰਾਂਗੇ। ਸੋ ਇਹ ਤਾਂ ਇੰਝ ਹੀ ਚੱਲਦੇ ਰਹਿਣਾ, ਤੁਸੀਂ ਜੋ ਫਲੋ ਹੈ, ਇਕਨੋਮਿਕਲੀ ਵੀਕ ਹੈਗੇ ਹੋ ਤੇ ਛੋਟੇ ਛੋਟੀ ਚੀਜ਼ਾਂ ਦੇ ਵਿੱਚ ਖੁਸ਼ੀ ਲਓ, ਜੇ ਥੋੜਾ ਜਿਹਾ ਬੈਟਰ ਹੋ ਗਿਆ ਉਹਦੇ ਮੁਤਾਬਕ ਲਓ। ਮਨ ਖੁਸ਼ ਰੱਖਣਾ ਚਾਹੀਦਾ ਔਰ ਹਰ ਹਾਲਾਤ ਵਿੱਚ ਖੁਸ਼ ਰੱਖ ਸਕਦੇ ਹੋ। ਜੇ ਤੁਸੀਂ ਆਪਸ ਵਿੱਚ ਪਿਆਰ ਹੈ, ਤੁਸੀਂ ਬੱਚਿਆਂ ਨੂੰ ਠੀਕ ਸਿੱਖਿਆ ਦਿੱਤੀ ਹੈ, ਤੇ ਸਾਰਾ ਪ੍ਰੋਗਰਾਮ ਉੱਪਰ ਵਾਲੇ ਦੀ ਮਿਹਰ ਨਾਲ ਬੜਾ ਵਧੀਆ ਚੱਲਦਾ। ਵਾਕਿਆ ਮੈਮ, ਪਿਆਰ ਜਿੰਨਾ ਹੋ ਸਕੇ ਨਾ ਆਪਣੇ ਰਿਸ਼ਤੇ ਦੇ ਵਿੱਚ ਭਰ ਲਓ, ਕਿਉਂਕਿ ਵਕਤ ਦਾ ਕੋਈ ਨਹੀਂ ਪਤਾ, ਵਕਤ ਕਿਸ ਤੌਰ ਦੇ ਉੱਤੇ ਚੱਲ ਰਿਹਾ, ਕਿੱਧਰ ਨੂੰ ਜਾ ਰਿਹਾ, ਕੁਛ ਨਹੀਂ ਪਤਾ। ਪਰ ਜਿੰਨਾ ਸਮਾਂ ਹੈ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਿਤਾਓ, ਤਾਂ ਕਿ ਉਹ ਯਾਦਾਂ ਹਮੇਸ਼ਾ ਜ਼ਹਿਨ ਦੇ ਵਿੱਚ ਤਾਜ਼ੀਆਂ ਰਹਿਣ। ਤੁਹਾਨੂੰ ਮਿਲ ਕੇ ਮੈਨੂੰ ਬਹੁਤ ਚੰਗਾ ਲੱਗਿਆ ਔਰ ਬਹੁਤ ਹੀ ਖੂਬਸੂਰਤ ਤੁਹਾਡਾ ਰਿਸ਼ਤਾ, ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਏਗੀ ਤੁਹਾਡੀ ਗੱਲਾਂ ਬਾਤਾਂ, ਔਰ ਬਹੁਤ ਸਾਰੇ ਸੇਧ ਵੀ ਲੈਣਗੇ ਜਿਹਨਾਂ ਨੂੰ ਲੱਗਦਾ ਹੈ ਕਿ ਨਹੀਂ ਹਾਂ ਰਿਸ਼ਤਾ ਜਿੱਥੇ ਥੋੜਾ ਜਿਹਾ ਈਗੋ ਆ ਗਈ ਤਾਂ ਤੋੜ ਦਿਓ, ਕੋਈ ਨਹੀਂ ਮੇਰੇ ਕਾਬਿਲ ਨਹੀਂ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਰਿਸ਼ਤੇ ਨੂੰ ਬਹੁਤ ਦੂਰ ਕਰ ਦਿੰਦੀਆਂ ਨੇ।
ਮੈਮ ਤੁਸੀਂ ਸਮਾਂ ਦਿੱਤਾ ਆਪਣਾ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸਿਰਲੇਖ ਚੈਨਲ ਦੇਖ ਰਹੇ ਹੋ ਤੁਸੀਂ ਤੇ ਅੱਜ ਰੋਸ਼ਨ ਲਾਲ ਨਾਰੰਗ ਡਾਕਟਰ ਸਾਹਿਬ ਤੇ ਪ੍ਰਵੀਨ ਨਾਰੰਗ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਸੀਂ, ਤੇ ਇਹ ਗੱਲਬਾਤ ਮੈਨੂੰ ਪੂਰਾ ਪੂਰਾ ਵਿਸ਼ਵਾਸ ਹੈ ਤੁਹਾਨੂੰ ਬਹੁਤ ਚੰਗੀ ਲੱਗੀ ਹੋਏਗੀ। ਹੋਰ ਵੀ ਹਮਸਫ਼ਰ ਜੋੜੀਆਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਰਹਾਂਗੇ, ਰਹਿਣਾ ਹੈ ਤੁਸੀਂ ਚੈਨਲ ਦੇ ਨਾਲ ਸਿਰਲੇਖ ਦੇ ਨਾਲ। ਮੈਨੂੰ ਇਜਾਜ਼ਤ ਦਿਓ।